ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ, ਸਭ ਸਤਿਕਾਰ ਹੈ ਸੱਜਣਾਂ ਨੂੰ ਜੋ ਇਸ ਵਕਤ ਜ਼ਿੰਦਗੀ ਦੇ ਰੰਗਾਂ ਅਤੇ ਵਾਜਦੀਆਂ ਤਰੰਗਾਂ ਨੂੰ ਮਾਣਦਿਆਂ ਹੋਇਆਂ ਜੁੜੇ ਨੇ ਟਿਵਾਣਾ ਰੇਡੀਓ ਦੇ ਨਾਲ। ਬਾਗਾਂ ਅਤੇ ਰਾਗਾਂ ਦੇ ਸ਼ਹਿਰ ਪਟਿਆਲਾ ਤੋਂ ਮੈਂ ਪਰਮਿੰਦਰ ਸਿੰਘ ਟਿਵਾਣਾ ਆਪ ਸਭ ਸੱਜਣਾਂ ਦਾ ਪਟਿਆਲਾ ਸਟੂਡੀਓ ਤੋਂ ਸਵਾਗਤ ਕਰਦਾ। ਭਾਰਤੀ ਸਮਾਂ 7:35 ਹੋ ਚੁੱਕੇ ਨੇ। ਅੱਜ 13 ਸਤੰਬਰ ਸਨ 2022 ਮੰਗਲਵਾਰ ਦੀ ਸ਼ਾਮ, 28 ਭਾਦੋਂ, ਨਾਨਕ ਸ਼ਾਹੀ ਸੰਮਤ 554 ਨੂੰ ਆਪ ਸਭ ਸੱਜਣਾਂ ਦਾ ਪਟਿਆਲਾ ਸਟੂਡੀਓ ਤੋਂ ਪਰਮਿੰਦਰ ਵੱਲੋਂ ਸਵਾਗਤ। ਸੋਮਵਾਰ ਤੋਂ ਸ਼ਨੀਵਾਰ ਸਵੇਰੇ 6 ਤੋਂ 8 ਤੇ ਸ਼ਾਮੀ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਰਾਜਨੀਤਿਕ ਚਰਚਾ ਦੇ ਵਾਸਤੇ ਐਡਵੋਕੇਟ ਸੁਰਿੰਦਰ ਸਿੰਘ ਆਪਣੇ ਨਾਲ ਜੁੜਦੇ ਨੇ ਤੇ ਤੁਸੀਂ ਆਪਣੇ ਇਨ੍ਹਾਂ ਪ੍ਰੋਗਰਾਮਾਂ ਨੂੰ ਆਪਣੀ ਵੈਬਸਾਈਟ ਟਿਵਾਣਾ ਰੇਡੀਓ .com ਦੇ ਜ਼ਰੀਏ ਲਾਈਵ ਸੁਣਦੇ ਹੋ। ਆਪਣੀ ਵੈਬਸਾਈਟ ਟਿਵਾਣਾ ਰੇਡੀਓ .com ਤੇ ਤੁਸੀਂ ਪੰਜਾਬੀ ਚ ਖ਼ਬਰਾਂ ਵੀ ਪੜ੍ਹ ਸਕਦੇ ਹੋ, ਸ਼ਾਮੀ ਅਪਡੇਟ ਕਰ ਦੇਈਦੀਆਂ ਭਾਰਤੀ ਸਮੇਂ ਮੁਤਾਬਕ, ਤੇ ਉੱਥੇ ਤੁਹਾਨੂੰ ਆਪਣੇ ਆਈਫੋਨ ਤੇ ਐਂਡਰਾਇਡ ਐਪਸ ਤੇ ਲਿੰਕ ਮਿਲਣਗੇ। ਇੰਸਟਾਲ ਕਰੋ ਟਿਵਾਣਾ ਰੇਡੀਓ ਦਾ ਫੇਸਬੁੱਕ ਤੇ ਯੂਟਿਊਬ ਪੇਜ ਦਾ ਲਿੰਕ ਮਿਲੇਗਾ। ਲਾਈਕ ਕਰੋ, ਬੈਲ ਆਈਕਨ ਦਬਾ ਦਿਓ। ਇਸ ਪ੍ਰੋਗਰਾਮ ਦਾ ਯੂਟਿਊਬ ਦਾ ਲਿੰਕ ਆਪਣੇ ਵਟਸਐਪ ਨੰਬਰ ਤੇ ਮੰਗਵਾਉਣਾ ਤਾਂ ਆਪਣੇ ਵਟਸਐਪ ਗਰੁੱਪ ਦੇ ਵਿਚ ਸ਼ਾਮਲ ਹੋ ਸਕਦੇ ਹੋ। ਉਹ ਨੰਬਰ ਹੈ 9876300955, 9876300965, 9876300955 ਆਪਣਾ ਵਟਸਐਪ ਗਰੁੱਪ ਨੰਬਰ ਹੈ ਤੇ ਉਸ ਤੇ ਇਹ ਲਿੰਕ ਮੰਗਵਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਆਪਣੀ ਜਿਹੜੀ ਆਈਫੋਨ ਦੀ ਐਪ ਹੈ ਉਹਦੇ ਚ ਥੋੜੀ ਜਿਹੀ ਦਿੱਕਤ ਸੀ, ਸਾਰਾ ਕੁਛ ਓਕੇ ਹੋ ਚੁੱਕਾ। ਅੱਜ ਪਲਕ ਬਸ ਸੁੱਚ ਵੀ ਆਨ ਕਰਨੀ ਹੈ, ਸਮਾਨ ਟਰਾਂਸਫਾਰਮਰ ਸਾਰਾ ਰੱਖ ਦਿੱਤਾ, ਟਰਾਂਸਫਾਰਮਰ ਸੜ ਗਿਆ ਸੀ ਉਹਦਾ, ਤੇ ਇਸ ਕਰਕੇ ਉਹ ਅੱਜ ਪਲਕ ਕਦੋਂ ਵੀ ਚੱਲ ਸਕਦਾ, ਆਪਣਾ ਪ੍ਰੋਗਰਾਮ ਕਰਦਿਆਂ ਵੀ ਚੱਲ ਸਕਦਾ। ਸੋ ਇਸ ਦੇ ਲਈ ਮਾਫ਼ੀ, ਤੇ ਜਦੋਂ ਵੀ ਅਪਡੇਟ ਹੋ ਗਈ ਐਪ ਤੇ ਤੁਹਾਨੂੰ ਸੂਚਨਾ ਦੇ ਦਿੱਤੀ ਜਾਵੇਗੀ। ਤੁਹਾਨੂੰ ਕਈ ਦਿਨ ਦਿੱਕਤ ਰਹੀ, ਉਸ ਦੀ ਮਾਫ਼ੀ। ਇਹ ਸੀ ਆਪਣੇ ਪ੍ਰੋਗਰਾਮਾਂ ਦੇ ਮੁਤਲਕ ਜਾਣਕਾਰੀਆਂ। ਰਾਜਨੀਤਿਕ ਚਰਚਾ ਦੇ ਵਾਸਤੇ ਆਪਣੇ ਨਾਲ ਸਵੇਰ ਸ਼ਾਮ ਜੁੜਦੇ ਨੇ ਐਡਵੋਕੇਟ ਸੁਰਿੰਦਰ ਸਿੰਘ, ਉਹਨਾਂ ਦੇ ਨਾਲ ਵੀ ਰਾਬਤਾ ਬਣਾਉਂਦੇ ਹਾਂ ਤੇ ਅਹਿਮ ਖ਼ਬਰਾਂ ਤੇ ਚਰਚਾ ਕਰਦੇ ਹਾਂ। ਆਮ ਆਦਮੀ ਪਾਰਟੀ ਬਨਾਮ ਭਾਜਪਾ ਦਾ ਇੱਟ ਖੜਕਾ ਚੱਲੀ ਜਾਂਦਾ ਤੇ ਉਧਰ ਭਾਜਪਾ ਦਾ ਇੱਟ ਖੜਕਾ ਬੰਗਾਲ ਦੇ ਵਿਚ ਤ੍ਰਿਮੂਲ ਕਾਂਗਰਸ ਨਾਲ ਚੱਲੀ ਜਾਂਦਾ। ਭਾਜਪਾ ਜਿਹੜੀ ਕਹਿੰਦੀ ਅਸੀਂ ਬਹੁਤ ਸ਼ਾਂਤ ਹੈ, ਪੁਲਿਸ ਵਾਲਿਆਂ ਦੀਆਂ ਗੱਡੀਆਂ ਭਾਜਪਾ ਸਾੜੀ ਜਾਂਦੀ ਹੈ, ਇੱਥੇ ਕਹਿੰਦੇ ਕਿ ਜੀ ਦੇਸ਼ ਦੀ ਪ੍ਰੋਪਰਟੀ ਦਾ ਸਤਿਕਾਰ ਕਰੋ, ਦੇਸ਼ ਨੂੰ ਪਿਆਰ ਕਰਨ ਵਾਲੀ ਸਿਰਫ ਭਾਰਤੀ ਜਨਤਾ ਪਾਰਟੀ ਹੈ, ਬਾਕੀ ਤਾਂ ਸਭ ਐਵੇਂ ਹੀ ਹੈ, ਬਾਕੀ ਤਾਂ ਸਭ ਐਵੇਂ ਹੀ ਹੈ, ਪਰ ਜੇ ਵੇਖਿਆ ਜਾਵੇ ਇਹ ਐਵੇਂ ਐਵੇਂ ਵਾਲੇ ਸਭ ਤੋਂ ਵੱਧ ਭਾਰਤ ਦੇ ਵਿਚ ਕੁਹਰਾਮ ਮਚਾਉਂਦੇ ਨੇ, ਘੱਟ ਕੋਈ ਵੀ ਨਹੀਂ ਹੈ। ਸੋ ਭਾਵੇਂ ਦੂਸਰਿਆਂ ਨੂੰ ਭੰਡੀ ਜਾਣ ਕਿ ਇਹ ਲਾਅ ਐਂਡ ਆਰਡਰ ਨੂੰ ਤੋੜਦੇ ਨੇ, ਭਾਰਤ ਮਾਤਾ ਦੀ ਜੈ, ਭਾਰਤ ਮਾਤਾ ਨਾਲ ਮੁਹੱਬਤ, ਭਾਰਤ ਦੀ ਭੂਮੀ ਨਾਲ ਮੁਹੱਬਤ, ਇਹ ਸਭ ਕਹਿਣ ਦੀਆਂ ਗੱਲਾਂ ਨੇ। ਖੈਰ, ਅੱਜ 13 ਸਤੰਬਰ ਸਨ 2022 ਮੰਗਲਵਾਰ ਦੀ ਸ਼ਾਮ, 28 ਭਾਦੋਂ, ਨਾਨਕ ਸ਼ਾਹੀ ਸੰਮਤ 554, ਸ਼ਾਮ ਦੀ ਸਭਾ ਦੇ ਨਾਲ ਆਪ ਦਾ ਸਵਾਗਤ ਕਰਦੇ ਹਾਂ ਜੀ। ਤੇ ਇਸ ਪ੍ਰੋਗਰਾਮ ਦੇ ਵਿਚ ਤੁਸੀਂ ਗੱਲਬਾਤ ਕਰਨੀ ਹੋਵੇ ਤਾਂ 9876300955 ਤੇ ਸੰਪਰਕ ਕਰ ਸਕਦੇ ਹੋ, 9876300965 ਇਹ ਆਪਣਾ ਨੰਬਰ ਹੈ ਸਟੂਡੀਓ ਦੇ ਵਿਚ ਕਾਲ ਕਰਨ ਦਾ, ਤੇ ਮੇਰਾ ਸੰਪਰਕ ਨੰਬਰ ਤੇ ਆਪਣਾ ਵਟਸਐਪ ਗਰੁੱਪ ਨੰਬਰ। ਤੇ ਉਧਰ ਭਾਜਪਾ ਦੇ ਉੱਤੇ ਦੋਸ਼ ਲਾ ਦਿੱਤੇ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ, ਕਹਿੰਦੇ ਭਾਜਪਾ ਨੇ ਸਾਡੇ 7 ਤੋਂ 10 ਵਿਧਾਇਕਾਂ ਨੂੰ 25-25 ਕਰੋੜ ਦੀ ਪੇਸ਼ਕਸ਼ ਕੀਤੀ ਹੈ, ਕਦੇ ED ਦੇ ਦਬਕੇ ਮਾਰੇ ਨੇ, ਕਦੇ ਕੁਛ ਕੀਤਾ, ਹੁਣ ਕਹਿੰਦੇ ਸਾਡੇ ਵਿਧਾਇਕ ਖਰੀਦਣ ਨੂੰ ਫਿਰਦੇ ਨੇ। ਚੀਮਾ ਸਾਹਿਬ, ਸਟੇਟਮੈਂਟਾਂ ਪੁਰਾਣੀਆਂ ਹੋ ਗਈਆਂ ਨੇ, ਬਦਲ ਲਓ। ਬਾਕੀ ਇਹ ਹੈ ਕਿ ਭਾਜਪਾ ਵਾਲੇ ਵੀ ਖਰੀਦਣ ਨੂੰ ਫਿਰਦੇ ਨੇ ਤੇ ਤੁਹਾਡੇ ਵਾਲੇ ਵੀ ਵੇਚਣ ਨੂੰ ਫਿਰਦੇ ਨੇ। ਸੁਰਿੰਦਰ ਜੀ ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਮਿਹਰਬਾਨੀ ਜੀ। ਕਹਿੰਦਾ ਦੁਨੀਆਂ ਜਿਵੇਂ ਨਚਾਈ ਜਾਂਦੀ, ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਹੈ। ਪਾਲੀ ਪਾਣੀ ਖੂਹ ਤੋਂ ਭਰੇ ਵਾਲਾ ਗੁਰਪਾਲ ਸਿੰਘ ਪਾਲੀ ਗਾਉਂਦਾ ਹੁੰਦਾ ਸੀਗਾ, ਪੈਸਾ ਜਿਵੇਂ ਨਚਾਈ ਜਾਂਦਾ, ਦੁਨੀਆਂ ਨੱਚੀ ਜਾਂਦੀ ਹੈ। ਇਹ ਜਿਹੜਾ ਘੋੜਿਆਂ ਦਾ ਵਪਾਰ ਹੈ, ਜਿਹਨੂੰ ਗਧਿਆਂ ਦਾ ਵਪਾਰ ਕਹਿਣਾ ਚਾਹੀਦਾ, ਸਿਆਸਤਦਾਨਾਂ ਦੇ ਵਿਕਣ ਵਿਕਾਉਣ ਦਾ, ਇਹ ਬੜਾ ਪੀਕ ਤੇ ਹੈ। ਹਰਪਾਲ ਸਿੰਘ ਚੀਮਾ ਨੇ ਦਿੱਲੀ ਵਾਲੀ ਸਟੇਟਮੈਂਟ ਦੁਹਰਾ ਦਿੱਤੀ। ਪਹਿਲਾਂ ਤਾਂ ਦਿੱਲੀ ਵਾਲੇ ਕਹਿੰਦੇ ਸੀ, ਕਹਿੰਦੇ ਸਾਡੀ ਪਾਰਟੀ ਦੇ MLA ਪੱਟੀ ਜਾਂਦੀ ਹੈ ਭਾਜਪਾ, ਹੁਣ ਕਹਿੰਦੇ ਆਪਰੇਸ਼ਨ ਲੋਟਸ, ਵੈਸੇ ਲੁੱਟਸ ਹੀ ਹੁੰਦਾ, ਲੁੱਟਸ ਬਾਵਾ ਹੈ ਨਾ,
ਤੇ ਲੁੱਟਸ ਜਾਣੀ ਕਿ ਆਪਰੇਸ਼ਨ ਜਿਹੜਾ ਲੁੱਟਸ ਫਲਾਵਰ ਹੁੰਦਾ ਨਾ ਬੀਜੇਪੀ ਦਾ ਚੋਣ ਨਿਸ਼ਾਨ ਵੀ ਲੁੱਟਸ ਹੀ ਹੈ ਕਮਲ ਦਾ ਫੁੱਲ ਵੈਸੇ ਕਮਲ ਦਾ ਫੁੱਲ ਭਾਰਤ ਦੀ ਆਤਮਾ ਹੈ ਹੁਣ ਜੇ ਗੱਲ ਮੈਂ ਕਹਿਦਾ ਨਾ ਲਿਖ ਕੇ ਲਾ ਦਾਂ ਕਿ ਕਮਲ ਦਾ ਫੁੱਲ ਭਾਰਤ ਦੀ ਆਤਮਾ ਹੈ ਤੇ ਸਿੱਖਾਂ ਨੇ ਸਭ ਤੋਂ ਰੌਲਾ ਪਾਉਣਾ ਖਾਸ ਕਰਕੇ ਗਰਮ ਕਿਆਲੀ ਖਾਲਿਸਤਾਨੀ ਸਿੱਖਾਂ ਨੇ ਕਿ ਲਓ ਜੀ ਟਵਾਣਾ ਭਾਜਪਾ ਹੀ ਹੋ ਗਿਆ ਸੁਰਿੰਦਰ ਵੀ ਭਾਜਪਾ ਹੀ ਹੋ ਗਿਆ ਜੇ ਕਿਤੇ ਸੁਰਿੰਦਰ ਜੀ ਆਪਾਂ ਸਟੇਟਸ ਪਾ ਦਈਏ ਨਾ ਆਪਣੇ ਕਿ ਕਮਲ ਦਾ ਫੁੱਲ ਭਾਰਤ ਦੀ ਆਤਮਾ ਤੇ ਹਾਇ ਤੋਬਾ ਮੱਚ ਜੂ ਕਿ ਇਹ ਵੀ ਆਰ ਐਸ ਐਸ ਵਾਲੇ ਹੋ ਗਏ ਭਾਜਪਾ ਹੀ ਹੋ ਗਏ ਪਰ ਇਹ ਕਮਲ ਦਾ ਫੁੱਲ ਭਾਰਤ ਦੀ ਆਤਮਾ ਇਹ ਮੈਂ ਨਹੀਂ ਕਹਿ ਰਿਹਾ ਇਹ ਕਹਿ ਰਹੇ ਨੇ ਸਰਦਾਰ ਕਪੂਰ ਸਿੰਘ ਮੇਰੇ ਖਿਆਲ ਸੱਚੀ ਸਾਖੀ ਜਾਂ ਇੱਕ ਕਿਤਾਬ ਹੈ ਜਿਸ ਦੇ ਵਿੱਚ ਉਹਨਾਂ ਨੇ ਚੇਚਾ ਲਿਖਿਆ ਕਿ ਭਾਰਤ ਦਾ ਜਿਹੜਾ ਭਾਰਤ ਦੀ ਜਿਹੜੀ ਆਤਮਾ ਉਹ ਕਮਲ ਦਾ ਫੁੱਲ ਹੈ ਪਰ ਇਹ ਕਮਲ ਦੇ ਫੁੱਲ ਚਿੱਕੜ ਚ ਖਿੜਦੇ ਨੇ ਤੇ ਸੋਹਣੇ ਬਹੁਤ ਹੁੰਦੇ ਨੇ ਧਰਮ ਚ ਪੂਜੇ ਜਾਂਦੇ ਨੇ ਤੇ ਇਹ ਕਮਲ ਦੇ ਫੁੱਲ ਵਾਲਿਆਂ ਦਾ ਜਿਹੜਾ ਆਪਰੇਸ਼ਨ ਕਮਲ ਹੈ ਆਪਰੇਸ਼ਨ ਲੁੱਟਸ ਹੈ ਬੜਾ ਚਰਚਿਤ ਤੇ ਬਦਨਾਮ ਹੈ ਕੋਈ ਦੋਰਾਵਾ ਨਹੀਂ ਹੈ ਪਰ ਹਰਪਾਲ ਸਿੰਘ ਚੀਮਾ ਹੋਰਾਂ ਨੇ ਜੋ ਦੋਸ਼ ਲਾਏ ਨੇ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੇ 7 ਤੋਂ 10 MLA ਨੂੰ ਖਰੀਦਣ ਦੇ ਵਾਸਤੇ ਭਾਜਪਾ ਨੇ 25-25 ਕਰੋੜ ਦੀ ਪੇਸ਼ਕਸ਼ ਕੀਤੀ ਹੈ ਇਸ ਤੋਂ ਇਲਾਵਾ ED ਤੇ CABI ਦਾ ਦਬਕਾ ਵੀ ਮਾਰਿਆ ਤੇ ਇਸ ਦੇ ਖਿਲਾਫ਼ ਆਮ ਆਦਮੀ ਪਾਰਟੀ ਕਹਿੰਦਾ ਕਾਨੂੰਨੀ ਰਾਏ ਲੈ ਕੇ ਕਾਰਵਾਈ ਕਰੇਗੀ ਬੀਜੇਪੀ ਤੇ ਚੀਮਾ ਸਾਹਿਬ ਵੀ ਵਕੀਲ ਨੇ ਵਕੀਲ ਤੁਸੀਂ ਵੀ ਹੋ ਦੱਸ ਦਿਓ ਕਿ ਇਹ ਆਪਰੇਸ਼ਨ ਲੁੱਟਸ ਦੇ ਕੀ ਰੰਗ ਬਣ ਨੇ ਜੀ ਸੁਰਿੰਦਰ ਪਰਮਿੰਦਰ ਜਿਹੜੀ ਨਾ ਫੰਡਰ ਗਾਈ ਬੰਨੀ ਹੋਵੇ ਕਿੱਲੇ ਤੇ ਬੰਦਾ ਕਹਿੰਦਾ ਯਾਰ ਇਹ ਕਿਸੇ ਕੰਮ ਦੀ ਤੇ ਹੈ ਨੀ ਰਾਤ ਬਰਾਤੇ ਨਾ ਇਹਨੂੰ ਰੱਸਾ ਵੀ ਨਹੀਂ ਨਾਲ ਦੇਣਾ ਚੱਜ ਦਾ ਟੁੱਟਾ ਫੁੱਟਾ ਜਿਹਾ ਪਾ ਦੂਰ ਇਹਦੀਆਂ ਅੱਖਾਂ ਬੰਨ ਕੇ ਦੂਰ ਲਿਜਾ ਕੇ 10-15 ਕਿਲੋਮੀਟਰ ਤੇ ਛੱਡਿਆ ਤਾਂ ਕਿ ਕਿਤੇ ਇਹਨੂੰ ਰਸਤਾ ਨਾ ਪਤਾ ਲੱਗ ਜਾਏ ਦੁਬਾਰਾ ਘਰੇ ਨਾ ਆ ਜਾਵੇ ਹੁਣ ਗੱਲ ਤਾਂ 25 ਕਰੋੜ ਦੀ ਕਰਦੇ ਵੈਸੇ ਨਾ ਉਹ ਮੈਨੂੰ ਕਹਿਣੀ ਤੇ ਮੈਂ ਵੀ ਇਹੀ ਗੱਲ ਸੀ ਪਰ ਉਹ ਡਾਕਟਰ ਰਾਜਕੁਮਾਰ ਵੇਰਕਾ ਨੇ ਕਹਿ ਦਿੱਤੀ ਕਹਿੰਦਾ ਵੀ ਇਹਨਾਂ ਨੂੰ ਤਾਂ ਕਿਸੇ ਨੇ 25-25 ਰੁਪਈਏ ਚ ਨੀ ਖਰੀਦਣਾ ਕਹਿੰਦਾ 25 ਕਰੋੜ ਕਿੱਥੋਂ ਆ ਗਏ ਕਹਿੰਦਾ ਇਹ ਤਾਂ 25-25 ਰੁਪਈਏ ਜੋਗੇ ਨੀ ਗੇ ਹੈ ਕਹਿੰਦਾ ਇਹਨਾਂ ਦੀ ਔਕਾਤ ਹੀ ਨੀ ਗੀ ਇੰਨੀ ਤੇ 25 ਕਰੋੜ ਵਾਲੀ ਕਿੱਥੋਂ ਗੱਲ ਤੇ ਇਹ ਆ ਐ ਤਾਂ ਨੀ ਵੈਸੇ ਹੁਣ ਰਾਜਕੁਮਾਰ ਵੇਰਕਾ ਨੂੰ ਪੁੱਛੇ ਕਿ ਸਾਰੀ ਉਮਰ ਤੁਸੀਂ ਭਾਜਪਾ ਨੂੰ ਗਾਲਾਂ ਕੱਢਦੇ ਰਹੇ ਤੇ ਹੁਣ ਭਾਜਪਾ ਦੇ ਗਲ ਲੱਗੇ ਹੋ ਵੈਲਿਊ ਤਾਂ ਕਿਤੇ ਨਾ ਕਿਤੇ ਪਵਾਈ ਹੈ ਨਾ ਰਾਜਕੁਮਾਰ ਵੇਰਕਾ ਨੇ ਬਲਵੀਰ ਸਿੰਘ ਹੋਰਾਂ ਨੇ ਸੋਢੀ ਸਾਹਿਬ ਨੇ ਸਾਰੀ ਕਾਂਗਰਸ ਨਹੀਂ ਇਹਨਾਂ ਦੇ ਕਪਤਾਨ ਚਲੇ ਗਏ ਅੱਧਿਓਂ ਵੱਧ ਕਾਂਗਰਸ ਚਲੀ ਗਈ ਗੁਲਾਮ ਨਬੀ ਆਜ਼ਾਦ ਚਲੇ ਗਏ ਜੇ ਅਗਲੇ ਦਾ ਸੌਦਾ ਵਿਕਦਾ ਤਾਂ ਹੀ ਤੁਸੀਂ ਗੋਡਿਆਂ ਭਾਰ ਹੋ ਕੇ ਉੱਥੇ ਤੁਰੇ ਫਿਰਦੇ ਹੋ ਜਿਹੜੇ ਸਵੇਰੇ ਸ਼ਾਮ ਉੱਠਦੇ ਬਹਿੰਦੇ ਗਾਂਧੀ ਗਾਂਧੀ ਕਰਦੇ ਸੀ ਵੈਲਿਊ ਤੇ ਹੈਗੀ ਹੈ ਪਰ ਪੁਆਈ ਕਿਹਨੇ ਕਿੰਨੀ ਕਿੰਨੀ ਹੈ ਗੱਲ ਉਹੀ ਨਾ ਨਰਿੰਦਰ ਸਿੰਘ ਕਪੂਰ ਨੇ ਇੱਕ ਬਹੁਤ ਸੋਹਣੀ ਗੱਲ ਆਖੀ ਕਹਿੰਦਾ ਵੀ ਜਦੋਂ ਨਾ ਭੀੜ ਭਰੀ ਬੱਸ ਦੇ ਵਿੱਚ ਆਖਰੀ ਸਵਾਰੀ ਜਿਵੇਂ ਪਟਿਆਲੇ ਬੱਸ ਆਈ ਚੰਡੀਗੜ੍ਹੋਂ ਚੱਲ ਕੇ ਤੇ ਪਟਿਆਲੇ ਮੇਰੇ ਵਰਗਾ ਯਵਕ ਦਾ ਹੁੰਦਾ ਕਿ ਬੱਸ 'ਚ ਲਮਕ ਜਾਂ ਔਖਾ ਸਕਾਲਾ ਹੋ ਕੇ ਜਿਹੜੇ ਪਹਿਲੇ ਨੇ ਉਹ ਕਹਿੰਦੇ ਨਹੀਂ ਚੜ੍ਹਨਾ ਭੀੜ ਬਹੁਤ ਹੈ ਚਲੋ ਪੈਰ ਫਸਾਉਣ ਨੂੰ ਹੱਥ ਪਾਉਣ ਨੂੰ ਸਮਾਂ ਮਿਲ ਜਾਂਦਾ ਤੇ ਪਰਮਿੰਦਰ ਸਿੰਘ ਹੋਣੀ ਤੇ ਸਵਾਰ ਹੋ ਜਾਂਦੇ ਨੇ ਤੇ ਜਦੋਂ ਫਿਰ ਸਰਹੰਦ ਆਉਂਦਾ ਤੇ ਉੱਥੇ ਸੁਰਿੰਦਰ ਹੋਰਾਂ ਨੇ ਚੜ੍ਹਨਾ ਆਉਂਦਾ ਤੇ ਪਰਮਿੰਦਰ ਸਿੰਘ ਸਭ ਤੋਂ ਵੱਧ ਪਰੋਲਾ ਪਾਉਂਦਾ ਕਿ ਐਡਵੋਕੇਟ ਸਾਹਿਬ ਇਹ 'ਚ ਜਗ੍ਹਾ ਕੌਣ ਨਹੀਂ ਤੁਸੀਂ ਅਗਲੀ ਬੱਸ ਆਓ ਜਾਣੀ ਉਹ ਪਰਮਿੰਦਰ ਭੁੱਲ ਜਾਂਦਾ ਵੀ ਪਟਿਆਲੇ ਤੇਰੇ ਕੀ ਹਾਲਾਤ ਸੀ ਤਾਂ ਜੋ ਅੱਗੇ ਜਾ ਕੇ ਸੁਰਿੰਦਰ ਜੀ ਹੋਰਾਂ ਨੂੰ ਬੱਸ ਨਹੀਂ ਚੜ੍ਹਨ ਦਿੰਦਾ ਜਾਣੀ ਜਿਹੜੀ ਆਖਰੀ ਸਵਾਰੀ ਚੜ੍ਹੀ ਹੁੰਦੀ ਹੈ ਨਾ ਜਿਵੇਂ ਨਵਾਂ ਨਵਾਂ ਮੁਸਲਮਾਨ ਬਣਿਆ ਰੰਗੜ ਸਭ ਤੋਂ ਵੱਧ ਰੌਲਾ ਪਾਉਂਦਾ ਹੁੰਦਾ ਨਾ ਕਿ ਇਸਲਾਮ ਹੀ ਸਭ ਤੋਂ ਵਧੀਆ ਹੈ ਸੋ ਇਸੇ ਕਰਕੇ ਇਹ ਜਿਹੜੇ ਨਵੇਂ ਨਵੇਂ ਆਏ ਲੋਕ ਨੇ ਨਾ ਸੁਰਿੰਦਰ ਵੀਰ ਇਹ ਵੱਧ ਰੌਲਾ ਪਾਉਂਦੇ ਨੇ ਜਿਹੜੇ ਪੁਰਾਣੇ ਭਾਜਪਾ ਜੀ ਨੇ ਉਹ ਟਿੱਕ ਕੇ ਮੇਲਾ ਵੇਖ ਰਹੇ ਨੇ ਇਹ ਕਾਲ ਲੈ ਲਾ ਸੁਰਿੰਦਰ ਜੀ ਸਵਾਗਤ ਤੁਹਾਡਾ ਵੈਲਕਮ 78 ਨੰਬਰ ਭਾਈ ਜਾਨ 78 ਨੰਬਰ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਹਾਂਜੀ ਹੋਰ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਠੀਕ ਠਾਕ ਹੈ ਕੌਣ ਬੋਲ ਰਹੇ ਹੋ ਮੈਂ ਕਰਵਿੰਦਰ ਸਿੰਘ ਜ਼ਿਲ੍ਹਾ ਬਰਨਾਲਾ ਪਿੰਡ ਨੰਗਲ ਤੋਂ ਜੀ ਅੱਛਾ ਜੀ ਗੱਲ ਕਰੋ ਸਰ ਮੇਰਾ ਇੱਕ ਜਿਹੜਾ ਮੁੱਦਾ ਥੋੜਾ ਜਿਹਾ ਹਟਵਾਂ ਸਾਈਡ ਤੇ ਹੈਗਾ ਹਾਂਜੀ ਕੁਲਵਿੰਦਰ ਜੀ ਗੱਲ ਕਰੋ ਫਟਾਫਟ ਕੀ ਮੁੱਦਾ ਤੁਹਾਡਾ ਹਾਂਜੀ ਸਰ ਮੇਰਾ ਮੁੱਦਾ ਇਹ ਹੈਗਾ ਵੀ ਇੱਕ ਨਾ ਹੈਲੋ
ਕੁਲਵਿੰਦਰ ਜੀ ਕੀ ਹੋ ਗਿਆ ਮੁੱਦੇ ਨੂੰ ਤੁਹਾਡੇ ਨੂੰ? ਹੈਲੋ, ਹਾਂਜੀ ਆਵਾਜ਼ ਆ ਰਹੀ? ਆ ਰਹੀ, ਗੱਲ ਕਰੋ, ਗੱਲ ਕਰੋ ਇਕਦਾਂ ਖੜ ਕੇ। ਹਾਂਜੀ ਸਰ, ਇੱਕ ਨਾ ਮੁੱਦਾ ਗਾ ਮੇਰਾ, ਤੇ ਉਹ ਮੁੱਦਾ ਏਦਾਂ ਦਾ ਗਾ ਕਿ ਇੱਕ ਸਰਕਾਰੀ ਰਸਤਾ ਗਾ, ਉਹਦਾ ਪੰਚਾਇਤ ਦੇ ਵਿਚ ਮਤਾ ਪਿਆ ਹੋਇਆ ਗਾ, ਤੇ ਅਗਲਾ ਬੰਦਾ ਕਹਿ ਰਿਹਾ ਕਿ ਮੈਂ ਸਟੇ ਲੈ ਰਿਹਾ ਗਾ, ਕਿ ਉਹ ਸਟੇ ਲੈ ਸਕਦਾ ਜੀ? ਪੰਚਾਇਤ ਦੇ ਮਤੇ ਦੇ ਵਿਰੁੱਧ ਕੀ ਅਗਲਾ ਬੰਦਾ ਸਟੇ ਲੈ ਸਕਦਾ? ਹਨਾ, ਠੀਕ ਹੈ, ਥੋੜੀ ਦਿੱਕਤ ਆ ਤੁਹਾਡੇ, ਮੇਰੇ ਵੱਲੋਂ ਹੀ ਦਿੱਕਤ ਹੈ ਜੀ। ਹੁਣ ਤਾਂ ਨੀ ਹੋਣੀ ਚਾਹੀਦੀ, ਹੁਣ ਤਾਂ ਤਾਰਾਂ ਨਵੀਆਂ ਲਾਈਆਂ ਅੱਜ ਤੁਹਾਡੇ। ਹਾਂਜੀ ਹਾਂਜੀ ਸੁਰਿੰਦਰ ਜੀ, ਹੈਲੋ। ਹਾਂਜੀ ਹਾਂਜੀ, ਹਾਂ ਹਾਂ ਹੁਣ ਠੀਕ ਹੈ। ਤੇ ਚਲੋ ਇਹਨਾਂ ਦਾ ਮੁੱਦਾ ਵੀ ਨਿਬੇੜ ਦਿਓ, ਕੋਈ ਇਹਨਾਂ ਦੇ ਸਰਕਾਰੀ ਮਤਾ ਪਿਆ ਹੋਇਆ ਰਸਤੇ ਦਾ, ਪੰਚਾਇਤ ਦਾ ਮਤਾ ਪਾਸ ਕੀਤਾ ਹੋਇਆ ਰਸਤੇ ਬਾਰੇ, ਤੇ ਉਸ ਪੰਚਾਇਤ ਦੇ ਮਤੇ ਤੇ ਰਸਤੇ ਵਾਲੇ ਤੇ ਕੋਈ ਦੂਜਾ ਪਾਰਟੀ ਸਟੇ ਲੈ ਸਕਦੀ ਹੈ? ਦੇਖੋ ਜੇ ਉਹ ਰਸਤਾ ਜਿਹੜਾ ਉਹ ਉਹਦੇ ਚ ਕੀ ਕਹਿੰਦੇ ਹੁੰਦੇ ਆ ਰੈਵਨਿਊ ਦੇ ਰਿਕਾਰਡ ਚ ਬੋਲਦਾ, ਤਾਂ ਫੇਰ ਉਹਦੇ ਤੇ ਸਟੇ ਨਹੀਂ ਮਿਲ ਸਕਦਾ। ਦੂਜੀ ਗੱਲ, ਪੰਚਾਇਤ ਦਾ ਮਤਾ ਪਿਆ ਹੋਇਆ, ਜੇ ਕੱਲਾ ਪੰਚਾਇਤ ਨੇ ਮਤਾ ਪਾਇਆ ਤੇ ਉਹ ਉਹਦੇ ਚ ਰੈਵਨਿਊ ਚ ਹੋਰ ਕਿਸੇ ਦੀ ਮਾਲਕੀ ਜਾਂ ਕੁਛ ਵੀ ਆ, ਉਹਦੇ ਤੇ ਸਟੇ ਹੋਵੇਗਾ ਹੀ ਹੋਵੇਗਾ। ਹੁਣ ਇਹ ਪਤਾ ਨੀ ਕਿ ਇਹਨਾਂ ਦਾ ਮਸਲਾ ਕੀ ਆ, ਪਹਿਲਾਂ ਤਾਂ ਮਸਲਾ ਦੇਖਣਾ ਪਏਗਾ ਕਿ ਕੱਲਾ ਪੰਚਾਇਤ ਦੇ ਮਤੇ ਨੂੰ ਨਾ ਕਹੋ, ਕਿਉਂਕਿ ਜਿੱਥੋਂ ਦੀ ਤੁਸੀਂ ਪੰਚਾਇਤ ਦਾ ਮਤਾ ਪਾਇਆ, ਕੀ ਵਾਕਿਆ ਉਹ ਰਸਤਾ ਵਾ ਕਿ ਜਾਂ ਉਹ ਕਿਸੇ ਦੀ ਮਾਲਕੀ ਆ? ਜੇ ਕਿਸੇ ਦੀ ਮਲਕੀਅਤ ਆ ਤਾਂ ਫਿਰ ਸਟੇ ਉਹਨੂੰ ਆਏਗਾ, ਫਿਰ ਪੰਚਾਇਤ ਦੀ ਕੋਈ ਵੈਲਿਊ ਨਹੀਂ ਹੈ। ਕਿਉਂਕਿ ਉਹ ਪੰਚਾਇਤ ਵੀ ਆਪਾਂ ਨੂੰ ਪਤਾ ਕਈ ਵਾਰੀ ਗਰੁੱਪੀਜ਼ਮ ਚ ਆ ਕੇ ਮਤਾ ਪਾ ਦਿੰਦੀ, ਪਰ ਜੇ ਉਹ ਸਰਕਾਰੀ ਜਗ੍ਹਾ ਜਾਂ ਰਸਤਾ ਬਣਿਆ ਹੋਇਆ ਫਿਰ ਉਹਦੇ ਤੇ ਕੋਈ ਵੀ ਸਟੇ ਨਹੀਂ ਪੁੱਛ ਸਕਦਾ। ਚਲੋ ਕੋਈ ਨੀ, ਜੇ ਲੋੜ ਪਈ ਬਾਈ ਜੀ ਪਰਸਨਲ ਫੋਨ ਕਰ ਲਿਓ, ਕੋਈ ਨੀ ਹੈਲਪ ਕਰ ਦਿਓ। ਸੁਰਿੰਦਰ ਜੀ, ਜਿਹੜਾ ਹੁਣ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀਗਾ ਕਿ ਇਹ ਕਾਨੂੰਨੀ ਕਹਿੰਦੇ ਕਾਰਵਾਈ ਕਰਾਵਾਂਗੇ ਕਿ ਭਾਜਪਾ ਸਾਡੇ ਬੰਦੇ ਪੱਟ ਰਹੀ ਹੈ, ਕੀ ਪ੍ਰੂਫ, ਸਿਰਫ ਅਦਾਲਤੀ ਰੌਲਾ ਜਾਂ ਕੁਛ ਨਿਕਲੇਗਾ ਇਸ ਚੋਂ? ਏਦਾਂ ਸੀ, ਪੁਲਿਸ ਵਾਲਿਆਂ ਨੇ ਨਾ ਪਿੰਡ ਚ ਰੇਡ ਕੀਤੀ, ਤੇ ਉਹ ਕਹਿੰਦੇ ਜੀ ਪਿੰਡ ਚੋਂ ਤਾਂ ਸਾਰੇ ਸ਼ਰਾਬ ਜਿਹੜੇ ਸ਼ਰਾਬ ਕੱਢਣ ਵਾਲੇ ਭੱਜ ਕੇ ਜੰਗਲ ਚ ਜਾ ਵੜੇ ਆ, ਤੇ ਪੁਲਿਸ ਨੇ ਪਿੱਛਾ ਕੀਤਾ ਉੱਥੇ ਗਏ, ਕਿਤੇ ਡਰੰਮ ਪਿਆ ਸੀ, ਕਿਤੇ ਮੱਟ ਪਾਇਆ ਹੋਇਆ ਸੀ, ਉਹਨਾਂ ਕਹਿੰਦਾ ਡਰੰਮ ਪੁੱਠੇ ਕਰ ਦੋ, ਸਾਰੇ ਅਗਲਿਆਂ ਨੇ ਪੁੱਠੇ ਕਰਕੇ ਡੋਲ ਤੇ, ਜਿੱਥੇ ਮਿੱਟੀ ਵਾਲੇ ਭਾਂਡੇ ਸੀ ਮੱਟ ਸੀ ਉਹਨਾਂ ਮਾਰ ਮਾਰ ਡੰਡੇ ਉਹ ਤੋੜ ਦਿੱਤੇ ਸਾਰੇ, ਤੇ ਜਦੋਂ ਤੋੜ ਦਿੱਤੇ ਤਾਂ ਪੁਲਿਸ ਚਲੀ ਗਈ ਵਾਪਸ, ਵੀ ਉਹ ਭੱਜ ਗਿਆ, ਜਿਹਦੇ ਮੱਟ ਟੁੱਟੇ ਉਹ ਥਾਣੇ ਚਲਾ ਗਿਆ। ਮੁਨਸ਼ੀ ਨੂੰ ਕਹਿੰਦਾ ਜੀ ਮੇਰਾ ਇੱਕ ਪਰਚਾ ਦਰਜ ਕਰੋ। ਕਹਿੰਦਾ ਕੀ? ਕਹਿੰਦਾ ਤੁਹਾਡੀ ਪੁਲਿਸ ਗਈ ਸੀ, ਉਹ ਮੇਰੇ ਸ਼ਰਾਬ ਪਾਈ ਵਾਲੇ ਮੱਟ ਜਿਹੜੇ ਸੀ ਉਹ ਸਾਰੇ ਤੋੜ ਆਈ ਆ। ਹੁਣ ਇਹਨਾਂ ਨੂੰ ਪੁੱਛੇ ਭਲੇ ਮਾਨਸੋ ਕਿਹਦੇ ਤੇ ਕਾਨੂੰਨੀ ਕਾਰਵਾਈ ਕਰਨੀ ਹੈ, ਕਿਹੜੀ ਕੋਰਟ ਚ ਜਾਣਾ, ਮਤਲਬ ਅਕਲ ਦਾ ਜਨਾਜ਼ਾ ਆਪਦੀ ਦਾ ਖੁਦ ਦਾ ਕਟਾ ਰਹੇ ਆ। ਭਲੇ ਮਾਨਸੋ ਸਟੇਟਮੈਂਟ ਦੇਣੀ ਕੋਈ ਸੋਚ ਸਮਝ ਕੇ ਦੇ ਦੋ, ਅਕਲ ਨਾ ਦੇ ਦੋ। ਜੇ ਤੁਹਾਨੂੰ ਇਹ ਸੁੰਡ ਦੀ ਗੱਠੀ ਮਿਲ ਗਈ ਆ ਤੇ ਘੱਟੋ ਘੱਟ ਸੋਚ ਲਓ ਕਿ ਚੱਲਣਾ ਕਿੱਦਾਂ, ਕਿਤੇ ਨਾ ਕਿਤੇ ਅਕਲ ਨੂੰ ਹੱਥ ਮਾਰ ਲੈਣਾ ਚਾਹੀਦਾ। ਤੁਸੀਂ ਬਾਕੀ ਜੋ ਮਰਜ਼ੀ ਬਿਆਨਬਾਜ਼ੀ ਕਰੀ ਜਾਓ, ਜਿਹੜਾ ਦਿੱਲੀ ਦੇ ਵਿੱਚ ਹੋਈ ਜਾਂਦੀ ਸਟੇਟਮੈਂਟ ਆ ਉਹੀ ਤੁਸੀਂ ਇੱਥੇ ਦੇਈ ਜਾਂਦੇ ਹੋ। ਜਿੱਦਣ ਉਹ ਖਰੀਦਣਾ ਇਹ ਪਤਾ ਹੀ ਨੀ ਤੁਹਾਨੂੰ ਲੱਗਣਾ, ਸਭ ਤੋਂ ਸੌਖੇ ਖਰੀਦਣੇ ਅਗਲਿਆਂ ਲਈ ਤੁਹਾਡੇ ਵਾਲੇ ਆ, ਤੁਹਾਡੇ ਵਾਲੇ ਤੁਹਾਡੇ ਤੋਂ ਅੱਕ ਚੁੱਕੇ ਨੇ ਤੇ ਪਬਲਿਕ ਵੀ ਅੱਕ ਚੁੱਕੀ ਆ, ਤੇ ਤੁਹਾਡੇ ਤੋਂ ਹਰ ਵਿਅਕਤੀ ਭੱਜਣਾ ਚਾਹੁੰਦਾ। ਅਗਲਿਆਂ ਨੂੰ ਬਹੁਤਾ ਸਮਾਂ ਨਹੀਂ ਲੱਗਣਾ ਜਿੱਦਣ ਉਹਨਾਂ ਉਹ ਖਰੀਦਣ ਤੇ ਆ ਗਏ, ਬਾਕੀ ਉਹ ਏਡੀ ਮੂਰਖਤਾ ਹੀ ਨਹੀਂ ਕਰਨ ਜੀ। ਜਿਹੜਾ ਤੁਹਾਡੇ ਵਾਲਾ ਕੱਲ ਆਟੋ ਤੇ ਚੜਿਆ ਫਿਰਦਾ ਸੀ, ਅੱਜ ਪ੍ਰਾਈਵੇਟ ਚਾਰਟਰਡ ਪਲੇਨ ਦੇ ਵਿੱਚ ਬੈਠ ਕੇ ਆਇਆ ਹੈਲੀਕਾਪਟਰ ਚ, ਨਹੀਂ ਦੇਖੋ ਉਹਦਾ ਵੀ ਜੇ ਕਿਰਦਾਰ ਦੀ ਗੱਲ ਕੀਤੀ ਜਾਵੇ, ਇਸ ਕਰਕੇ ਡਰਾਮੇਬਾਜ ਨੇ ਡਰਾਮੇ ਕਰਦੇ ਆ, ਨਾ ਕੋਈ ਕਾਨੂੰਨੀ ਕਾਰਵਾਈ ਹੋਣੀ ਆ, ਨਾ ਹੋਈ ਆ, ਨਾ ਕੋਈ ਬਣਦੀ ਆ, ਸਬੂਤ ਕੀ ਆ ਜੀ? ਜੀ ਸੁਰਿੰਦਰ ਜੀ ਦੇਖੋ, ਹੁਣ ਜਿਹੜੇ ਮਿਆਰ ਨੇ ਨਾ, ਜਿਹੜੇ ਐਥਿਕਸ ਨੇ, ਜਿਹੜੀ ਨੈਤਿਕਤਾ ਆ, ਜਿਹੜੇ ਬੰਦੇ ਦੇ ਸੱਚਮ ਗੁਣ ਨੇ, ਉਹ ਗੁਣ ਇਹ ਨੇ ਕਿ ਯਾਰ
बंदे दा अपना किरदार किते ना किते होवे, अमेज किते ना किते म्यार सही होवे। हुण इन्हां दी पार्टी मैं तां हैरान हां कि इस ते तां एडिटर नूं लिखे जाने चाहीदी सी, इक बहुत वड्डी बहस होनी चाहीदी है कि कोई राजनीतिक नेता इन्ना लुचकड़ुच हो सकदा जिहड़ा शरेआम कहिंदा होवे। भारतीय जनता पार्टी नूं किन्नी वारी पहलां इन्हां ने पंजाब च स्टेटमेंट दित्ती कि पैसे उन्हां तों लै लिओ, वोटां सानूं पा दिओ। चलो पैसे लैने भी गलत है, तो पैसे लैके वोटां पाउणियां भी गलत है, बयान तो यह भी नहीं शोभदा। जानी गदारी ग्लोरीफाई कर रही है यह पार्टी जिहड़ी कहिंदी असीं राजनीति दे म्यार बदलन आए हां। फिर राजनीति दे म्यार की रह गए ने? रहिंदी खुंदी कसर तां गुजरात दे विच कढ ही दित्ती। केजरीवाल साहब दी उत्थे वीडियो आई सी कि तुसीं कम भाजपा च रह के करो, तनखाहां उन्हां तों लो, खाओ उन्हां दा, यानी कि लून हराम करो, हरामी बनो, कमीने बनो, ते काम बीजेपी लई नहीं, काम आम आदमी पार्टी लई करो। मतलब ये सिख्या है कि ये मोरल सिख्या, ये मोरैलिटी है। सानू तो मौका नहीं मिलता कदे पुछे इस बाणीए नू आके माफ करना कि यार इन्ना कुत्तपणा। देखो उस बंदे नूं भविष्ण है रावण दे नाल, चलो ठीक है उहदा धर्म दा राबता सी, जिहनूं लग्या कि रावण गलत कर रहा, उहने सारा उहदा दस्सिया कि काल पावे नाल बन्निया, ये है वो है, घर दा भेंती लंका ढाए। ये उदों कहा जांदा जदों कोई बंदा माड़ा काम करे, माड़ा चंगा अपने जीवन दे लई लड़ना मरना, आखिरी समय ते धोखा ना देना, यह सदाचार समझिया जांदा है। पर इस सिलसिले दे विच माफी चाहवांगे, फेसबुक ते थोड़ा लेट स्टार्ट होया, इस सिलसिले विच ये शरेआम कह रहे ने कि तुसी रहो भाजपा दे विच, पैसे उन्हां तों लो ते काम साडे लई करो। ये सियासत दे म्यार ने जिहड़े केजरीवाल साहब दे रहे ने। हुण जे अगले पैसे लैके अगले ने मुल दिता ते तुहाडा कीमत खरीदिया, ते फिर रौला क्यों? बाकी रही गल खरीदण वेचण दी, मैं दावे नाल कहना सुरेंद्र वीर, पंजाब गवर्नमेंट दे विच जिहड़े बंदे अज वी मीडिया च काम करदे ने, उहनां दे आई टी सैल संभालदे ने, सारे नेड़ेओं जाणदे ने, बहुत चंगी तरह जाणदे ने, किसे ना किसे चैनल दे चेले बाल के रहे ने, कोई कुलीग रहा बहुते चेले बाल के ने, जिहड़े इहनां दे सारा मीडिया संभालदे ने, भावें दीपक बाली है बड़ा नेड़ेओं जाणदा, कई फंक्शन च इकट्ठे स्टेज कीती है। पर किसे ने बई जी इस मामले दे विच सरकार चोण तो बाद हैलो भी नहीं की, ना आपां कीती है ना उन्होंने कीती है। गुरदित सिंह सेखों ने जदों उन्होंने मूवमेंट चलाई सी उस लड़की दे बारे, रिस्पैक्ट करदे आ, गुरसेखों साहब की बेटी ग्लोबल ते भी काम करती रही है, गलबात कर लैंदे ने, इन्हां दे बजुर्ग भी आपां नूं सुणदे ने, मतलब जित दी वधाई तक नहीं आपां देई दी, राबता रखी देनी, ठीक है सियासतदान बन गए, दैट्स ऑल ओके। डॉक्टर बलवीर है, कदे लोड़ ही नहीं पई, हैलो हाए भी नहीं कदे हुई, बहुत नेड़े रहिंदे ने। पर इस दौरान कदे किसी ने कोशिश भी नहीं की, उन्होंने पता है कि यार ये अपनी धुन दे पक्के लोग ने, सरकारी इश्तहार दी एड जां कोई होर जां कहना कि यार खबर है ना करो ऐ ना करो, मतलब किसी ने भी कदे कोशिश नहीं करी किसी भी पार्टी ने। हाँ ठीक है राणे गुरजीत होरां नूं तकलीफ हुई, उन्होंने परचा पा दिता सी, पर अगले नूं पता है कि यार किन्ने क जोगे हैगे ते कित्थे के विकण वाले आ। मेरे कहण दा मतलब है कि अगले जे तुहाडे बारे जानदे आ ना, छोटे जे बंदा, मैं कोई बहुता वड्डा बंदा नहीं है, ते अगले संपर्क तक नहीं करदे, उन्हां नूं पता है कि यार उन्हें मनना नहीं, उन्हें विकना नहीं, ते हुण जदों तुहाडा सौदा विकण नूं तैयार है तां ही फिर अगले भाई करदे ने। सौदा माड़ा अपना, फिर बाणीए नूं की दोष? जी सुरेंद्र करो कंप्लीट इस ते, फिर बीजेपी ते गल करदे आ। जिहड़ा बीजेपी वालिया ने अज गड्डियां साड़ियां ने बंगाल दे विच, कोहराम मचाया, तृणमूल कांग्रेस की ममता बनर्जी के खिलाफ उस इशू ते फिर गल करदे आ। जी परमिंदर, पहली गल ते मैनू नहीं लगता कि उन्होंने कोई खरीदने की कोशिश की, जिदन उन्हें कोशिश की इन्हों पता ही नहीं लगना कि वापर की गया। अज की डेट च उन्होंने 25-30-40-50 इन्हां दे एमएलए चकने की औखे आ, जिदन उन्होंने चकने चका के अगलिया ने नाल दी नाल कहना भी आ जाओ, दूजी गल एडी वड्डी गलती करनगे? उन्हां नूं नहीं पता कि पोलिटिकली एडी वड्डी गलती करांगे, सैकंडली इन्हां नूं तो पॉलिश कर रहे ने,
ਇਹਨਾਂ ਨੂੰ ਪੋਲਿਸ਼ ਕਰਨਗੇ ਤੇ ਕਾਂਗਰਸ ਖਤਮ ਹੋਏਗੀ। ਜੇ ਉਹ ਇਹਨਾਂ ਨੂੰ ਖਰੀਦਣ ਲੱਗ ਗਏ, ਇਹਨਾਂ ਨੂੰ ਜ਼ੀਰੋ ਕਰਨ ਲੱਗ ਗਏ ਤੇ ਫਿਰ ਕਾਂਗਰਸ ਕਿੱਦਾਂ ਖਤਮ ਹੋਏਗੀ? ਇੱਕ ਧਿਰ ਤਾਂ ਵਿਰੋਧ ਚ ਰਹਿਣੀ ਰਹਿਣੀ ਹੈ ਨਾ। ਜੇ ਆਪਾਂ ਕਹਿ ਦਈਏ ਵਿਰੋਧੀ ਧਿਰ ਬਿਲਕੁਲ ਖਤਮ ਹੋ ਜਾਏ, ਇਹ ਤਾਂ ਕਦੀ ਹੋਇਆ ਹੀ ਨਹੀਂ। ਇਹ ਤਾਂ ਤੁਸੀਂ ਪਿੰਡ ਚ ਸਰਪੰਚੀ ਲੈ ਲਓ, ਪੰਚੀ ਦੀ ਚੋਣ ਲੈ ਲਓ, ਜਿਹੜੀ ਮਰਜ਼ੀ ਬਲਾਕ ਸੰਮਤੀ ਲੈ ਲਓ, ਜ਼ਿਲ੍ਹਾ ਪ੍ਰੀਸ਼ਦ ਲੈ ਲਓ, MLA ਦੀ ਲੈ ਲਓ, MP ਦੀ ਲੈ ਲਓ, ਜਿਹੜੀ ਚ ਮਰਜ਼ੀ ਚੱਲ ਜਾਓ, MC ਦੀ ਲੈ ਲਓ, ਕਦੀ ਇਹ ਹੋ ਸਕਦਾ? ਭਾਵੇਂ ਬੰਦੇ ਨੂੰ ਪਤਾ ਹੋਵੇ ਮੈਂ ਨਹੀਂ ਜਿੱਤਣਾ ਤਦ ਵੀ ਖੜਾ ਹੁੰਦਾ। ਕਦੀ ਵਿਰੋਧੀ ਧਿਰ ਖਤਮ ਹੋਈ ਆ? ਅਗਲੇ ਨੇ ਆਪਣੀ ਵਿਰੋਧੀ ਧਿਰ ਖੜੀ ਕੀਤੀ ਹੈ ਬਰਾਬਰ ਕਿ ਉਸ ਧਿਰ ਨੂੰ ਖਤਮ ਕਰਨਾ, ਤੇ ਫਿਰ ਜਿਹੜੀ ਧਿਰ ਖੜੀ ਕੀਤੀ ਉਹਨੂੰ ਅਜੇ ਖਤਮ ਕਰਨ ਦਾ ਮੌਕਾ ਨਹੀਂ ਆਇਆ। ਬੱਕਰੇ ਨੂੰ ਪਾਲਦੇ ਨੇ, ਅਗਲੇ ਪਾਲ ਕੇ ਲਿਜਾਂਦੇ ਆ, ਜੇ ਬੱਕਰੀ ਹੋਵੇ ਤੇ ਦੁੱਧ ਵੀ ਚੋਂਦੇ ਆ, ਦੋ ਚਾਰ ਸੂਏ ਵੀ ਲੈ ਲੈਂਦੇ ਆ ਤੇ ਫੇਰ ਗਰਦਨ ਚ ਟਕਾਉਂਦੇ ਆ। ਇੱਕ ਕਾਲ ਲੈ ਲਈ ਸੁਰਿੰਦਰ ਜੀ, 608 ਨੰਬਰ, 608 ਨੰਬਰ, ਹੈਲੋ, ਇੱਕ ਸੈਕਿੰਡ, ਕਿਸੇ ਨੂੰ ਹੋਲਡ ਰੱਖੋ, ਚਲੋ ਗੱਲ ਕਰਦੇ ਹਾਂ। ਦੋਸਤੋ, ਸਾਡੇ ਇਹਨਾਂ ਪ੍ਰੋਗਰਾਮਾਂ ਨੂੰ ਸਪੋਰਟ ਕੀਤਾ ਬਾਈ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ, ਜਿਨ੍ਹਾਂ ਦੇ ਅਮਰੀਕਾ ਦੇ ਵਿੱਚ ਕਈ ਸਾਰੇ ਕਾਰੋਬਾਰ ਨੇ ਤੇ ਵਾਸ਼ਿੰਗਟਨ ਦੇ ਵਿੱਚ ਹੈ ਉਹਨਾਂ ਦਾ ਆਰਲਿੰਗਟਨ ਫਿਊਲ ਸਟਾਪ, 1801 ਈਸਟ ਹਾਈਵੇ ਐਗਜ਼ਿਟ 208 ਤੇ। ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈਮੇਲ ਫੈਸ ਕਰਨ ਦੀ ਸੁਵਿਧਾ ਤੇ ਟਰੱਕ ਪਾਰਕਿੰਗ ਫ੍ਰੀ, ਨਾਲ ਟਰੱਕਾਂ ਦਾ ਸਮਾਨ ਸਮਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਹੈ ਇਹਨਾਂ ਦੀ ਕੈਲੀਫੋਰਨੀਆ ਚ ਲੋਸਟਲ ਟ੍ਰੈਵਲ ਸੈਂਟਰ, 1414 ਲੋਮਾ ਸਟਰੀਟ, ਲੋਸਟਲ, ਐਗਜ਼ਿਟ 278 ਤੇ। ਇਸ ਲੋਕੇਸ਼ਨ ਤੇ ਚਾਹ, ਸ਼ਾਵਰ, ਲਾਂਡਰੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਲਿਕਰ ਸ਼ਾਪ ਫ੍ਰੀ ਨਹੀਂ ਹੈ, ਸਦ ਬਜੋ ਕਰੋ। ਬਲਵੀਰ ਸਿੰਘ ਸਮਾਨਪੁਰ ਹੋੜਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ, ਇਹਨਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰਾਂਚਾਈਜ਼, ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋੜਾਂ ਦੇ ਭਰਾ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ, 425-232-84-13, 425-232-84-13 ਨੰਬਰ ਹੈ ਹਰਜਾਪ ਸਿੰਘ ਹੋਰਾਂ ਦਾ। ਇਸੇ ਤਰ੍ਹਾਂ ਸਾਨੂੰ ਸਪੋਰਟ ਕੀਤਾ ਵਾਸ਼ਿੰਗਟਨ ਫੀਲਡ ਸਰਵਿਸ ਨੇ, ਸਿਆਟਲ ਇਲਾਕੇ ਦੇ ਲੋਕਾਂ ਲੋਡ ਚਾਹੁੰਦੇ ਹੋ, ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲਿਆਂ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਚ ਦਿੰਦੇ ਨੇ। ਡਰਾਈਵਿੰਗ ਦੀ ਜੋਬ ਚਾਹੀਦੀ ਹੈ ਤੇ ਅਵਰਲੀ ਬੜੇ ਅੱਛੇ ਵੇਜਸ ਅਦਾ ਕਰਦੇ ਆ। ਜਗਦੀਪ ਸਿੰਘ ਸੰਧੂ ਇਨ ਦਿਨ ਇੰਡੀਆ ਨੇ, ਉਨ੍ਹਾਂ ਦਾ ਨੰਬਰ ਹੈ, ਉਸ ਹਿਸਾਬ ਨਾਲ ਕਾਲ ਕਰ ਲਿਓ, 253-269-24, 253-266-6924 ਤੇ। ਗੈਰੀ ਧਾਲੀਵਾਲ ਦਾ ਨੰਬਰ ਹੈ 206-354-4060, 206-354-4060 ਨੰਬਰ ਹੈ ਗੈਰੀ ਧਾਲੀਵਾਲ ਦਾ। ਇਸੇ ਤਰ੍ਹਾਂ ਬਾਈ ਸੁਖੀ ਘੁੰਮਣ ਹੋਰੀ ਨੇ ਬੇਕਰਸ ਫੀਲਡ ਦੇ ਵਿਚ ਹੈ, ਜਿਨ੍ਹਾਂ ਦਾ ਯੂਨੀਅਨ ਬਲੇਸ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ, ਐਡਰੈਸ ਹੈ 2201 ਸਾਊਥ ਯੂਨੀਅਨ ਐਵਨਿਊ, ਬੇਕਰਸ ਫੀਲਡ, ਕੈਲੀਫੋਰਨੀਆ, ਜਿਪ ਕੋਡ 93307। ਰੋਡਵੇਜ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਇਹ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ 6064-304-7500 ਤੇ। ਜੈਕ ਘੁੰਮਣ ਹੋਰਾਂ ਦਾ ਨੰਬਰ 6061-885-8852 ਬੇਕਰਸ ਫੀਲਡ ਦੇ ਵਿਚ, ਯੂਨੀਅਨ ਵਿਲੇਜ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ। 608 ਨੰਬਰ, ਸਵਾਗਤ ਜੀ। ਸਤਿ ਸ੍ਰੀ ਅਕਾਲ ਜੀ ਟਵਾਣਾ ਸਾਹਿਬ। ਸਤਿ ਸ੍ਰੀ ਅਕਾਲ, ਗੁਰਪ੍ਰੀਤ ਸੇਖੋਂ ਬੋਲਦਾ ਜੀ, ਪਿੰਡ ਰਸਤੇ ਖੇੜੇ ਤੋਂ। ਹਾਂਜੀ ਸੇਖੋਂ ਸਾਹਿਬ, ਕੀ ਹਾਲ ਚਾਲ ਹੈ, ਗੱਲ ਕਰੋ। ਸਾਰੇ ਆਮ ਆਦਮੀ ਪਾਰਟੀ ਦਾ ਵੀ ਦੂਜੀਆਂ ਪਾਰਟੀਆਂ ਨੂੰ 20% ਦਾ ਕੰਮ ਨੰਗਾ, ਇਹਨਾਂ ਨੇ ਝੋਨੇ ਦੀ ਸਿੱਧੀ ਬਿਜਾਈ ਦੇ ਪੈਸੇ ਹਜੇ ਤੱਕ ਕੋਈ ਨੀ ਆਏ, ਤੇ ਜਾਂ ਪਰਾਲੀ ਦਾ ਵਾਅਦਾ ਕਰੀ ਜਾਂਦੇ ਹੁਣ, ਪਰਾਲੀ ਨਾ ਸਾੜੋ ਪੈਸੇ ਦੇਵਾਂਗੇ, ਲਾਰੇ ਲਾਈ ਜਾਂਦੇ ਆ। ਹਾਂਜੀ, ਹੁਣ ਜਿਹਦੇ ਕੋਲ, ਮੇਰੀ ਗੱਲ ਸੁਣੋ, ਵੀ 7 ਏਕੜ ਸਾਡੇ ਕੋਲ ਬਾਸਮਤੀ ਹੈ, ਅਸੀਂ ਇਹਦੀ ਪਰਾਲੀ ਨੂੰ ਕੀ ਕਰਾਂਗੇ? ਬਿਲਕੁਲ, ਸੇਖੋ ਸਾਹਿਬ ਮਸ਼ੀਨਾਂ ਦਾ ਕਹਿੰਦੇ ਵਾਅਦਾ ਕਰੇ, ਇੰਨੀਆਂ ਮਸ਼ੀਨਾਂ ਦਿੱਤੀਆਂ, ਕੁਛ ਮਿਲੀਆਂ ਇਸ ਵਾਰੀ? ਨਹੀਂ ਜੀ, ਕੁਛ ਨੀ ਮਿਲਿਆ ਮੁਲਿਆ, ਇਹ ਸਭ ਠੱਗੀ ਵੱਗੀ ਹੈਗੀ ਆ ਸਭ, ਕੋਈ ਮਸਲਾ ਨੀ ਹੱਲ ਹੁੰਦਾ ਕਿਸੇ ਗੌਰਮੈਂਟ ਤੋਂ ਵੀ, ਸਿਰਫ ਧਾਰੀਵਾਲ ਸਾਹਿਬ ਨੇ ਕੱਲੇ ਬਿਆਨ ਦੇਣ ਨਾਲ ਕੀ ਹੋਣਾ, ਜਦੋਂ ਕਿਸੇ ਪਹੁੰਚਦਾ ਹੀ ਕਿਸੇ ਕੋਲ ਕੁਛ ਨੀ ਹੈ, ਹੱਲ ਨਹੀਂ ਨਾ ਬਣਦਾ ਪਰਾਲੀ ਦਾ, ਕਿਉਂਕਿ ਤੁਹਾਡੇ ਸਾਹਮਣੇ ਇੱਥੇ ਸਾਰਿਆਂ ਨੇ ਅੱਗ ਲਾਉਣੀ ਹੈ, ਹੋਰ ਹੱਲ ਹੀ ਹੈਨੀ ਆ, ਕੋਈ ਦੱਸੋ ਕੀ ਕਰਾਂਗੇ ਆਪਾਂ। ਤੇ ਬਿਜਾਈ ਦਾ ਮਾਨ ਸਾਹਿਬ ਬੜੇ ਬਿਆਨ ਦਿੰਦੇ ਸੀ, ਬਿਜਾਈ ਕਰੋ, ਅਸੀਂ ਕੀਤੀ ਹੈ ਸਿੱਧੀ ਬਿਜਾਈ, ਸਾਨੂੰ ਕੋਈ ਪੈਸਾ ਨੀ ਮਿਲਿਆ ਜੀ, ਬਾਤ ਨੀ ਪੁੱਛੀ, ਉਹ ਸੈਂਟਰ ਨੂੰ ਕਹਿੰਦੇ ਤੁਸੀਂ ਦਿਓ। ਨਹੀਂ ਜੀ, ਉਹ ਕੁਛ ਵੀ ਆ, ਚਲੋ ਇਹਨਾਂ ਨੂੰ ਬਿਆਨ ਤਾਂ ਨੀ ਨਾ ਦੇਣਾ ਚਾਹੀਦਾ, ਫਿਰ ਇਹ ਸੱਚੀ ਸੁੱਚੀ ਪਾਰਟੀ ਹੈ, ਕਾਂਗਰਸ ਤੇ ਅਕਾਲੀ ਤਾਂ ਚਲੋ ਆਪਾਂ ਮੰਨ ਲਏ, ਤੇ ਫਿਰ ਇਹ ਕੰਮ ਸਹੀ ਕਰਨੇ ਆਖਣੀ ਨਾ ਲੋਕਾਂ ਨੂੰ, ਕਿਉਂ ਵਾਇਦਾ ਕਰਦੇ ਆ ਇਹ?
ਬਿਲਕੁਲ ਜਦੋਂ ਪੂਰਾ ਨੀ ਹੁੰਦਾ ਬਿਜਾਈ ਦਾ ਬੜਾ ਸ਼ੋਰਟ ਟਾਈਮ ਹੁੰਦਾ ਜੀ, ਨਵੰਬਰ ਦਾ ਮਹੀਨਾ 25 ਨਵੰਬਰ ਤੱਕ ਕਣਕ ਦੀ ਬਿਜਾਈ ਖਤਮ ਹੋ ਜਾਂਦੀ ਹੈ। ਫਾਰਮਰ ਕੀ ਕਰੂਗਾ, ਕਿੰਨਾ ਕੁ ਦਿਨ ਬੀਤੂਗਾ ਇਹਨਾਂ ਨੂੰ? ਜੀ 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 ਫਿਰ ਜਿਹੜਾ ਸੁਪਰ ਸੀਡਰ ਹੈ ਉਹ ਬੜੇ ਵੱਡੇ ਆ, 60-65 horsepower ਤੋਂ ਟਰੈਕਟਰ ਮਤਲਬ ਘੱਟ ਉਹਨੂੰ ਚਲਾਉਂਦਾ ਨੀ ਗਾ। ਓਕੇ ਹਾਂ ਉਹ ਤਾਂ ਹੈ। ਜਿਹਦੇ ਕੋਲ 10 ਲੱਖ ਦਾ ਟਰੈਕਟਰ ਹੈ ਨੀ ਉਹਨੂੰ ਚਲਾਊ ਕਿਵੇਂ, ਮੈਨੂੰ ਦੱਸੋ। ਆਮ ਕੀ ਹੈ ਕੰਮ ਕਾਜ ਪੱਖੋਂ ਪਾਰਟੀ ਦੀ ਕੀ ਪੋਜੀਸ਼ਨ, ਆਮ ਆਦਮੀ ਸਰਕਾਰ ਦੀ ਕੀ ਪੋਜੀਸ਼ਨ ਚੱਲ ਰਹੀ ਹੈ ਤੇ ਪਸ਼ੂ ਢਾਂਡੇ ਦਾ ਕੀ ਹਾਲ ਹੈ? ਪਿੰਡਾਂ ਪੁੰਡਾਂ ਚ ਤਾਂ ਬਸ ਲੋਕ ਕਹਿਣ ਲੱਗ ਗਏ ਵੀ ਕੋਈ ਏਡੀ ਖਾਸ ਗੱਲ ਨੀ ਗੀ, ਐਵੇਂ ਠੱਗੀ ਆ ਕੇਜਰੀਵਾਲ ਦੀ ਬਣਾਈ ਸੀ ਪੰਜਾਬ ਚ ਚੱਲ ਗਈ। ਨਸ਼ਾ ਨੁਸ਼ਾ ਸਾਰਾ ਪੂਰਾ ਚੱਲੀ ਜਾਂਦਾ, ਕੋਈ ਤਕਰੀਬਨ ਕੋਈ ਖਾਸ ਗੱਲਬਾਤ ਹੈ ਨੀ ਜੀ। ਥੈਂਕ ਯੂ ਸੇਖੋ ਸਾਹਿਬ, ਥੈਂਕ ਯੂ। ਰੱਤਾ ਖੇੜਾ ਤੋਂ ਬਾਈ ਗੁਰਦੀਪ ਸਿੰਘ ਸੇਖੋਂ ਜੁੜੇ ਸੀ। ਬਿਲਕੁਲ ਸੁਰਿੰਦਰ ਬਾਈ ਜੀ, ਹਾਲਾਤ ਸਰਕਾਰ ਦੇ ਐਸੇ ਹੀ ਨੇ ਤੇ ਇਸ ਦੌਰਾਨ ਸੁਰਿੰਦਰ ਜੀ ਦੇਖੋ, ਇਹ ਤਾਂ ਕਹਿੰਦੇ ਹਾਈਕੋਰਟ ਜਾਵਾਂਗੇ, ਪਰ ਹਾਈਕੋਰਟ ਤਾਂ ਇੱਕ ਹੋਰ ਕੇਸ ਚ ਵੀ ਇਹਨਾਂ ਨੂੰ ਜਾਣਾ ਪੈਣਾ, ਜਿਹੜਾ ਇਹ 1 ਅਕਤੂਬਰ ਤੋਂ ਤਕਰੀਬਨ ਬੜੇ ਜ਼ੋਰ ਸ਼ੋਰ ਨਾਲ ਕਹਿੰਦੇ ਸੀ ਕਿ ਘਰ ਘਰ ਆਟਾ ਪਹੁੰਚਾਵਾਂਗੇ, ਜਿਹੜੇ ਵੱਡੇ ਘਰਾਂ ਦੇ ਲੋਕ ਨੇ, ਕਿਉਂਕਿ ਕਈਆਂ ਨੇ ਵੀਡੀਓ ਵੈਸੇ ਹੀ ਬਣਾ ਦਿੱਤੀਆਂ ਕਿ ਜਿਹੜੇ ਵੱਡੇ ਘਰਾਂ ਦੇ ਲੋਕ ਨੇ ਮਰਸਰੀਜ਼ ਕਾਰਾਂ ਵਾਲੇ ਨੇ ਉਹ ਆਟਾ ਦਾਲ ਲਈ ਜਾਂਦੇ ਨੇ। ਸੋ ਇਸ ਸਿਲਸਿਲੇ ਦੇ ਵਿੱਚ ਜਿਹੜਾ ਪੰਜਾਬ ਹਰਿਆਣਾ ਹਾਈਕੋਰਟ ਦੇ ਵਿੱਚ ਮਸਲਾ ਚੱਲਿਆ ਗਿਆ ਸੀਗਾ, ਕਿਉਂਕਿ ਜਿਹੜੇ ਡੀਪੂਆਂ ਵਾਲੇ ਨੇ ਉਹ ਡੀਪੂ ਵਾਲੇ ਨੇ ਆਖਿਆ ਸੀ ਕਿ ਇਹਦੇ ਨਾਲ ਸਾਡਾ ਰੁਜ਼ਗਾਰ ਖੁੱਸੇਗਾ, ਤੇ ਜਿਸ ਸਿਲਸਿਲੇ ਵਿੱਚ ਡੀਪੂ ਵਾਲੇ ਪੰਜਾਬ ਹਰਿਆਣਾ ਹਾਈਕੋਰਟ ਚ ਗਏ ਸੀ। ਸੋ 1 ਅਕਤੂਬਰ ਤੋਂ ਜਿਹੜੀ ਯੋਜਨਾ ਸ਼ੁਰੂ ਕਰਨੀ ਸੀ ਘਰ ਘਰ ਆਟਾ ਦਾਲ ਪਹੁੰਚਾਉਣ ਦੀ, ਉਸ ਤੇ ਹਾਈਕੋਰਟ ਨੇ ਰੋਕ ਲਾ ਦਿੱਤੀ ਹੈ, ਕਿਉਂਕਿ ਇਹ ਜਿਹੜੇ ਡਿਪੂ ਹੋਲਡਰ ਐਸੋਸੀਏਸ਼ਨ ਵੱਲੋਂ ਪਟੀਸ਼ਨ ਪਾਈ ਸੀ ਉਸ ਦੇ ਹਾਲ ਦੀ ਘੜੀ ਸਟੇ ਹੋਈ ਹੈ। ਇਸ ਐਸੋਸੀਏਸ਼ਨ ਦੇ ਮਾਨਸਾ ਜ਼ਿਲ੍ਹੇ ਦੇ ਆਗੂ ਨੇ ਜਿਹੜੇ ਡਿਪੂ ਵਾਲੇ ਲਾਲਜੀਤ ਸਿੰਘ ਲਾਲੀ, ਉਨ੍ਹਾਂ ਨੇ ਆਖਿਆ ਕਿ ਰਾਸ਼ਨ ਡਿਪੂਆਂ ਵੱਲੋਂ ਵਧੀਆ ਢੰਗ ਨਾਲ ਰਾਸ਼ਨ ਵੰਡਿਆ ਜਾ ਰਿਹਾ, ਪਰ ਪੰਜਾਬ ਗੌਰਮੈਂਟ ਦੀ ਨਵੀਂ ਸਕੀਮ ਨੇ ਸਾਡਾ ਰੁਜ਼ਗਾਰ ਖੋਹ ਦੇਣਾ, ਖਪਤਕਾਰਾਂ ਨੂੰ ਵੀ ਮੁਸ਼ਕਲ ਹੈ, ਡਿਪੂ ਹੋਲਡਰਾਂ ਨੂੰ ਵੀ ਮੁਸ਼ਕਲ ਹੈ। ਇਸ ਕਰਕੇ ਇਨ੍ਹਾਂ ਨੇ ਇਹ ਮਸਲਾ ਹਾਈਕੋਰਟ ਚ ਲੈ ਗਏ ਤੇ ਹਾਈਕੋਰਟ ਨੇ ਰੋਕ ਲਾ ਦਿੱਤੀ ਹੈ, ਤੇ ਇਹ ਤਾਂ ਫਿਰ ਹੁਣ ਧਰੀਆਂ ਧਰਾਈਆਂ ਰਹਿ ਗਈਆਂ, ਜਿਹੜਾ ਕਹਿੰਦੇ ਸੀ ਘਰ ਘਰ ਆਟਾ ਦਾਲ ਪਹੁੰਚਾਵਾਂਗੇ। ਜੀ ਪਰਮਿੰਦਰ, ਗੱਲ ਇਹ ਆ, ਪਹਿਲੀ ਗੱਲ ਤੇ ਤੁਸੀਂ ਦਾਲ ਜਦੋਂ ਪਹਿਲਾਂ ਚੱਲ ਰਿਹਾ ਸੀ ਕਣਕ ਦਾ ਸਿਸਟਮ, ਕਣਕ ਜਾ ਰਹੀ ਹੈ 2 ਰੁਪਏ ਕਿਲੋ ਦੇ ਹਿਸਾਬ ਨਾਲ ਜਾ ਰਹੀ ਹੈ, ਤੁਸੀਂ ਪਹੁੰਚਾ ਦੋ, ਤੁਸੀਂ ਹੁਣ ਕਹਿੰਦੇ ਅਸੀਂ ਆਟਾ ਪਹੁੰਚਾਉਣਾ, ਅਸੀਂ ਫਰੀ ਚ ਪਹੁੰਚਾਉਣਾ, ਜਿਹੜਾ ਸਿਸਟਮ ਬਣਿਆ ਤੁਸੀਂ ਉਹਨੂੰ ਚੱਲਣ ਨਹੀਂ ਦਿੰਦੇ, ਹਰ ਇੱਕ ਸਿਸਟਮ ਨੂੰ ਤੁਸੀਂ ਅਲਝਾਉਣਾ ਚਾਹੁੰਦੇ ਹੋ। ਜਿਹੜਾ ਆਟਾ ਪਹੁੰਚਾਉਣਾ, ਪਹਿਲੀ ਗੱਲ ਤੇ ਆਟੇ ਜਦੋਂ ਕਣਕ ਨੂੰ ਪਸਾਓਗੇ, ਆਟਾ ਤਿਆਰ ਕਰੋਗੇ, ਉਹ ਕਿੰਨਾ ਪੈਸਾ ਉਹਦੇ ਤੇ ਖਰਚ ਆਏਗਾ ਸਟੇਟ ਗੌਰਮੈਂਟ ਦਾ, ਪਹਿਲਾਂ ਸਟੇਟ ਦੇ ਉੱਪਰ ਬੋਝ ਪਏਗਾ, ਪਹਿਲਾਂ ਤਾਂ ਫ੍ਰੀ ਕਣਕ ਵੰਡਣ ਚ ਬੋਝ ਆ, ਤੇ ਫਿਰ ਰਹਿੰਦੀ ਖੁੰਦੀ ਕਸਰ ਜਿਹੜੀ ਆਟੇ ਚ। ਦੂਜੀ ਗੱਲ, ਕਣਕ ਤਾਂ ਤੁਹਾਡੀ ਪਈ ਰਹਿ ਸਕਦੀ, ਸਟੋਰ ਕਰ ਸਕਦੇ ਹੋ, ਆਟਾ ਸਟੋਰ ਨਹੀਂ ਹੁੰਦਾ ਪਰਮਿੰਦਰ, ਆਪਾਂ ਘਰ ਚ ਆਟਾ ਪਸਾ ਕੇ ਲਿਆਉਂਦੇ ਘਰੋਂ, ਕਣਕ ਚੱਕ ਕੇ ਲਿਜਾ ਕੇ, ਆਪਾਂ ਨੂੰ ਪਤਾ 20-25 ਦਿਨ ਤੋਂ ਵੱਧ ਦਾ ਆਟਾ ਨਹੀਂ ਪਸਾਈਦਾ, ਆਉਂਦੀ ਆ ਬਾਅਦ ਚ। ਤੇ ਫਿਰ ਤੁਸੀਂ ਜਦੋਂ ਇਕੱਠਾ ਆਟਾ ਅਗਲੇ ਦੇ ਘਰੇ ਸੁੱਟ ਦੇਓਗੇ, ਕਿੱਥੇ ਸਾਂਭੂਗਾ ਆਟੇ ਦੀ ਵੈਲਿਊ ਰਹੇਗੀ ਕੋਈ? ਆਪਾਂ ਆਟਾ ਕਿੰਨਾ ਮਰਜ਼ੀ ਸੰਭਾਲ ਲਓ, ਉਹ ਚ ਸੁੰਡੀ ਵੀ ਪੈਗੀ, ਉਹ ਚ ਸੁਸਰੀ ਵੀ ਪੈਗੀ, ਕੀ ਸਾਰਾ ਟੱਬਰ ਰੋਜ ਆਟਾ ਛਾਨਣ ਤੇ ਰਿਹਾ ਕਰੇਗਾ? ਬਰਸਾਤ ਤਾਂ ਬੜਾ ਮਾੜਾ ਹਾਲ ਹੁੰਦਾ, 2-3 ਮਹੀਨੇ ਤਾਂ ਬੜਾ, 3 ਮਹੀਨੇ ਤਾਂ ਬੜਾ ਮਾੜਾ ਹਾਲ ਹੁੰਦਾ ਜੀ। ਪਰਮਿੰਦਰ, 3 ਮਹੀਨੇ ਨੀ, ਤੁਸੀਂ ਇੱਕ ਚੀਜ਼ ਦੇਖ ਲੋ, ਜਦੋਂ ਗਰਮੀ ਸ਼ੁਰੂ ਹੋ ਗਈ, ਜਦੋਂ ਅਪ੍ਰੈਲ, ਮਈ, ਜੂਨ, ਜੁਲਾਈ, ਅਗਸਤ ਤੇ ਸਤੰਬਰ ਵੀ, ਈਵਨ ਕਿ ਅਕਤੂਬਰ ਤੋਂ ਸੈੱਟ ਆਉਣਾ ਨਾਲੇ। ਜੀ ਜੇ ਸੁਰਿੰਦਰ ਜੀ ਇਹਨਾਂ ਨੂੰ ਲੱਗਦਾ ਕਿ ਕਈ, ਜਿਸ ਕਰਕੇ ਇਹ ਕਹਿੰਦੇ ਵੀ ਜਾਲੀ ਬੰਦੇ ਨੇ ਜਿਹੜੇ ਟਾਈਮ ਵੇਸਟ ਕਰਦੇ ਨੇ ਜਾਂ ਮਜ਼ਦੂਰਾਂ ਨੂੰ ਦਿਹਾੜੀ ਭਰਨੀ ਪੈਂਦੀ ਹੈ, ਤੁਸੀਂ ਇਸ ਤਰ੍ਹਾਂ ਦਾ ਡਿਪੂ ਵਾਲਿਆਂ ਨੂੰ ਆਖੋ ਕਿ ਭਾਈ ਤੁਸੀਂ ਲੇਬਰ ਜ਼ਿਆਦਾ ਲਾਓ ਆਪਣੀ, ਫਟਾਫਟ ਵੰਡੋ। ਦੂਸਰਾ ਕਿ ਜਾਲੀ ਬੰਦਿਆਂ ਦੇ ਅੱਗੇ ਜਦੋਂ ਬੈਲ ਮਾਰਿਆ ਕਰਨਗੇ, ਵੱਡੀ ਕੋਠੀ ਵਾਲਾ ਆਟਾ ਦਾਲ ਲੈਣ ਨੂੰ ਸ਼ਰਮ, ਮੈਨੂੰ ਸ਼ਰਮ ਕਿਹਦੇ ਹੀ ਬਣਦੀ ਹੈ? 3.5 ਲੱਖ ਤਾਂ ਜਿਹੜੇ ਆ ਪੈਨਸ਼ਨ ਵਾਲੇ ਰੱਦ ਕੀਤੇ ਗਏ ਨੇ, ਸੰਗਰੂਰ ਜ਼ਿਲ੍ਹੇ ਚ ਸਭ ਤੋਂ ਵੱਧ ਨੇ ਜਿੱਥੇ ਧੜਾਧੜ ਵੋਟਾਂ ਮਾਨ ਸਾਹਿਬ ਨੂੰ ਪੈਂਦੀਆਂ ਨੇ। ਤੇ ਇਸ ਦੌਰਾਨ ਤੁਸੀਂ ਆਪਣਾ ਚੈੱਕ ਰੱਖੋ, ਤੁਸੀਂ ਜਾ ਕੇ ਆਪਣੇ ਤੌਰ ਤੇ ਚੈਕਿੰਗ ਕਰੋ ਕਿ ਵਾਕਈ ਮਤਲਬ ਬੰਦਾ ਲੋੜ ਪੈਂਦਾ, ਇਸ ਤਰ੍ਹਾਂ ਇਹ ਰੋਕਿਆ ਜਾ ਸਕਦਾ, ਅਦਰਵਾਈਜ਼ ਤਾਂ ਮਤਲਬ ਇਹਦੇ ਨਾਲ ਤਾਂ ਕੋਈ ਫਰਕ ਨਹੀਂ ਪੈਣਾ। ਪਰ ਹਾਈਕੋਰਟ ਚ ਗਏ ਨੇ ਤੇ ਕੀ ਲੱਗਦਾ ਕਿ ਹਾਈਕੋਰਟ ਦੇ ਵਿੱਚ ਇਹ ਸਕੀਮ ਫਿਰ ਉਲਝ ਕੇ ਰਹਿ ਜਾਏਗੀ? ਤੇ ਇਸ ਦੇ ਨਾਲ ਨਾਲ ਅਗਲੀ ਖਬਰ ਵੱਲ ਨੂੰ ਚੱਲਾਂਗੇ ਕਿ ਕੰਪਲੀਟ ਕਰਦੇ ਉਹਨੂੰ,
ਕਿ ਕੋਹਿਨੂਰ ਹੀਰਾ ਤੇ ਹੁਣ ਭਗਵਾਨ ਜਗਨਨਾਥ ਦੇ ਜਿਹੜੀ ਮੈਨੇਜਮੈਂਟ ਹੈ ਉਹਨਾਂ ਨੇ ਦਾਅਵਾ ਕਰ ਦਿੱਤਾ। ਇੱਕ ਪਾਸੇ ਤਾਂ ਜਿਹੜੀ ਮਹਾਰਾਣੀ ਇਲਿਜ਼ਾਬੈਥ ਹੈ ਮਰੀ ਪਈ ਹੈ ਤੇ ਉਹਦੇ ਜਿਹੜਾ ਕਰਾਊਨ ਦੇ ਵਿੱਚ ਜਿਹੜਾ ਹੀਰਾ ਜੜਿਆ ਹੋਇਆ ਤਾਂ ਉਹ ਕੋਹਿਨੂਰ ਹੀਰੇ ਨੂੰ ਲੈ ਕੇ ਰੌਲਾ ਵਧਿਆ ਤੇ ਉਸ ਸੰਸਥੇ ਵਿੱਚ ਜਿਹੜਾ ਗੱਲਬਾਤ ਇਹ ਹੋ ਰਹੀ ਹੈ ਕਿ ਉਹ ਹੀਰਾ ਜਿਹੜਾ ਉਹ ਜਗਨਨਾਥ ਮੰਦਰ ਦਾ ਹੈ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਨਾਦਰ ਸ਼ਾਹ ਨੂੰ ਜਿੱਤ ਫਤਿਹ ਕੀਤਾ ਸੀ ਤੇ ਉਦੋਂ ਇਹ ਹੀਰਾ ਉਹਨਾਂ ਨੇ ਜਗਨਨਾਥ ਮੰਦਰ ਨੂੰ ਦਾਨ ਕਰ ਦਿੱਤਾ ਸੀ। ਸੋ ਇਸ ਕਰਕੇ ਇਸ ਹੀਰੇ ਤੇ ਮਲਕੀਅਤ ਭਗਵਾਨ ਜਗਨਨਾਥ ਦੀ ਬਣੀ ਹੋਈ। ਸਵਾਗਤ ਤੁਹਾਡਾ, ਵੈਲਕਮ ਜਸਵੀਰ ਸਿੰਘ ਜੀ, ਗੱਲ ਕਰੋ। ਹਾਂਜੀ, ਹਾਂ ਹਾਂ, ਇੱਕ ਸੈਕਿੰਡ, ਤੁਹਾਡੀ ਆਵਾਜ਼ ਇੱਕ ਸੈਕਿੰਡ ਹੋਰ ਇੱਕ ਹਾਂਜੀ ਹਾਂਜੀ ਨੰਬਰ ਤੋਂ ਜਿਹੜੇ ਭਾਜੀ ਕਹਿ ਕੇ ਕੋਈ ਆਪ ਸਰਕਾਰ ਨੇ ਬਜਾਈ ਦੇ ਪੈਸੇ ਨਹੀਂ ਦਿੱਤੇ, ਦੇਖੋ ਜੀ ਇਹ ਸੰਤਾਈਆਂ ਤਾਂ ਰਹਿਣੀਆਂ ਸਰਕਾਰ ਦੇ ਵਿੱਚ ਵੀ ਉਹਦੇ ਨਾਲ ਖਰਾਬ ਘੱਟ ਰਹੇਗਾ। ਬਿਮਾਰੀ ਤਿੰਨ ਤਰ੍ਹਾਂ ਦੀ ਹੁੰਦੀ, ਇੱਕ ਨੂੰ ਬਲੱਡ ਕੈਂਸਰ ਹੋਇਆ ਵਾ, ਇੱਕ ਦੀ ਰੀੜ ਦੀ ਹੱਡੀ ਮਾ ਫ੍ਰੈਕਚਰ ਹੋਇਆ ਵਾ, ਇੱਕ ਦਾ ਸਿਰ ਦੁਖਦਾ, ਡਿਫਰੈਂਟ ਹੈ ਨਾ ਜੀ। ਇਹ ਸੰਤਾਈਆਂ ਰਹਿਣੀਆਂ ਇਹਨਾਂ ਦੇ ਵਿੱਚ, ਇਹ ਵੀ ਪੰਜਾਬੀ ਬੰਦੇ ਹੁੰਦੇ ਆ। ਓਕੇ, ਥੈਂਕ ਯੂ, ਗੱਲ ਕਰ ਲੈਣੇ, ਥੈਂਕ ਯੂ। ਬਿਲਕੁਲ, ਦੇਖੋ ਸੁਰਿੰਦਰ ਜੀ, ਵੈਸੇ ਆਟੇ ਦਾਲ ਦੀ ਜਗ੍ਹਾ ਪੈਸੇ ਦੇਣ ਦਾ ਸਿਲਸਿਲਾ, ਵੈਸੇ ਇਹ ਚੀਜ਼ਾਂ ਹੋ ਨਹੀਂ ਸਕਦੀਆਂ। ਮਾਇਕ ਮਦਦ ਜਾਂ ਫਿਰ ਇਹ ਹੈ ਕਿ ਇਕੱਠਾ ਹੀ ਜਿਹੜਾ ਹੈਗਾ ਕਿ ਜਦੋਂ ਸੀਜ਼ਨ ਹੈ ਉਦੋਂ ਹੀ ਜਿਹੜੀ ਦੋ ਦੋ ਕੁਇੰਟਲ ਚਾਰ ਚਾਰ ਕੁਇੰਟਲ ਕਣਕ ਦੇਣੀ ਉਹ ਇਕੱਠੀ ਦੇ ਦੇ, ਬੰਦਾ ਆਪਣੀ ਰੱਖੇ ਚਾਹੇ ਛੱਡੇ ਜਾਂ ਵੇਚ ਕੇ ਕਿਸੇ ਕੰਮ ਲਾ ਲਵੇ, ਜਦੋਂ ਲੋੜ ਹੈ ਉਦੋਂ ਆਟਾ ਲੈ ਲਵੇ। ਮਤਲਬ ਸਿਸਟਮ ਜਿਹਾ ਸੈੱਟ ਹੀ ਨਹੀਂ ਆਉਂਦਾ ਸਰਕਾਰਾਂ ਦੇ। ਖੈਰ, ਆਪਣੀ ਗੱਲਬਾਤ ਚੱਲ ਰਹੀ ਸੀ, ਇਹਨੂੰ ਕੰਪਲੀਟ ਕਰ ਦਿਓ ਨਾਲ ਨਾਲ। ਅਗਲੀ ਗੱਲਬਾਤ ਸੀ ਕਿ ਜਿਸ ਤਰ੍ਹਾਂ ਮਹਾਰਾਣੀ ਇਲਿਜ਼ਾਬੈਥ ਸੈਕਿੰਡ ਦਾ ਜਿਹੜਾ ਇੰਤਕਾਮ ਹੋ ਗਿਆ ਤੇ ਉਹਨਾਂ ਦਾ ਜਿਹੜੇ ਕੋਲ ਉਹਨਾਂ ਕੋਲ ਜਿਹੜਾ ਹੀਰਾ ਹੈ, ਮਹਾਰਾਜਾ ਰਣਜੀਤ ਸਿੰਘ ਦਾ ਹੀਰਾ ਸੀਗਾ। ਵੈਸੇ ਪਹਿਲਾਂ ਇਹ ਕਈਆਂ ਤੋਂ ਚੱਲਦਾ ਆਇਆ, ਹੀਰੇ ਦੀ ਕਹਾਣੀ ਬੜੀ ਲੰਮੀ ਹੈ, ਕਦੇ ਸੁਣਾਵਾਂਗੇ। ਤੇ ਇਸ ਨੂੰ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਇੱਛਾ ਦੇ ਮੁਤਾਬਕ ਨਾਦਰ ਸ਼ਾਹ ਦੇ ਵਿਰੁੱਧ ਜਦੋਂ ਲੜਾਈ ਜਿੱਤੀ ਸੀ, ਉਸ ਤੋਂ ਬਾਅਦ ਇਹ ਹੀਰਾ ਭਗਵਾਨ ਜਗਨਨਾਥ ਨੂੰ ਦਾਨ ਕਰ ਦਿੱਤਾ ਸੀ। ਇਸ ਕਰਕੇ ਇਹ ਹੀਰਾ ਮੰਦਰ ਨੂੰ ਸੌਂਪਿਆ ਨਹੀਂ ਸੀ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਦੀ ਉਸ ਦੌਰਾਨ 1839 ਚ ਮੌਤ ਹੋ ਗਈ ਤੇ ਅੰਗਰੇਜ਼ਾਂ ਨੇ 10 ਸਾਲ ਤੋਂ ਬਾਅਦ ਉਸ ਦੇ ਪੁੱਤਰ ਦਲੀਪ ਸਿੰਘ ਤੋਂ ਇਹ ਹੀਰਾ ਜਿਹੜਾ ਲੈ ਲਿਆ ਸੀ ਤੇ ਇਹ ਜਿਹੜਾ ਦਾਨ ਦੇ ਵਿੱਚ ਦਿੱਤਾ ਗਿਆ ਸੀ। ਇਸ ਕਰਕੇ ਮਲਕੀਅਤ ਜਿਹੜੀ ਹੈ ਉਹ ਜਗਨਨਾਥ ਮੰਦਰ ਦੀ ਬਣਦੀ ਹੈ। ਇਸ ਸਬੰਧੀ ਉਹ ਭਾਰਤ ਦੇ ਰਾਸ਼ਟਰਪਤੀ ਕੋਲ ਉਹਨਾਂ ਨੇ ਅਪਰੋਚ ਕੀਤੀ ਹੈ ਕਿ ਭਾਰਤ ਦੇ ਰਾਸ਼ਟਰਪਤੀ ਕੋਲ ਮਸਲਾ ਉਠਾਇਆ ਕਿ ਬਰਤਾਨੀਆ ਤੋਂ ਜਿਹੜਾ ਇਸ ਹੀਰੇ ਨੂੰ ਵਾਪਸ ਲਿਆਂਦਾ ਜਾਵੇ। ਪਰ ਤੁਸੀਂ ਵੇਖੋ ਕਿ ਮਹਾਰਾਣੀ ਦਾ ਤਾਂ ਅਜੇ ਵੀ ਸਿੱਕਾ ਚੱਲਦਾ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਨੇ ਕਹਿ ਦਿੱਤਾ ਕਿ ਉਹ ਕਾਮਨਵੈਲਥ ਨਹੀਂ ਰਹਿਣਾ ਚਾਹੁੰਦੇ ਤੇ ਉਹ ਗਣਤੰਤਰ ਰਿਪਬਲਿਕ ਬਣਨਾ ਚਾਹੁੰਦੇ ਨੇ, ਇੱਕ ਆਜ਼ਾਦ ਮੁਲਕ। ਪਰ ਉਹ ਕਹਿੰਦੇ ਵੀ ਮੇਰੇ ਕਾਰਜਕਾਲ ਦੇ ਦੌਰਾਨ ਇਹ ਸ਼ਾਇਦ ਹੋ ਜਾਵੇ, ਪਰ ਫਿਲਹਾਲ ਦੀ ਘੜੀ ਅਸੀਂ ਗਣਤੰਤਰ ਨਹੀਂ ਬਣ ਰਹੇ, ਰਿਪਬਲਿਕ ਨਹੀਂ ਬਣ ਰਹੇ। ਅਸੀਂ ਜਿਹੜਾ ਉਥੋਂ ਦਾ ਗਵਰਨਰ ਜਨਰਲ ਹੈ, ਜਾਣੀ ਉਥੇ ਵੀ ਰਾਣੀ ਦਾ ਰਾਜ ਹੀ ਰਹੇਗਾ, ਕੈਨੇਡਾ ਜਾਂ ਹੋਰ ਕਾਮਨਵੈਲਥ ਮੁਲਕਾਂ ਦੀ ਤਰ੍ਹਾਂ। ਦੂਸਰੇ ਪਾਸੇ ਤੁਸੀਂ ਵੇਖੋ ਕਿ ਅਜੇ ਵੀ ਇਸ ਇੰਗਲੈਂਡ ਦੀ ਸਲਤਨਤ ਦਾ ਸਿੱਕਾ ਪੂਰੀ ਦੁਨੀਆਂ ਚ ਚੱਲਦਾ। ਦੁਨੀਆਂ ਭਰ ਦੇ ਲੋਕ ਜਿਹੜੇ ਇਸ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਨੇ, ਕੋਈ ਆਪਣਾ ਪ੍ਰਾਈਵੇਟ ਜਹਾਜ਼ ਲੈ ਕੇ ਨਹੀਂ ਜਾ ਸਕੇਗਾ। ਜੇ ਮੋਦੀ ਸਾਹਿਬ ਜਾਂ ਹੋਰ ਕੋਈ ਵੀ ਅਗਰ ਜਾਂਦਾ ਤਾਂ ਉਹ ਪ੍ਰਾਈਵੇਟ ਜਹਾਜ਼ ਨਹੀਂ ਲੈ ਜਾ ਕੇ ਸਕੇਗਾ, ਉਸ ਨੂੰ ਆਮ ਜਿਹੜੇ ਨੇ ਕਮਰਸ਼ੀਅਲ ਫਲਾਈਟ 'ਚ ਹੀ ਆਉਣਾ ਹੋਏਗਾ ਤੇ ਨਾ ਉਹ ਉੱਥੇ ਆਪਣੀ ਕਾਰ ਵਰਤ ਸਕੇਗਾ ਪਰਸਨਲ, ਜਿਵੇਂ ਇੰਡੀਅਨ ਲੋਕ ਜਾਂਦੇ ਨੇ, ਮਿਨਿਸਟਰ ਜਿਹੜੇ ਨੇ ਕਿਸੇ ਵੀ ਦੇਸ਼ ਦੇ, ਉਹ ਪਰਸਨਲ ਕਾਰ ਵੀ ਨਹੀਂ ਵਰਤ ਸਕਣਗੇ, ਉਹਨਾਂ ਨੂੰ ਉੱਥੇ ਬੱਸਾਂ 'ਚ ਬਿਠਾ ਕੇ ਲਿਜਾਇਆ ਜਾਵੇਗਾ। ਇਸ ਦੇ ਨਾਲ ਨਾਲ ਉਹ ਉੱਥੇ ਜਿਹੜਾ ਹੈਗਾ ਹੈਲੀਕਾਪਟਰ ਵੀ ਨਹੀਂ ਵਰਤ ਸਕਣਗੇ, ਕਾਰ ਵੀ ਨਹੀਂ ਵਰਤ ਸਕਣਗੇ। ਜਾਣੀ ਬਹੁਤ ਹੱਦ ਤੱਕ ਜਿਹੜੀ ਅਧੀਨਗੀ ਹੈ ਉਹ ਸ਼ਾਹੀ ਪਰਿਵਾਰ ਦੀ ਅਜੇ ਵੀ, ਮਤਲਬ ਵਿਸ਼ਵ ਭਰ ਦੇ ਵਿੱਚ ਉਹ ਮੰਨੀ ਜਾਂਦੀ ਹੈ ਕਿ ਉਹ ਕਿਸੇ ਨਾ ਕਿਸੇ ਰੂਪ 'ਚ ਅਜੇ ਵੀ ਬਹੁਤੀ ਦੁਨੀਆਂ ਨਾ ਉਹ ਗੁਲਾਮੀ ਚੱਲ ਹੀ ਰਹੀ ਹੈ ਇਸ ਇੰਗਲੈਂਡ ਦੇ ਸ਼ਾਹੀ ਪਰਿਵਾਰ ਦੀ। ਬਨਵੈਤ ਸਾਹਿਬ, ਸਵਾਗਤ ਹੈ, ਵੈਲਕਮ। ਹਾਂਜੀ, ਸਤਿ ਸ੍ਰੀ ਅਕਾਲ ਪਰਮਿੰਦਰ ਜੀ ਤੇ ਸੁਰਿੰਦਰ ਸਿੰਘ ਸ਼ੋਤਿਆਂ ਨੂੰ ਸਤਿ ਸ੍ਰੀ ਅਕਾਲ ਜੀ। ਤੁਸੀਂ ਕੋਹਿਨੂਰ ਦੀ ਗੱਲ ਕਰ ਰਹੇ ਹੈਗੇ ਹੋ, ਕੋਹਿਨੂਰ ਹੀਰੇ ਦੀ ਗੱਲ ਕਰ ਰਹੇ ਹੋ, ਮੈਨੂੰ ਬੜੀ ਹੈਰਾਨੀ ਹੋਈ ਉਹ ਸੁਣ ਕੇ ਗੱਲ ਕਿ ਜੀ ਰਾਸ਼ਟਰਪਤੀ ਸਾਹਿਬ ਨੂੰ ਕਹਿਣਗੇ ਜੀ ਕੋਹਿਨੂਰ ਹੀਰਾ ਉਥੋਂ ਇੰਗਲੈਂਡ ਤੋਂ ਮੰਗਵਾਇਆ ਜਾਏਗਾ। ਇਹ ਕੋਈ ਸ਼ਹਿਰਾਂ ਦੇ ਨਾਮ ਨੇ ਜਾਂ ਸੜਕਾਂ ਦੇ ਨਾਮ ਨੇ ਜਿਹੜੇ ਕਿ ਆਪਣੀ ਮਨ ਮਰਜ਼ੀ ਨਾਲ ਬਦਲ ਦੇਣਗੇ ਤੇ ਆ ਜਾਏ?
ਹੀ ਬਦਲ ਦੇਣਗੇ ਤੇ ਉਹ ਕੰਮ ਹੋ ਜਾਏਗਾ। ਕਿਹੋ ਜਿਹੀਆਂ ਗੱਲਾਂ ਕਰਦੇ ਨੇ ਲੋਕ ਹੈ ਤੇ ਮਤਲਬ ਆ ਜਾਏਗਾ ਕੋਹੇ ਨੂਰ ਦਾ ਹੀਰਾ। ਸੜਕਾਂ ਤੇ ਸ਼ਹਿਰਾਂ ਦੇ ਨਾਂ ਨੀ ਹੈਗੇ ਜਿਹੜੇ ਬਦਲਣ ਤੋਂ ਇਹਨਾਂ ਦੇ ਕਹਿਣ ਤੇ ਉਹਦੇ ਬਦਲੇ ਜਾਣਗੇ। ਦੂਸਰੀ ਗੱਲ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਗਿਆ ਜਿਹੜਾ ਹੁਣ ਰਾਜਾ ਬਣ ਗਿਆ ਹੈ ਨਾ ਉੱਥੇ ਦਾ ਕਿੰਗ ਚਾਰਲਸ ਜਿਹੜਾ ਪ੍ਰਿੰਸ ਚਾਰਲਸ ਹੁੰਦਾ ਸੀਗਾ ਹੁਣ ਉਹ ਰਾਜਾ ਬਣ ਗਿਆ। ਆਸਟ੍ਰੇਲੀਆ ਨੇ ਅਨਾਊਂਸ ਕਰ ਦਿੱਤਾ ਹੈਗਾ ਕਿ ਇੱਥੇ ਦੇ ਸਿੱਕਿਆਂ ਦੇ ਉੱਤੇ ਹੁਣ ਜਿਹੜੇ ਰਾਣੀ ਦੇ ਨੋਟਾਂ ਦੇ ਉੱਤੇ ਫੋਟੋ ਆਉਂਦੀਆਂ ਸੀ ਜਾਂ ਸਿੱਕਿਆਂ ਤੇ ਆਉਂਦੀ ਸੀ ਨਾ ਹੁਣ ਰਾਜੇ ਦੀ ਆਏ ਕਰਨਗੀਆਂ ਉਹ ਕਿੰਗ ਹੈਗਾ। ਅਗਲੇ ਸਾਲ ਤੋਂ ਹੁਣ ਇੱਥੇ ਸਿੱਕਿਆਂ ਦੇ ਉੱਤੇ ਕਿੰਗ ਦੀ ਫੋਟੋ ਸਿੱਕਿਆਂ ਦੇ ਉੱਤੇ ਬਣ ਕੇ ਆਉਣ ਲੱਗੀਆਂ ਨੇ ਤੇ ਉਹੀ ਗੱਲ ਆ ਗਈ ਹੈ ਤੁਹਾਡੇ ਵਾਲੀ ਵੀ ਇੰਨੀ ਜਲਦੀ ਨੀ ਚੀਜ਼ਾਂ ਹੋਣ ਵਾਲੀਆਂ ਜਿਸ ਤਰ੍ਹਾਂ ਆਮ ਜਨਤਾ ਸੋਚਦੀ ਹੈ। ਬਿਲਕੁਲ ਐਡੇ ਵੱਡੇ ਵੱਡੇ ਮੁਲਕ ਜੈਸਿੰਡਾ ਦਾ ਬਿਆਨ ਆ ਗਿਆ ਤੁਹਾਡੀ ਗੁਆਂਢਣ ਦਾ ਤੁਹਾਡੇ ਤੁਸੀਂ ਵੀ ਦੱਸਿਆ ਇਸ ਕਰਕੇ ਪੂਰੀ ਦੁਨੀਆਂ ਅਜੇ ਵੀ ਇਨ੍ਹਾਂ ਦੀ ਗੁਲਾਮੀ ਮੰਨਦੀ ਹੈ। ਇਸ ਦੌਰਾਨ ਤੁਸੀਂ ਵੇਖੋ ਇਹ ਜਿਹੜਾ ਹੀਰਾ ਹੈ ਨਾ ਇਹ ਹੁਣ ਕੈਮਲਾ ਦੇ ਸਿਰ ਤੇ ਸਜੇਗਾ। ਚਲੋ ਕਿਉਂਕਿ ਉਹ ਹੀਰਾ ਹੈ ਕਿਉਂਕਿ ਉਹਦੇ ਤਾਜ ਚ ਤਾਂ ਹੁਣ ਰਾਣੀ ਦੇ ਤਾਜ ਚ ਜਾਏਗਾ ਵੈਸੇ ਮੇਰੇ ਖਿਆਲ ਚ। ਹਾਂਜੀ ਜਿਹੜੀ ਆਸਟ੍ਰੇਲੀਅਨ ਕਰੰਸੀ ਹੈ ਹੁਣ ਉਹਦੇ ਤੇ ਅਗਲੇ ਸਾਲ ਤੋਂ ਰਾਜੇ ਦੇ ਤਸਵੀਰਾਂ ਲੱਗ ਕੇ ਆਏ ਕਰਨਗੇ। ਬਿਲਕੁਲ ਥੈਂਕ ਯੂ। ਇਸ ਕਰਕੇ ਬਿਲਕੁਲ ਬਿਲਕੁਲ ਨਾਲੇ ਉਹ ਦਾਨ ਦੀ ਚੀਜ਼ ਹੈ ਗੱਲ ਇਹ ਅਜੇ ਤਾਂ ਪਰ ਗੱਲ ਇਹ ਹੈ ਨਾ ਕਿ ਮਹਾਰਾਜਾ ਰਣਜੀਤ ਸਿੰਘ ਦਾ ਵੀ ਇਸ ਤਰ੍ਹਾਂ ਦਾ ਨਜ਼ਰੀਆ ਸੀ ਉਹ ਡੋਨੇਟ ਹੋਇਆ ਜਾਂ ਨਹੀਂ ਉਹਨੂੰ ਲੈ ਕੇ ਕੰਟਰੋਵਰਸੀ ਅਜੇ ਇਸ ਮਾਮਲੇ ਚ ਹੈਗੀ ਹੈ। ਖੈਰ ਸੁਰਿੰਦਰ ਜੀ ਇਹ ਜਿਹੜੀ ਕੰਟਰੋਵਰਸੀ ਚੱਲ ਰਹੀ ਹੈ ਕਿ ਇਹ ਜਿਹੜਾ ਪ੍ਰਿੰਸ ਚਾਰਲਸ ਨੂੰ ਰਾਜਾ ਬਣਾਇਆ ਗਿਆ ਕਿੰਗ ਬਣਾਇਆ ਗਿਆ ਸੋ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਇਸ ਮਾਮਲੇ ਚ ਦਖਲ ਦੇਣ ਦੀ ਮੰਗ ਓਡੀਸ਼ਾ ਦੇ ਸਭਿਆਚਾਰਕ ਸੰਗਠਨਾਂ ਨੇ ਕੀਤੀ ਹੈ ਕਿ ਭਗਵਾਨ ਜਗਨਨਾਥ ਦੀ ਪ੍ਰਾਪਰਟੀ ਹੈ ਉਨ੍ਹਾਂ ਨੂੰ ਦਾਨ ਦਿੱਤਾ ਜਾਵੇ ਜੀ। ਪਰ ਗੱਲ ਇਹ ਹੈ ਕਿ ਅੱਜ ਜੇ ਦੇਖਿਆ ਜਾਵੇ ਇੰਡੀਆ ਦੇ ਕਿੰਨੇ ਮੰਦਰਾਂ ਦਾ ਖਜ਼ਾਨਾ ਜਾਂ ਮੂਰਤੀਆਂ ਨੇ ਉਹ ਚੋਰੀ ਹੋ ਜਾਂਦੀਆਂ ਨੇ। ਕੱਲ ਨੂੰ ਫੇਰ ਕਿਸੇ ਮੰਦਰ ਚ ਚੋਰੀ ਹੋ ਕੇ ਫੇਰ ਇੰਗਲੈਂਡ ਦੇ ਸੌਥਵੀ ਨਿਲਾਮ ਘਰ ਚ ਵਿਕਣ ਲੱਗ ਪਿਆ ਜਿਵੇਂ ਸਿੱਖਾਂ ਦੀ ਕਲਗੀ ਦਾ ਵੀ ਰੌਲਾ ਪੈਂਦਾ ਸੀ ਕਿ ਉੱਥੇ ਵਿਕ ਰਹੀ ਹੈ ਤੇ ਫੇਰ ਕੀ ਕਰਨਗੇ ਕਿਉਂਕਿ ਤੁਸੀਂ ਵਿਰਾਸਤ ਆਪਣੀ ਸਾਂਭ ਹੀ ਨਹੀਂ ਸਕਦੇ। ਜਿਸ ਤਰ੍ਹਾਂ ਦੇ ਕੰਟੀਨਿਊ ਪਲੀਜ਼ ਨਿਬੇੜਦਿਆਂ ਕੰਮ ਦੇਖੋ ਗੱਲ ਇਹ ਆ ਕਿ ਇਹਨਾਂ ਦੀ ਜਿਹੜੀ 1 ਅਕਤੂਬਰ ਵਾਲੀ ਦੂਸਰਾ ਸਕੀਮ ਸੀ ਉਹਤੇ ਤਾਂ ਸਟੇ ਹੋ ਗਿਆ ਉਹਦੇ ਤੇ ਇਹਨਾਂ ਦੇ ਹੱਥ ਪੱਲੇ ਕੁਛ ਨੀ ਹੋਣਾ। ਦੇਖੋ ਗੱਲ ਇਹ ਆ ਕਿ ਜਿਹੜੇ ਡਿਪੂ ਹੋਲਡਰ ਆ ਡਿਪੂ ਹੋਲਡਰ ਕਹਿੰਦੇ ਡਿਪੂ ਹੋਲਡਰਾਂ ਦਾ ਰੁਜ਼ਗਾਰ ਮਰਦਾ। ਦੂਸਰੀ ਗੱਲ ਆਪਾਂ ਇਸ ਗੱਲ ਨਾਲ ਸਹਿਮਤ ਆ ਡਿਪੂ ਹੋਲਡਰ ਕਦੀ ਵੀ ਪੂਰੀ ਕਣਕ ਨਹੀਂ ਦਿੰਦੇ। ਹੁਣ ਜਦੋਂ ਆਟਾ ਜਿਹੜਾ ਉਹ ਚਲੇ ਜਾਏਗਾ ਸਿੱਧਾ ਸਟੇਟ ਦੇ ਹੱਥ ਚ ਤੇ ਡਿਪੂ ਹੋਲਡਰ ਵਿੱਚੋਂ ਨਿਕਲ ਜਾਣਗੇ ਜਿਹੜੇ ਇਸ ਡਿਪਾਰਟਮੈਂਟ ਦੇ ਅਧਿਕਾਰੀ ਨੇ ਯਾਨੀ ਕਿ ਇੰਸਪੈਕਟਰ ਵਗੈਰਾ ਆਟਾ ਘਰੋ ਘਰੀ ਚੱਕੀ ਤੁਰੇ ਫਿਰਨਗੇ ਗੱਡੀ ਲੈ ਕੇ ਉਹ ਸਟੇਟ ਤੇ ਫਾਲਤੂ ਦਾ ਬੋਝ ਪਏਗਾ। ਤੁਸੀਂ ਇਹ ਕਿ ਡਿਪੂ ਹੋਲਡਰਾਂ ਨੂੰ ਕੰਟਰੋਲ ਕਰੋ ਕਿ ਕਣਕ ਹਰ ਵਿਅਕਤੀ ਨੂੰ ਪੂਰੀ ਮਿਲੇ। ਔਰ ਲੋਕ ਤੁਸੀਂ ਦੇਖੋ ਜਿੱਥੇ ਡਿਪੂ ਹੋਲਡਰ ਦਾ ਆਫਿਸ ਬਣਾਇਆ ਹੋਇਆ ਜਾਂ ਕਿਸੇ ਦੇ ਘਰ ਚ ਕੰਮ ਚਲਾਉਂਦਾ ਉੱਥੇ ਬਾਹਰ 500-700 ਜਾਂ 1000 ਬੰਦਾ ਤੁਹਾਨੂੰ ਲਾਈਨਾਂ ਲਾ ਕੇ ਬੈਠਾ ਦਿਖੇਗਾ ਕਿ ਉਹ ਸਾਰਾ ਕੰਮ ਕਾਜ ਛੱਡ ਦਿੰਦੇ ਨੇ। ਉਹ ਕਹਿੰਦੇ ਆਟਾ ਦਾਲ ਲੈ ਜੇ ਜਾ ਕੇ ਬਸ ਇੱਕੋ ਹੀ ਕੰਮ ਰਹਿ ਗਿਆ ਉਹਦੇ ਲਈ ਕਣਕ ਦੇ ਲਈ ਉੱਥੇ ਲਾਈਨਾਂ ਲੱਗੀਆਂ ਹੁੰਦੀਆਂ। ਬਿਲਕੁਲ ਇਹਨਾਂ ਦਾ ਕੇਡਰ ਤਾਂ ਬਹੁਤ ਹੈ ਉਹ ਵੀ ਗਲੀ ਸੜੀ ਆਉਂਦੀ ਆ ਉਹ ਵੀ ਚੱਜ ਦੀ ਨਹੀਂ। ਬਿਲਕੁਲ ਕੇਡਰ ਤਾਂ ਇਹਨਾਂ ਦਾ ਬਹੁਤ ਹੈ ਚੈੱਕ ਰੱਖਣ ਮਤਲਬ MC ਇਹਨਾਂ ਦੇ ਨੇ ਹੋਰ ਨੇ ਤੇ ਹੇਰਾ ਫੇਰੀ ਹੋਵੇ ਤਾਂ ਕਿੱਦਾਂ ਹੋ ਸਕਦੀ ਹੈ। ਸਵਾਗਤ ਤੁਹਾਡਾ 75 ਨੰਬਰ ਹੈਲੋ 75 ਨੰਬਰ ਸਵਾਗਤ ਹੈ ਜੀ ਹੋਲਡ ਸਾਨੂੰ ਸਪੋਰਟ ਕੀਤਾ ਬਾਈ ਸੁਖੀ ਘੁੰਮਣ ਹੋਰਾਂ ਨੇ ਧੰਨਵਾਦ ਇਹਨਾਂ ਦਾ ਵੀ ਤੇ ਸਾਨੂੰ ਸਪੋਰਟ ਕੀਤਾ ਗੋਲਡਨ ਕੀ ਐਕਸਪ੍ਰੈਸ LLC ਪੈਨਸਲਵੇਨੀਆ ਵਾਲੇ ਨੇ ਜਿਨ੍ਹਾਂ ਨੂੰ ਆਨਰ ਪੇਟਰਾਂ ਦੀ ਜ਼ਰੂਰਤ ਹੈ ਇਹਨਾਂ ਕੋਲੋਂ ਤੁਸੀਂ ਲੋਡ ਲੈ ਸਕਦੇ ਹੋ ਲਰੀਡੋ ਟੈਕਸਸ ਤੋਂ ਲਵੀਨੀਆ ਮਿਸ਼ੀਗਨ ਦੇ ਤੇ ਲਰੀਡੋ ਟੈਕਸਸ ਤੋਂ ਜੌਨਸਟੋਨ ਪੈਨਸਲਵੇਨੀਆ ਦੇ ਲੋਡ ਨੇ ਸ਼ਿਪਰ ਟੂ ਸ਼ਿਪਰ ਟ੍ਰਾਂਸਫਰ ਲੋਡ ਨੇ ਤੇ ਇਸ ਦੌਰਾਨ ਉਹ ਤੁਹਾਨੂੰ ਰੀਫਰ ਲੈਣ ਚ ਵੀ ਇਮਦਾਦ ਕਰਦੇ ਨੇ ਤੇ 10% ਕੰਪਨੀ ਆਪਣਾ ਕਮਿਸ਼ਨ ਚਾਰਜ ਕਰਦੀ ਹੈ ਤੇ ਵਧੀਆ ਕਿਰਾਏ ਭਾੜੇ ਨੇ ਤੇ ਸੰਪਰਕ ਤੁਸੀਂ ਕਰਨਾ ਪ੍ਰਗਟ ਸਿੰਘ ਬੈਦਵਾਨ MD ਨੇ ਉਹਨਾਂ ਦਾ ਆਫਿਸ ਨੰਬਰ ਨੋਟ ਕਰ ਲਓ 484-320-6700 484-320-6700 ਸੈੱਲ ਫੋਨ 302-500-6300-80 ਵੈਬਸਾਈਟ ਹੈ goldenkeyaccess.com ਤੇ ਈਮੇਲ ਹੈ goldenkeyaccess@gmail.com। ਅਗਲੇ ਕਾਲ ਨੂੰ ਸਵਾਗਤ ਸਰ ਹੈਲੋ ਹਾਂਜੀ ਗੱਲ ਕਰੋ ਸਤਿ ਸ੍ਰੀ ਅਕਾਲ ਜਵਾਹ ਸਾਹਿਬ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਜਵਾਹ ਸਾਹਿਬ ਆਪਣੇ ਸਿਮਰਨਜੀਤ ਸਿੰਘ ਮਾਲ ਹੋਣੀ ਅੱਜ ਜਿਹੜਾ ਜਮਹੂਰੀ ਅਗੜਾ ਲੱਗੇ ਜਮਹੂਰੀਅਤ ਦਾ
ਕੋਈ ਨੀ ਗੱਲ ਕਰ ਲੈਣੇ ਆ ਥੈਂਕ ਯੂ ਮਾਨ ਸਾਹਿਬ ਦਾ ਟੈਂਪਰ ਬਹੁਤ ਛੇਤੀ ਲੂਜ਼ ਹੁੰਦਾ ਸੁਰਿੰਦਰ ਬਾਈ ਜੀ ਉਹ ਵੀ ਦਖਲ ਅੰਦਾਜ਼ੀ ਪਸੰਦ ਨੀ ਕਰਦੇ ਵੈਸੇ ਜਲੀਲ ਕਿੰਨਾ ਕੀਤਾ ਉਹਨਾਂ ਨੇ ਆਪਣੇ ਵਰਕਰਾਂ ਨੂੰ ਇਹ ਤਾਂ ਹੈਰਾਨੀ ਦੀ ਗੱਲ ਹੈ ਉਦਾਂ ਕਿਤੇ ਮਾੜੀ ਜੀ ਗੱਲ ਹੋ ਜਾਏ ਅਗਲਾ ਕਹਿੰਦਾ ਗੁਰਸਿੱਖ ਬੰਦੇ ਨੂੰ ਅੰਮ੍ਰਿਤਧਾਰੀ ਬੰਦੇ ਨੂੰ ਜਲੀਲ ਕਰ ਦਿੱਤਾ ਪਰ ਮਾਨ ਸਾਹਿਬ ਨੇ ਜਲੀਲ ਬਹੁਤ ਕੀਤਾ ਕੇਡਰ ਆਪਣਾ 44 ਨੰਬਰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ ਜੀ ਜਗਤਾਰ ਸਿੰਘ ਬੋਲਦਾ ਜੀ ਸ੍ਰੀ ਚਮਕੌਰ ਸਾਹਿਬ ਦੇ ਇਲਾਕੇ ਹਾਂਜੀ ਜਗਤਾਰ ਸਿੰਘ ਜੀ ਕੀ ਹਾਲ ਚਾਲ ਹੈ ਤੁਹਾਡੀ ਜਿਹੜੀ ਕਣਕ ਬਾਰੇ ਗੱਲ ਚੱਲਦੀ ਹੈ ਜੀ ਕਣਕ ਸਾਡੇ ਪਿੰਡ ਮਿਲੀ ਸੀਗੀ ਜੀ 11 ਆਪਣੇ 10 ਤਰੀਕ ਨੂੰ ਲੋਕਾਂ ਨੂੰ ਹਾਂਜੀ ਅੱਜ 12 ਤਰੀਕ ਨੂੰ ਟੈਂਪੂ ਆ ਗਿਆ ਸਾਰੇ ਨੇ ਵੇਚਤੀ ਅੱਛਾ ਟੈਂਪੂ ਆ ਗਿਆ ਮਤਲਬ ਬਾਹਰੋਂ ਆਉਂਦਾ ਟੈਂਪੂ ਖਰੀਦਣ ਵਾਸਤੇ ਬਸ ਲਾਗ ਲਾਉਣ ਜੀ ਵਪਾਰੀ ਹੈਗਾ ਪਿੰਡਾਂ ਦੇ ਵਿੱਚ ਜੀ ਅੱਛਾ ਚੱਕੀ ਵਾਲੇ ਤਾਂ 15-16 ਹੀ ਲੈਂਦੇ ਕਹਿੰਦੇ ਫਿਰ ਵੀ ਉਹਨਾਂ ਦੀ ਇਸ ਵਾਰੀ ਤੇਜ਼ ਆ ਰੇਟ ਥੋੜਾ ਜਿਹਾ ਵੈਸੇ ਨਾ ਹਾਂਜੀ ਹਾਂ ਥੋੜਾ ਕਣਕ ਦਾ ਰੇਟ ਚੇਂਜ ਆ ਜੀ ਮੇਰੇ ਮੁੰਡੇ ਜਦੋਂ ਟੈਂਪੂ ਆ ਜਾਂਦਾ ਜੀ ਦੇਖ ਰਹੇ ਨੇ ਚੋਰਾਂ ਦਾ ਮਾਲ ਡਾਲ ਨਹੀਂ ਹੁਣ ਮੌਕਾ ਨੂੰ ਨਸ਼ਰ ਕਰਨੇ ਜੀ ਬਸ ਨਹੀਂ ਹੋ ਰਿਹਾ ਸ਼ਰੇਆਮ ਹੋ ਰਿਹਾ ਥੈਂਕ ਯੂ ਮਿਹਰਬਾਨੀ ਕੀ ਕਰੋਗੇ ਵੇਚ ਕੇ ਖੈਰ ਤੇ ਜੀ ਸੁਰਿੰਦਰ ਬਾਈ ਜੀ ਕੰਟੀਨਿਊ ਆਪਾਂ ਕੋਈ ਨੂੰ ਰੇਰੇ ਤੇ ਗੱਲ ਕਰਨੀ ਹੈ ਤੇ ਫਿਰ ਮਾਨ ਸਾਹਿਬ ਦੇ ਵੀ ਥੋੜਾ ਜਿਹਾ ਲੈ ਲਿਓ ਟਾਈਮ ਮਾਨ ਸਾਹਿਬ ਬੜਾ ਝਾਈਆਂ ਲੈ ਪੈ ਰਹੇ ਆ ਇੱਕ ਦਿਨ ਸੁੱਤਾ ਬਰਿਆਰ ਪੁੱਛ ਰਹੇ ਸੀ ਕਹਿੰਦੇ ਸਾਡੇ ਝਵੀਆਂ ਕਹਿੰਦੇ ਮੱਝ ਝਵੀਆਂ ਲੈ ਪੈਂਦੇ ਮੈਂ ਵੀ ਸਾਡੇ ਤਾਂ ਝਾਈਆਂ ਕਹਿੰਦੇ ਬੰਦਾ ਝਾਈਆਂ ਲੈ ਪੈ ਰਿਹਾ ਹਨਾ ਤੇ ਮਾਨ ਸਾਹਿਬ ਨੇ ਬੜੇ ਕਾਲਰ ਬਟਨ ਬੰਦ ਕਰਾਏ ਤੇ ਬੜਾ ਦਵੱਲਿਆ ਕਿ ਮੇਰੇ ਪਿੱਛੇ ਖੜ ਕੇ ਰੌਲਾ ਪਾਉਂਦੇ ਹੋ ਮਾਨ ਸਾਹਿਬ ਆਪਣੇ ਕੇਡਰ ਨੂੰ ਏਦਾਂ ਦਵੱਲੀ ਜਾਂਦੇ ਆ ਐਮਪੀ ਬਣ ਗਏ ਨੇ ਜੀ ਸੁਰਿੰਦਰ ਕੰਟੀਨਿਊ ਪਲੀਜ਼ ਥੋੜੀ ਦੇਰ ਕਾਲ ਨਹੀਂ ਲਵਾਂਗੇ ਕਰੋ ਦੋਨੇ ਖਬਰਾਂ ਕੰਪਲੀਟ ਪਲੀਜ਼ ਸੁਰਿੰਦਰ ਜੀ ਹੈਲੋ ਸੁਰਿੰਦਰ ਜੀ ਤੁਹਾਡੇ ਵਾਲੀਆਂ ਤਾਂ ਤਾਰਾਂ ਵੀ ਨਵੀਆਂ ਲਾਈਆਂ ਵੀ ਅੱਜ ਦਿੱਕਤ ਆਉਂਦੀ ਵੀਰੇ ਤੇਰੀ ਕਾਲ ਦੀ ਸੁਰਿੰਦਰ ਸਿੰਘ ਦੋਸਤੋ ਸਾਨੂੰ ਸਪੋਰਟ ਕੀਤਾ ਗੋਲਡਨ ਕੀ ਐਕਸਪ੍ਰੈਸ ਵਾਲਿਆਂ ਨੇ ਧੰਨਵਾਦ ਇਹਨਾਂ ਦਾ ਸੁਰਿੰਦਰ ਜੀ ਆਵਾਜ਼ ਨਹੀਂ ਆ ਰਹੀ ਹੈਲੋ ਇੱਕ ਸੈਕਿੰਡ ਦਿੱਕਤ ਆ ਬਾਬੇ ਆ ਦਿੱਕਤ ਹੋਈ ਪਈ ਆ ਲਾਈਨ ਨੂੰ ਕੀ ਹੋ ਗਿਆ ਤੁਹਾਡੇ ਵਾਲੇ ਨੂੰ ਹੈਲੋ ਮੈਂ ਕਿਹਾ ਅੱਜ ਤਾਂ ਮਿਹਣਾ ਮਾਰਿਆ ਸੀ ਤਾਰਾਂ ਵੀ ਮੈਂ ਬਦਲ ਸੁੱਟੀਆਂ ਸਾਰੀਆਂ ਹੀ ਤੇ ਤਾਰਾਂ ਫੇਰ ਨਹੀਂ ਜੁੜਦੀਆਂ ਜੀ ਸੁਰਿੰਦਰ ਹੁਣ ਆ ਗਈ ਕਿ ਨਹੀਂ ਜੀ ਹੁਣ ਤਾਂ ਆ ਗਈ ਹੁਣ ਪੁਰਾਣੀ ਤਾਰ ਨਾਲ ਫੇਰ ਆ ਗਈ ਨਵੀਂ ਤਾਰ ਤੁਹਾਡੇ ਵਾਲਾ ਪਤਾ ਨਹੀਂ ਸੂਟ ਨਹੀਂ ਕਰ ਰਹੀ ਚਲੋ ਕੰਟੀਨਿਊ ਕੋਹਿਨੂਰ ਹੀਰਾ ਤੇ ਮਾਨ ਸਾਹਿਬ ਦਾ ਪ੍ਰੈਸ ਕਾਨਫਰੰਸ ਦੇ ਦੌਰਾਨ ਆਪਣੇ ਮਿੱਤਰਾਂ ਨੂੰ ਪੈ ਨਿਕਲਣਾ ਕੰਟੀਨਿਊ ਪਲੀਜ਼ ਪਹਿਲਾਂ ਮਾਨ ਸਾਹਿਬ ਨੂੰ ਲੈ ਲਈਏ ਕੋਹਿਨੂਰ ਹੀਰਾ ਕੀਮਤੀ ਆ ਉਹਦੇ ਤੇ ਝੱਟ ਲਾ ਲਾਂਗੇ ਉਹ ਸਾਂਭਣਾ ਜ਼ਰੂਰੀ ਆ ਠੀਕ ਹੈ ਨਾ ਹੁਣ ਦੇਖੋ ਮਾਨ ਉਹ ਗੁਰਸਿੱਖ ਸੀਗੇ ਵਿਅਕਤੀ ਉਹਨਾਂ ਦਾ ਕਸੂਰ ਸਿਰਫ ਇਹ ਸੀ ਪਾਰਟੀ ਦੇ ਵਰਕਰ ਸੀ ਪਿੱਛੇ ਖੜੇ ਸੀ ਹਮੇਸ਼ਾ ਹੁੰਦਾ ਜਦੋਂ ਸੀਨੀਅਰ ਆਗੂ ਆ ਮਾਨ ਸਾਹਿਬ ਪ੍ਰੈਸ ਕਾਨਫਰੰਸ ਕਰ ਰਹੇ ਦੋਨੋਂ ਬੰਦੇ ਦੋ ਜਨਰਲ ਸਕੱਤਰ ਬੈਠੇ ਨੇ ਪਿੱਛੇ ਖੜੇ ਸੀ ਉਹਨਾਂ ਵਿਚਾਰਿਆਂ ਦੇ ਫੋਨ ਦੇ ਉੱਤੇ ਕਾਲ ਆ ਗਈ ਬਾ ਫਿਰ ਮਾਨ ਸਾਹਿਬ ਨੇ ਉਹਨਾਂ ਦੀ ਭੰਬੀਰੀ ਬਣਾ ਦਿੱਤੀ ਗਏ ਤੇ ਕਹਿੰਦੇ ਸੀ ਐਸ ਜੀ ਪੀ ਸੀ ਆਜ਼ਾਦ ਕਰਾਉਣ ਲਈ ਹੁਣ ਸੰਘਰਸ਼ ਕਰਨਾ ਯਾਨੀ ਕਿ ਮੋਰਚਾ ਲਾਉਣਾ ਪਰ ਐਸੀ ਤੈਸੀ ਫੇਰਤੀ ਆਪਣੇ ਵਰਕਰਾਂ ਦੀ ਉਹਨਾਂ ਦੇ ਬੱਲੇ ਕੱਖ ਨੀ ਛੱਡਿਆ ਕਹਿੰਦੇ ਜੀ ਵੀ ਧਿਆਨ ਤੁਸੀਂ ਬਾਹਰ ਨਿਕਲ ਜਾਓ ਮਤਲਬ ਇੰਨੇ ਗੁੱਸੇ ਚ ਤੇ ਏਡੀ ਬੁਰੀ ਤਰ੍ਹਾਂ ਦੇ ਨਾਲ ਬਾਹਰ ਕੱਢਣਾ ਉਹਨਾਂ ਨੂੰ ਕਿਤੇ ਨਾ ਕਿਤੇ ਸਵਾਲ ਤਾਂ ਉੱਠਦੇ ਆ ਫਿਰ ਮਾਨ ਸਾਹਿਬ ਦੀ ਜਿਹੜੀ ਪ੍ਰੈਸ ਕਾਨਫਰੰਸ ਸੀ ਉਹ ਤਾਂ ਰੁਲ ਗਈ ਲੇਕਿਨ ਸੋਸ਼ਲ ਮੀਡੀਆ ਜਿਹੜਾ ਸੀ ਉਹ ਸਾਰਾ ਭਰ ਗਿਆ ਮਾਨ ਸਾਹਿਬ ਦਾ ਉਹਨਾਂ ਨੂੰ ਬਾਹਰ ਕੱਢਣ ਦੇ ਨਾਲ ਕਿ ਮਾਨ ਸਾਹਿਬ ਨੇ ਆਹ ਕੁਛ ਕਰ ਦਿੱਤਾ ਸੋ ਹੁਣ ਮਾਨ ਸਾਹਿਬ ਨੂੰ ਕੌਣ ਸਮਝਾਵੇ ਕਿ ਮਾਨ ਸਾਹਿਬ ਨੇ ਕਿੱਥੋਂ ਸ਼ੁਰੂਆਤ ਕਰਨੀ ਆ ਤੇ ਕਿੱਥੇ ਐਂਡ ਕਰਨਾ ਇਹ ਸਿਰਫ ਮਾਨ ਸਾਹਿਬ ਹੀ ਸਮਝ ਸਕਦੇ ਆ ਤੇ ਤੁਸੀਂ ਜਿਹੜਾ ਕਹਿੰਦੇ ਨਾ ਝਾਈਆਂ ਲੈ ਕੇ ਉਹ ਪਰਮਿੰਦਰ ਵਾਕਿਆ ਹੀ ਝਾਈਆਂ ਹੁੰਦਾ ਜਿਹੜੀਆਂ ਝਾਈਆਂ ਹੁੰਦੀਆਂ ਨਾ ਝਾਈਆਂ ਬਹੁਤੀ ਜਗ੍ਹਾ ਤੇ ਲੋਕ ਜਿਹੜੇ ਨੇ ਉਹ ਨਾ ਆਪਣੀ ਮਾਂ ਨੂੰ ਝਾਈ ਕਹਿ ਦਿੰਦੇ ਆ ਨਹੀਂ ਝਵੀਆਂ ਕਹਿੰਦੇ ਆ ਉਹ ਆਪਾਂ ਝਾਈਆਂ ਜਾਂ ਝਾਈਆਂ ਕਹਿ ਦਿੰਦੇ ਉਹ ਝਵੀ ਕਹਿੰਦੇ ਸੀ ਖੈਰ ਜਿਹੜੇ ਮਾਨ ਸਾਹਿਬ ਝਾਈਆਂ ਲਾ ਲਓ ਝਵੀਆਂ ਲਾ ਲਓ ਲੈ ਕੇ ਪੈ ਰਹੇ ਨੇ ਪਰ ਗੱਲ ਇਹ ਆ ਦੇਖੋ ਪਬਲਿਕ ਲਾਈਫ ਚ ਕਿਸੇ ਨੂੰ ਵੀ ਇੱਦਾਂ ਦਾ ਵਰਤਾਰਾ ਨਹੀਂ ਲਿਆਉਣਾ ਚਾਹੀਦਾ ਇੱਕ ਪਾਸੇ ਤੁਸੀਂ
कह रहे हो कि लफाफिया चो निकलते ने उन्होंने प्रधान, पर गल यह है कि वर्कर अज ही एम पी बने हो, अपने वर्कर की सलूक करते हो जो थोड़े लिए जान वारे ने। वैसे मान साहब का जो केडर है ना, इस तरह की गर्मी दिखाने बड़ा चर्चित है। जो मान साहब बोले तो बेचारे कानसों वाला सैट जो होके बह गए। इस दौरान तुम वेखो कि सादे मुरादे लोग ने बटन खोल लिया, उन्होंने कहते बटन बंद कर, डिसिपलिन ये वो, शायद सोहना नहीं लगता इस तरह। तुम किसी करना पबलिक लाइफ कदे वैसे सुनिया नहीं। सुखबीर का एक दो बारी इशू हो उठा कि वह किसते पानी का गिलास मारिया, पर इस तरह की कोई है नहीं सी किसी दे नाल। ते बड़े बादल की तो बिल्कुल नहीं सुनी। ठीक है, अंदर वड़ के रगड़ाई जो करते ने वह तो रब का ही नौ है, पर जुबान का इस तरह जनतक तौर पर करना शायद सोहना नहीं लगता भावे कोई भी है। क्योंकि वर्कर केडर थोड़ा अपना एक जिहड़ा मनुखी सुभा का शिष्टाचार है साडा सलीका, उहदे च वी इह गल सोहनी नहीं लगती। पर हुण तुसीं वेखोगे कि उह पहलां वी इस तरह का एक इशारा उन्होंने किया सी, किते ना किते सत्ता का नशा भी इहदे विच मन्निया जा सकदा, पर इह चंगा नहीं लगता इदां। क्योंकि वर्कर ने तुहाडे लई मतलब जान वार दे अगले, ते हुण बाकी वर्करां दा हौसला तां पस्त होना ही है ना कि उह जलील किदां कीता जांदा। उत्थे रही गल के नवे बंदे आ उन्होंने अपना सैलफोन म्यूट नहीं करना आता, यह चीजा दिक्कत होंदिया ने। यह पेशेंस लैवल जेड़ा मुख लीडर है ना उन्हू वधाउणा होएगा अपना। जी सुरेंद्र। परमिंदर हुण गल ते इह आ, वर्कर विचारे ने वर्कर रहना। तुसी गल कीती कान सिंह वाला दी, दोनों बने दो जनरल सकत्तर बैठे आ, दोनों की आपस च बनदी नहीं, ते दोनों की उम्मीद आ, दोनों ए ला के बैठे सी मान साहब तो बाद प्रधानगी असी लैनी आ। क्योंकि ध्यान सिंह मंड इन्हां तों सीनियर सी, नंबर दो ते ओह आउंदे सी, ते उहनां नूं एक्टिंग प्रधान दा जथेदार अकाल तख्त साहिब दा लैवल लवाता, उहनां नूं उधर कढ़ दित्ता, ते इहनां नूं सी साडी वारी आऊगी। इस करके बोलना की ने, पर वारी इहनां दोवां दी नहीं आउणी। मान साहिब तों बाद इमान सिंह मान ही इस पार्टी दा प्रधान होवेगा, इहनां दी वारी फिर नहीं आउणी। परिवारवाद तां सारे ही है, भावें बादल कहिंदा भावें सिमरनजीत का। स्वागत जी, तीन नंबर, तीन नंबर गल करो जी। हाँ सॉरी, कॉल कट गई मेरे ख्याल। सानू सपोर्ट किया डॉक्टर जसप्रीत सिंह मावी होर ने, डैलस टैक्सस इलाके दे विच कंफर्टेबल जोन दे विच तुहानू 3-5 लाख डॉलर का घर दवा देंदे ने, लोन करवा देंदे ने। इस दौरान इस इलाके च बहुत सारे स्कूल कॉलेज यूनिवर्सिटियां ने, तुसीं अपने बच्चों की पढ़ाई दे वास्ते वधिया इलाका अगर चाहुंदे हो तां इत्थे उस चीज़ां मिल सकदियां ने। कोई व्यापारक जां घरेलू जायदाद खरीदनी वेचनी है तां संपर्क करो। डॉक्टर जसप्रीत सिंह मावी होर का नंबर है 972-363-3700, 972-363-3700 सैलफोन है। जसप्रीत सिंह मावी का डैलस टैक्सस दे विच कोई भी कमर्शियल या रेजिडेंशियल प्रॉपर्टी खरीदनी वेचनी है, संपर्क करो डॉक्टर जसप्रीत सिंह मावी होर। जी सुरेंद्र। ते आ कोहिनूर वाला तो होर ही झोलू कढ मारिया जगन्नाथ मैनेजमेंट कमेटी ने। जी सुरेंद्र। नहीं, ਉਹ ਕੱਲ ਨੂੰ ਹੈਦਰਾਬਾਦ ਵਾਲੇ ਨੀ ਕਹਿਣਗੇ ਵੀ ਸਾਡਾ ਸੀਗਾ, ਦੇਵੀ ਦੀ ਮੂਰਤੀ ਚ ਤਾਂ ਅਸੀਂ ਲਾਇਆ ਸੀਗਾ, ਤੇ ਸਾਡੇ ਤੋਂ ਮੁਗਲ ਦਿੱਲੀ ਵਾਲੇ ਖੋ ਕੇ ਲਗਾਏ ਸੀਗੇ। ਹਾਂ, ਪਹਿਲਾਂ ਤਾਂ ਉਹ ਕਹਿਣਗੇ ਸਾਡਾ ਸੀਗਾ। ਹਾਂ, ਤੇ ਫਿਰ ਦਿੱਲੀ ਕੱਲ ਨੂੰ ਦਿੱਲੀ ਵਾਲੇ ਵੀ ਕਲੇਮ ਕਰ ਸਕਦੇ ਆ ਕਿ ਮੁਗਲ ਤਾਂ ਉਦੋਂ ਦਿੱਲੀ ਤੇ ਜਿਹੜੇ ਰਾਜ ਕਰਦੇ ਸੀ, ਕੋਹਿਨੂਰੀ ਦਾ ਤਾਂ ਉਹਨਾਂ ਲਿਆਂਦਾ ਸੀ, ਤੇ ਉਹਨਾਂ ਤੋਂ ਅਫਗਾਨੀ ਲੈ ਗਏ ਸੀਗੇ। महाराज रणजीत सिंह नूं किसे ने पुछा, कहिंदा बादशाह सलामत इह किन्ने क दा होऊगा, कहिंदा इहदी कीमत। ओह जटका सुभा कहिंदा पता कोहिनूर हीरे दी की कीमत है, कहिंदा इहदी कीमत है 76। कहिंदा जिहदा 76 तकड़ा ना, कहिंदा उसे दा हीरा है ना। सो इस करके इह 76 है, जिहदा भाई 76 तकड़ा है उसे दा हीरा आ, इह सच है जी। दूजी गल, ਹੁਣ ਦਰਬਾਰ ਕਿਹਦੇ ਚ ਗਏ, ਦਰੋਪਦੀ ਮੁਰਮੂ ਕੋਲੇ, ਜਿਹੜੀ ਵਿਚਾਰੀ 75 ਸਾਲਾਂ ਚ ਆਪਦੇ ਪਿੰਡ ਚ ਲਾਈਟ ਨੀ ਲਵਾ ਸਕੀ, ਉਹ ਤੁਹਾਡਾ ਹੀਰਾ ਲੈ ਕੇ ਲੈਣ ਜਾਊਗੀ। ਹੈ, ਲੈ ਲਓ ਹੈਲੀਕਾਪਟਰ ਜਹਾਜ਼ ਇੱਕ ਬੁੱਕ ਕਰਾ ਲਓ, ਨਾਲ ਲੈ ਜਾਓ ਦਰੋਪਦੀ ਮੁਰਮੂ ਨੂੰ, ਜਾ ਕੇ ਉੱਥੇ ਧਰਨਾ ਲਾ ਕੇ ਬਹਿ ਜਾਓ ਲੰਡਨ ਜਾ ਕੇ, ਕਹੋ ਜੀ ਸਾਡਾ ਹੀਰਾ ਦਿਓਗੇ ਤਾਂ ਅਸੀਂ ਜਾਣਾ, ਨਹੀਂ ਤਾਂ ਧਰਨੇ ਤੇ ਬੈਠੇ ਹਾਂ, ਬਹਿ ਜਾਓ ਭੁੱਖ ਹੜਤਾਲ ਤੇ। ਇੱਥੇ ਵੀ ਤਾਂ ਹੜਤਾਲ ਕਰ ਲੈਂਦੇ ਹੋ, ਭੁੱਖ ਹੜਤਾਲ ਤੇ ਬਹਿੰਦੇ ਹੋ, ਉੱਥੇ ਜਾ ਕੇ ਵੀ ਬਹਿ ਜਾਓ। ਅਗਲਿਆਂ ਨੇ ਤੁਹਾਡੇ ਪ੍ਰਧਾਨ ਮੰਤਰੀਆਂ ਦੇ ਸਪੈਸ਼ਲ ਜਹਾਜ਼ਾਂ ਤੇ ਜਾਣ ਤੇ ਪਾਬੰਦੀ ਲਾ ਦਿੱਤੀ ਹੈ,
ਸਪੈਸ਼ਲ ਗੱਡੀਆਂ ਤੇ ਅੱਡੀਆਂ ਤੇ ਪਾਬੰਦੀ ਲਾਤੀ ਹੈ ਕਿ ਤੁਸੀਂ ਆ ਹੀ ਨਹੀਂ ਸਕਦੇ, ਕਹਿੰਦੇ ਇਹਨੂੰ ਬੱਸਾਂ ਚ ਬਿਠਾਵਾਂਗੇ ਤੇ ਤੁਸੀਂ ਹੀਰਾ ਲੱਭਣ ਡਏ ਹੋਏ ਆ। ਮਤਲਬ ਮੈਨੂੰ ਤਾਂ ਹੈਰਾਨਗੀ ਆ ਗਈ ਕਿ ਛਪਾ ਪਹੁੰਚੇ ਕਿਹਦੇ ਕੋਲੇ ਨੇ ਹੀਰੇ ਦੇ ਲਈ ਕਿ ਹੀਰਾ ਲਿਆ ਕੇ ਦਊ ਦ੍ਰੋਪਦੀ ਮੁਰਮੂ ਜਿਹਨੂੰ ਵਿਚਾਰੀ ਨੂੰ ਆਪਣੇ ਆਪ ਦਾ ਨੀ ਪਤਾ। ਨਹੀਂ ਖੈਰ ਉਹਨਾਂ ਨੇ ਕਰਨਾ ਤਾਂ ਰਾਸ਼ਟਰਪਤੀ ਕੋਲ ਸੀ, ਮੋਦੀ ਸਾਹਿਬ ਕੋਲ ਚਲੇ ਜਾਂਦੇ ਜਾਂ ਮਾਨ ਸਾਹਿਬ ਦਾ ਤੁਹਾਨੂੰ ਪਤਾ ਉਹਨਾਂ ਨੇ ਹੀਰਾ ਤਾਂ ਜਦੇ ਹੀ ਦੇਣਾ ਸੀ ਕਢਾ ਕੇ ਹਨਾ। ਪਰ ਭਾਜਪਾ ਦੇਖੋ ਕਰਦੀ ਕੀ ਹੈ ਸੁਰਿੰਦਰ ਭਾਈ ਜੀ, ਬੰਗਾਲ ਦੇ ਵਿਚ ਮਤਲਬ ਇਨ੍ਹਾਂ ਨੇ ਇਕ ਪੁਲਿਸ ਦੀ ਗੱਡੀ ਨੂੰ ਸਾੜ ਸੁੱਟਿਆ, ਪੁਲਿਸ ਨਾਲ ਵੀ ਬਦਸਲੂਕੀ ਕੀਤੀ ਹੈ। ਭਾਜਪਾ ਇੰਨੀ ਓਵਰ ਕੋਨਫੀਡੈਂਸ ਆ, ਉਹ ਕਹਿੰਦੇ ਆ ਨਾ ਕਿ ਇਨ੍ਹਾਂ ਨੂੰ ਰਾਜ ਕਰਦਿਆਂ ਨੂੰ ਵੇਖਿਓ ਕਿ ਕਰਦੇ ਕੀ ਨੇ। ਪੁਲਿਸ ਦੀ ਗੱਡੀ ਫੂਕ ਦਿੱਤੀ, ਮਹਿਲਾ ਅਫਸਰ ਸੀ ਜਿਹੜੀ ਇਕ ਪੁਲਿਸ ਦੀ, ਉਹਨੂੰ ਸ਼ੁਭੰਦਰੂ ਅਧਿਕਾਰੀ ਜਿਹੜੇ ਬੀਜੇਪੀ ਦੇ ਨੇ ਕਹਿੰਦੇ ਡੋਂਟ ਟੱਚ ਮਾਈ ਬਾਡੀ। ਇਹ ਅੰਦੋਲਨ ਹਿੰਸਕ ਹੋ ਗਿਆ। ਚੰਗੀ ਭਲੀ ਪੁਲਿਸ ਦੀ ਗੱਡੀ ਕਿਵੇਂ ਇਨ੍ਹਾਂ ਨੇ ਅੱਗ ਲਾ ਕੇ ਸਾੜੀ ਹੈ ਤੇ ਕਿਵੇਂ ਇਹ ਪੱਥਰ ਇੱਟਾਂ ਰੋੜੇ ਮਾਰਦੇ ਨੇ, ਕਿੰਨੇ ਇਹ ਹਿੰਸਕ ਹੋਏ ਨੇ। ਸੋ ਵੈਸੇ ਤਾਂ ਅਟਲ ਬਿਹਾਰੀ ਵਾਜਪਾਈ ਵੇਲੇ ਨਾ ਇੱਕ ਪਤਾ ਨੀ ਕਿਹੜਾ ਕਾਂਗਰਸ ਦਾ ਆਗੂ ਸੀ, ਉਹਨੇ ਬੀਜੇਪੀ ਦੀ ਫੁੱਲ ਫਾਰਮ ਨਾ ਭਾਰਤ ਜਲਾਓ ਪਾਰਟੀ ਓ ਰੱਖੀ ਸੀ। ਬੀਜੇਪੀ ਮਤਲਬ ਭਾਰਤ ਜਲਾਓ ਪਾਰਟੀ, ਵੀ ਭਾਰਤ ਨੂੰ ਇਹ ਅੱਗ ਲਾਉਂਦੀ ਹੈ, ਜਾਲਦੀ ਹੈ। ਸੋ ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਦੇ ਵਿਚ ਮਮਤਾ ਬੈਨਰਜੀ ਦੀ ਸਰਕਾਰ ਦੇ ਖਿਲਾਫ਼ ਇਹ ਜਿਹੜਾ ਨਿਬਰਤਾ ਚਲੋ ਅੰਦੋਲਨ ਹੈ ਉਹ ਹਿੰਸਕ ਹੋ ਗਿਆ। ਇਸ ਦੌਰਾਨ ਬੀਜੇਪੀ ਦੇ ਵਰਕਰਾਂ, ਅਧਿਕਾਰੀਆਂ ਅਤੇ ਪੁਲਿਸ ਦੇ ਦਰਮਿਆਨ ਹਿੰਸਕ ਝੜਪ ਹੋਈ ਤੇ ਬੀਜੇਪੀ ਵਾਲਿਆਂ ਨੇ ਲਾਲ ਬਾਜ਼ਾਰ ਏਰੀਆ ਚ ਪੁਲਿਸ ਦੀ ਗੱਡੀ ਨੂੰ ਅੱਗ ਲਾ ਦਿੱਤੀ ਤੇ ਇਸ ਤੋਂ ਬਾਅਦ ਪੱਥਰਬਾਜ਼ੀ ਵੀ ਉਨ੍ਹਾਂ ਨੇ ਪੁਲਿਸ ਤੇ ਕੀਤੀ। ਫਿਰ ਹਾਲਾਂਕਿ ਪੁਲਿਸ ਨੂੰ ਕਾਬੂ ਕਰਨ, ਭੀੜ ਨੂੰ ਕਾਬੂ ਕਰਨ ਲਈ ਪੁਲਿਸ ਨੇ ਹਲਕਾ ਲਾਠੀਚਾਰਜ ਵੀ ਕੀਤਾ, ਹੰਝੂ ਗੈਸ ਦੇ ਗੋਲੇ ਵੀ ਸਿੱਟੇ, ਵਾਟਰ ਕੈਨਨ ਦਾ ਵੀ ਇਸਤੇਮਾਲ ਕੀਤਾ। ਇਸ ਦੌਰਾਨ ਕਲਕੱਤਾ ਤੋਂ ਭਾਜਪਾ ਦੀ MC ਹੈ ਮੀਨਾ ਪ੍ਰੋਹਤ, ਉਹਦੇ ਸਿਰ ਚ ਸੱਟ ਲੱਗੀ ਜਿਹਨੂੰ ਹਸਪਤਾਲ ਭਰਤੀ ਕਰਾਇਆ ਗਿਆ। ਇਸ ਸਬੰਧੀ ਪੁਲਿਸ ਨੇ ਅੰਦੋਲਨ ਦੀ ਅਗਵਾਈ ਕਰ ਰਹੇ ਰਹੇਕ ਬਿਸ਼ਪ ਤੇ ਬੀਜੇਪੀ ਦੇ ਨੇਤਾ ਸ਼ਵਿੰਦਰੂ ਅਧਿਕਾਰੀ ਤੇ ਬੰਗਾਲ ਦਾ ਜਿਹੜਾ ਬੀਜੇਪੀ ਦਾ ਪ੍ਰਧਾਨ ਹੈ ਸੁਕਾਂਤਾ ਮਜੂਮਦਾਰ ਨੂੰ ਗ੍ਰਿਫ਼ਤਾਰ ਕਰ ਲਿਆ। ਹਿਰਾਸਤ ਦੇ ਦੌਰਾਨ ਸ਼ਵਿੰਦਰੂ ਅਧਿਕਾਰੀ ਨੇ ਇਕ ਬਿਆਨ, ਉਹਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਦੇ ਵਿਚ ਉਹ ਮਹਿਲਾ ਪੁਲਿਸ ਅਧਿਕਾਰੀ ਨੂੰ ਕਹਿ ਰਿਹਾ ਕਿ ਡੋਂਟ ਟੱਚ ਮਾਈ ਬਾਡੀ, ਆਈ ਐਮ ਮੇਲ, ਕਹਿੰਦਾ ਮੈਂ ਮੇਲ ਹਾਂ, ਮੈਂ ਮਰਦ ਹਾਂ, ਤੂੰ ਮੇਰੀ ਬਾਡੀ ਨੂੰ ਟੱਚ ਨਾ ਕਰ। ਸੋ ਵੀਡੀਓ ਦੇ ਵਿਚ ਇਸ ਵੀਡੀਓ ਨੂੰ ਅਭਿਸ਼ੇਕ ਬੈਨਰਜੀ ਨੇ ਵੀ ਪੋਸਟ ਕੀਤਾ। ਇਸ ਤੋਂ ਇਲਾਵਾ ਮਤਲਬ ਹੁਣ ਇਹਨੂੰ ਲੱਗਦਾ ਹੋਣਾ ਕਿ ਜੇ ਮੈਨੂੰ ਮਹਿਲਾ ਪੁਲਿਸ ਅਫਸਰ ਨੇ ਟੱਚ ਕਰ ਲਿਆ ਤਾਂ ਮੈਂ ਭੱਟਿਆ ਜਾਊਂਗਾ, ਇਹ ਵੀ ਹੋ ਸਕਦਾ, ਕਹਿੰਦਾ ਡੋਂਟ ਟੱਚ ਮਾਈ ਬਾਡੀ, ਆਈ ਐਮ ਮੇਲ। ਤੇ ਇਸ ਤੋਂ ਇਲਾਵਾ ਆਸਨਸੋਲ ਦੇ ਵਿਧਾਇਕ ਲਾਕਟ ਚੈਟਰਜੀ ਸਮੇਤ ਬੀਜੇਪੀ ਦੇ ਹੋਰ ਵਰਕਰਾਂ ਨੂੰ ਪੁਲਿਸ ਨੇ ਡਿਟੇਨ ਕਰ ਲਿਆ ਤੇ ਲਾਕਟ ਉਹੀ ਨੇਤਾ ਜਿਸਨੇ ਆਸਨਸੋਲ ਦੇ ਵਿਚ TMC ਦੇ ਉਮੀਦਵਾਰ ਸ਼ਤਰੂਗਨ ਸਿੰਧਾਂ ਦੇ ਖਿਲਾਫ਼ ਚੋਣ ਲੜੀ ਸੀਗੀ, ਲੇਕਿਨ ਉਹ ਚੋਣ ਹਾਰ ਗਈ ਸੀਗੀ। ਇਸ ਤੋਂ ਇਲਾਵਾ ਬੰਗਾਲ ਦੇ ਜਿਹੜੇ ਪ੍ਰਧਾਨ ਨੇ ਰਾਹੁਲ ਸਿਨਹਾ, ਉਨ੍ਹਾਂ ਦੇ ਵੀ ਸਿਰ ਤੇ ਸੱਟ ਵੱਜੀ ਹੈ ਤੇ ਦੇਰ ਸ਼ਾਮ ਖੈਰ ਖਸ ਕਰਕੇ ਇਨ੍ਹਾਂ ਨੂੰ ਹਿਰਾਸਤ ਦੇ ਵਿਚ ਛੱਡ ਦਿੱਤਾ ਗਿਆ। ਇਸ ਸਬੰਧੀ ਜਿਹੜੀ ਕਲਕੱਤਾ ਹਾਈ ਕੋਰਟ ਹੈ ਉਸਨੇ ਭਾਜਪਾ ਦੇ ਅੰਦੋਲਨ ਨੂੰ ਲੈ ਕੇ ਬੰਗਾਲ ਦੇ ਵਿਚ ਜਿਹੜਾ ਗ੍ਰਹਿ ਸੈਕਟਰੀ ਹੈ ਉਨ੍ਹਾਂ ਦਾ, ਹੋਮ ਸੈਕਟਰੀ ਹੈ, ਉਹਨੂੰ 19 ਸਤੰਬਰ ਨੂੰ ਉਹਦੀ ਰਿਪੋਰਟ ਤਲਬ ਕੀਤੀ ਹੈ। ਕੋਰਟ ਨੇ ਬੰਗਾਲ ਸਰਕਾਰ ਨੂੰ ਆਦੇਸ਼ ਦਿੱਤੇ ਨੇ ਕਿ ਉਸ ਗੱਲ ਦਾ ਧਿਆਨ ਰੱਖੇ ਕਿ ਪ੍ਰਦਰਸ਼ਨ ਦੇ ਦੌਰਾਨ ਕਿਸੇ ਵੀ ਵਿਅਕਤੀ ਨੂੰ ਨਜਾਇਜ਼ ਤਰੀਕੇ ਨਾਲ ਡਿਟੇਨ ਨਾ ਕੀਤਾ ਜਾਵੇ, ਨਾਲ ਹੀ ਸਰਵਜਨਕ ਜਿਹੜੀ ਜਨਤਕ ਜਾਇਦਾਦ ਆ ਉਸਦਾ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਹੋਵੇ। ਸੋ ਭਾਜਪਾ ਨੇ ਮਮਤਾ ਬੈਨਰਜੀ ਸਰਕਾਰ ਦੇ ਖਿਲਾਫ਼ ਭ੍ਰਿਸ਼ਟਾਚਾਰ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਇਹ ਜਿਹੜਾ ਸੂਬਾ ਪੱਧਰੀ ਅੰਦੋਲਨ ਕੀਤਾ ਸੀ। ਸੋ ਇਸ ਅੰਦੋਲਨ ਦਾ ਜਿਹੜਾ ਸੀ ਸੈਕਟਰੀਏਟ ਚਲੋ ਮਾਰਚ ਦਾ ਨਾਮ ਦਿੱਤਾ ਗਿਆ ਸੀ ਤੇ ਦੋ ਦਿਨ ਪਹਿਲਾਂ ਹੀ ਪੱਛਮੀ ਬੰਗਾਲ ਦੇ ਵੱਖ ਵੱਖ ਜ਼ਿਲ੍ਹਿਆਂ ਦੇ ਵਿਚ ਭਾਜਪਾ ਨੇਤਾਵਾਂ ਨੇ ਜਿਹੜਾ ਟ੍ਰੇਨ ਤੇ ਬੱਸਾਂ ਦੇ ਰਾਹੀਂ ਇਨ੍ਹਾਂ ਨੂੰ ਉਥੇ ਕਲਕੱਤਾ ਇਕੱਠੇ ਕੀਤਾ ਸੀਗਾ। ਯਾਨੀ ਪੂਰੇ ਬੰਗਾਲ ਦੇ ਵਿਚ ਭੀੜ ਕਲਕੱਤਾ ਇਕੱਠੀ ਕੀਤੀ ਸੀ, ਯਾਨੀ ਪਲੈਨਿੰਗ ਦੇ ਨਾਲ ਇਹ ਲੋਕ ਆਏ ਸੀਗੇ। ਇਸ ਦੌਰਾਨ ਇਨ੍ਹਾਂ ਨੇ ਦੋਸ਼ ਲਾਏ ਨੇ ਕਿ ਬੰਗਾਲ ਦੇ ਵਿਚ ਤਾਂ ਜਿਹੜਾ ਉੱਤਰੀ ਕੋਰੀਆ ਵਾਂਗੂ ਨਾ ਕਹਿੰਦੇ ਇੱਥੇ ਡਿਕਟੇਟਰਸ਼ਿਪ ਹੈ, ਪਰ ਇਹ ਤਾਂ ਹੈਗੀ ਡਿਕਟੇਟਰਸ਼ਿਪ, ਪਰ ਤੁਸੀਂ ਕੀ ਕਰਦੇ ਹੋ, ਤੁਸੀਂ ਇੱਕ ਪੁਲਿਸ ਦੀ ਕਾਰ ਨੂੰ ਜੀਪ ਨੂੰ ਅੱਗ ਲਾਈ ਹੈ। ਮਤਲਬ ਐਡੇ ਵਿਗੜੇ ਦਿਮਾਗ ਹੋਏ ਨੇ ਇਹਨਾਂ ਦੇ, ਉਦਾਂ ਕਹਿੰਦੇ ਨੇ ਜੀ ਭਾਰਤ ਮਾਤਾ ਇਹ, ਭਾਰਤ ਮਾਤਾ ਉਹ, ਦੇਸ਼ ਦੀ ਪ੍ਰੋਪਰਟੀ ਨਾ ਸਾੜੋ, ਪੁਲਿਸ ਦਾ ਰਿਸਪੈਕਟ ਕਰੋ, ਪਰ ਦੂਸਰੇ ਪਾਸੇ ਪੁਲਿਸ ਵਾਹਨ ਨੂੰ ਅੱਗ ਲਾਈ ਹੈ ਬੀਜੇਪੀ ਦੇ ਇਨ੍ਹਾਂ ਲੋਕਾਂ ਨੇ। ਜੀ ਸੁਰਿੰਦਰ, ਪਰਮਿੰਦਰ ਦੇਖੋ ਗੱਲ ਇਹ ਆ, ਹੁਣ ਮਮਤਾ ਦੇ ਮੋਹਰੇ ਇਹਨਾਂ ਦੇ ਪੈਰ ਤਾਂ ਲੱਗਦੇ ਨਹੀਂ ਸੀ, ਪਰ ਗੱਲ ਇਹ ਆ ਕਿ ਉੱਥੇ ਵਿਰੋਧੀ ਧਿਰ ਇਹ ਜ਼ਰੂਰ ਬਣ ਗਈ ਸੀ, ਵਿਰੋਧੀ ਧਿਰ ਬਣੀ ਆ, ਹੁਣ ਇਹ ਸੱਤਾ ਤੇ ਆਉਣ ਨੂੰ ਫਿਰਦੀ ਆ। ਪਰ ਜਿਹੜਾ ਗੁੰਡਾਗਰਦੀ ਦਾ ਨੰਗਾ ਨਾਚ ਅੱਜ ਹੋਇਆ,
जिस तरह पहला पुलिस की गड्डी भन्नी तोड़ी गई है छड़िया की है कोई कुछ शीशा बारी ओ छी है कोई छड़िया इन्होंने हुण जे ता उथों दी पुलिस जेड़ी आ ओ इन्हां नूं अरेस्ट करेगी ते फिर कहणगे देखो जी पुलिस उसे धक्का कर तुसी प्रोटेस्ट करना जी सदके करो प्रोटेस्ट करन दा तुहानूं सब नूं अधिकार आ हर सरकार दे विरुद्ध विरोधी धिर हमेशा प्रोटेस्ट करदी है जनता भी प्रोटेस्ट करदी है कुदरती प्रोटेस्ट हुंदे आए आ पर गल ते आ कि इह तुहानूं पावर किहने दित्ती है कि तुसी पुलिस जिहड़ी आ उहदी गड्डी तोड़ दिओ पुलिस उह तों भज के जान बचावे ते फिर गुंडा राज नहीं ते होर की आ इन गुंडागर्दी कहा जाऊगा ना ते नाल दी नाल फिर हाई कोर्ट भी सामने आ गई कि नजायज ना तंग किसी नूं पीता जावे ते जे पहला ही हाई कोर्ट आदेश दे दिंदी कि घट्टो घट ये व्यक्ति जिहड़े हिंसक नहीं होणगे जे हिंसक होणगे तो सरकार कार्रवाई करे हुण हिंसक होण लई कहा किहने इन्हां नूं सवाल ते खड़े हुंदे ने ना ते कल भी खड़े होणगे सो इस करके इन्हां ने हर स्टेट का माहौल जिहड़ा ओह जुमलेबाजी पार्टी है ते जुमले जुमले जिन्ने मर्जी इन्हां को सुन लो ते दूजे बन्ने इन्हां दे आ अग लाउणी लाउणी है जलाउणा सारा भारत जलाउणा ते जलाउण दे रस्ते तुरे पए है भारत जलाओ पार्टी। मनजीत इंद्र सिंह स्वागत है जी, सत श्री अकाल भाजी। मनजीत इंद्र सिंह जी गल करो, सत श्री अकाल। हां जी हां जी, गल करो, तुसी आने रहो जी। दुनिया दे अठ मुल्क घूमे आवे, मेनू अजायब घर देखण दा बहुत शौक है, म्यूजियम फैड आ मैं जी। तकरीबन मैं हरेक मुल्क च चार पंज म्यूजियम, 30-40 म्यूजियम मैं देखे जी, ते दुनिया दे सब तो वड्डे म्यूजियम मैं देखे हुए। उन्हना दे विचों तुहाडा लंडन म्यूजियम, ब्रिटिश म्यूजियम सारे मैं देखे आ। इंग्लैंड एहजा वाहद मुल्क आ जिथे सारे म्यूजियम फ्री आ, सिर्फ दो म्यूजियम उथे पेड आ, एक ता मैडम ट्यूसार्ड म्यूजियम जिथे ओह मोम दे बुत हुंदे आ, दूजा जरा लंडन टावर म्यूजियम जिथे सारे ब्रिटिश ज्यूल रखे हुए आ, क्राउन रखे हुए आ। ਉਥੇ ਮੈਂ ਉਹ ਜਿਹੜਾ ਕਰਾਊਨ ਦੇਖਣ ਗਿਆ ਤਾਂ ਉਥੇ ਸਾਰੇ ਆਹ ਜਿਹੜੇ ਕੋਹੇਨੂਰ ਤਾਂ ਵੀ ਵੱਡੇ ਵੱਡੇ ਹੀਰੇ, ਵਧੀਆ ਚਮਕਵੇਂ ਹੀਰੇ ਦੇ ਤਾਜ ਉਥੇ ਪਏ ਆ ਜੀ, ਨੋ ਡਾਊਟ। ਉਥੇ ਜਾ ਕੇ ਟਿਵਾਣਾ ਸਾਹਿਬ ਮੈਂ ਭਾਵੁਕ ਹੋ ਗਿਆ ਜਦੋਂ ਮੈਂ ਕੋਹੇਨੂਰ ਹੀਰਾ ਉਹ ਤਾਜ ਦੇਖਿਆ, ਸੁਭਾਵਿਕ ਜੀ ਗੱਲ। ਪਰ ਦੇਖੋ ਚਾਹੇ ਇਹ ਤਾਂ ਆਪਾਂ ਇੰਡੀਆ ਵਾਲੇ ਕਹਿੰਦੇ ਆ ਨਾ ਸਾਡਾ ਕੋਹੇਨੂਰ ਹੀਰਾ, ਬਹੁਤ ਹੋਰ ਕੌਮਾਂ ਕਹਿੰਦੀਆਂ ਨੇ ਸਾਡਾ ਬੜਾ ਕੁਛ ਬ੍ਰਿਟਿਸ਼ ਲੈ ਗਏ। ਗੱਲ ਮੈਂ ਇਹ ਕਹਿੰਦਾ ਵੀ ਜੇ ਕੋਹੇਨੂਰ ਹੀਰਾ ਪਲੱਸ ਮੈਂ ਉੱਥੇ ਲੰਡਨ ਮਿਊਜ਼ੀਅਮ ਚ ਮਹਾਰਾਜਾ ਰਣਜੀਤ ਸਿੰਘ ਦੀ ਉਹ ਦੇਖੀ ਥਰੋਨ ਹਸਨ ਸੋਨੇ ਦੀ, ਠੀਕ ਆ ਜੀ, ਲੈ ਗਏ ਸਾਨੂੰ ਇਹ 3-4 ਚੀਜ਼ਾਂ ਜ਼ਿਆਦਾ ਜੀ, ਠੀਕ ਆ ਲੈ ਗਏ। ਕੀ ਉਹਨਾਂ ਨੇ ਵੇਚ ਕੇ ਖਾ ਗਏ ਉਹ? ਉਹਨਾਂ ਨੇ ਉੱਥੇ ਰੱਖੀਆਂ ਹੋਈਆਂ, ਮੰਨ ਲਓ ਬ੍ਰਿਟਿਸ਼ ਉੱਥੋਂ ਨਾ ਲੈ ਕੇ ਜਾਂਦੇ ਤਾਂ ਮਹਾਰਾਜਾ ਰਣਜੀਤ ਸਿੰਘ ਦੀ ਸਿੰਘਾਸਨ ਆ ਤੇ ਕੋਈ ਨੀ ਕਿੱਥੇ ਜਾਣਾ ਸੀ ਅੱਜ? ਕੀ ਪੰਜਾਬ ਦੇ ਕਿਸੇ ਮਿਊਜ਼ੀਅਮ ਚ ਪਿਆ ਹੋਣਾ ਸੀ? ਰਣਜੀਤ ਸਿੰਘ ਦੇ ਕਿਸੇ ਮਤਲਬ ਭਤੀਜੇ ਨੇ ਕਿਸੇ ਨੂੰ ਮਾਰ ਕੇ, ਕਿਸੇ ਨੂੰ ਉਹਨੂੰ ਵੱਢ ਕੇ ਉਹਨੂੰ ਵੇਚ ਕੇ ਉਹਨੂੰ ਪਤਾ ਨੀ ਕਿੱਥੇ ਗਿਆ ਹੋਣਾ ਸੀ? ਤੁਸੀਂ ਧੰਨਵਾਦ ਕਰੋ ਅੰਗਰੇਜ਼ਾਂ ਦਾ ਜਿਹਨੇ ਤੁਹਾਡੀ ਵਿਰਾਸਤ ਸੰਭਾਲ ਕੇ ਦੁਨੀਆਂ ਨੂੰ ਦਿਖਾਉਣ ਵਾਸਤੇ ਰੱਖੀ ਹੋਈ ਆ ਜੀ। ਥੈਂਕ ਯੂ ਜੀ। ਦੇਖੋ ਵੈਸੇ ਮੈਂ ਅਕਸਰ ਜ਼ਿਕਰ ਕਰਦੇ ਹੁੰਦਾ ਕਿ ਕਿੰਨੀਆਂ ਸਾਰੀਆਂ ਮੂਰਤੀਆਂ ਨੇ, ਪੁਰਾਤਨ ਮੂਰਤੀਆਂ ਇੱਥੋਂ ਮੰਦਰਾਂ ਚੋਂ ਚੋਰੀ ਹੋ ਜਾਂਦੀਆਂ ਤੇ ਉਹ ਫਿਰ ਉੱਥੇ ਜਿਹੜੀਆਂ ਨੇ ਟਿਕਦੀਆਂ ਵਿਕਦੀਆਂ ਨੇ। ਤੁਸੀਂ ਵੇਖੋ ਕਾ ਕੇ ਜਿਹੜਾ ਚੰਡੀਗੜ੍ਹ ਦੇ ਸੀਵਰ ਦੇ ਢੱਕਣ ਨੇ, 7-7 ਲੱਖ ਦੇ, 8-8 ਲੱਖ ਦੇ ਸੀਵਰ ਦੇ ਗਟਰ ਦੇ ਢੱਕਣ ਵਿਕੇ ਨੇ, ਕਿਉਂਕਿ ਉਹ ਉਹਨਾਂ ਉੱਤੇ ਚੰਡੀਗੜ੍ਹ ਦਾ ਨਕਸ਼ਾ ਜਿਹੜਾ ਛਪਿਆ ਹੋਇਆ। ਇੱਕ ਕਾਲਰ ਲੈ ਲਈ ਸੁਰਿੰਦਰ ਜੀ, ਉਸ ਤੋਂ ਬਾਅਦ ਫਿਰ ਕਰਦੇ ਹਾਂ ਸਵਾਗਤ। ਕਿ ਉਹਦੇ ਚ ਤੁਸੀਂ ਵੇਖੋ ਕਿ ਉਹ ਇੱਥੋਂ ਚੰਡੀਗੜ੍ਹ ਤੋਂ ਜਿਹੜਾ ਫਰਨੀਚਰ ਸੀਗਾ ਲੀ ਕਾਰਬੂਜ਼ੀਅਰ ਨੇ ਬਣਾਇਆ ਸੀ, ਉਹ ਫਰਨੀਚਰ ਵੀ ਵੱਡੇ ਪੱਧਰ ਤੇ ਜਿਹੜਾ ਵਿਦੇਸ਼ ਚ ਵਿਕ ਰਿਹਾ, ਅਕਸਰ ਇੱਥੋਂ ਚੋਰੀ ਹੋਣ ਦੀਆਂ ਖਬਰਾਂ ਆਉਂਦੀਆਂ ਨੇ। ਸਵਾਗਤ ਤੁਹਾਡਾ ਅੰਸਾਰੀ ਸਾਹਿਬ।
अंसारी साहब गल करो जी। कर दिक्कत है अंसारी साहब, सॉरी दोबारा कर लो प्लीज जी। सुरेंद्र जी, ए जड़ा चल रहा बंगाल दा ए अंदोलन किदां वेखदे हो इसनूं? फिर इस तों बाद आपां थोड़ी जी पंजाब सियासत ते वी जांदे जांदे गल करांगे जी। सुरेंद्र जी, हां जी सुरेंद्र जी, थोड़ा बंगाल अंदोलन ते बीजेपी दा जो चल रहा सिलसिला उस ते करो अपडेट, ते फिर पंजाब दी सियासत ते होर की खबरां चल रहीआं जी। सुरेंद्र, परमिंदर गल इह कि देखो जिहड़ा बंगाल वाला ओहदा तां सिद्धा जिहा सिस्टम आ कि इन्हां ने हर स्टेट च जाके गाह पाउणा ही पाउणा। जिन्ना गाह पाउणगे ओना इन्हां नूं सपोर्ट करदा, ओते वायलेंस होएगी, वायलेंस दे विच इह इन्हां दा रौला पाएगा कि देखो जी इन्हां तों तां कंट्रोल नहीं हुंदा, इन्हां तों कंट्रोल नहीं हुंदा, असीं करांगे। सिर्फ केवल ते केवल इन्हां दा आही रौला, होर ते इन्हां दा कोई रौला ही नहीं है, ते ना ना इन्हां ने किसे स्टेट नूं चज नाल जिहड़ा ओह चलण देणा। ਇਹ ਇਹਨਾਂ ਦਾ ਅੱਜ ਦਾ ਥੋੜੀ ਆ, ਇਹਨਾਂ ਦਾ ਸ਼ੁਰੂ ਦਾ ਇਹੀ ਸਿਸਟਮ ਚੱਲਣ ਡਿਆ ਹੋਇਆ, ਇਸ ਕਰਕੇ ਇਸ ਰਾਹ ਤਾਂ ਇਹ ਪੈ ਹੀ ਹੋਏ ਆ। ਸੋ ਇਸ ਕਰਕੇ ਪਰਮਿੰਦਰ ਇਹਨਾਂ ਨੇ ਹਰ ਸਟੇਟ ਜਿਹੜੀ ਆ ਉਹਦੇ ਚ ਇਹੀ ਕੁਛ ਪਹਿਲਾਂ ਤੋਂ ਕੀਤਾ ਤੇ ਇਹੀ ਅੱਗੇ ਇਹਨਾਂ ਨੇ ਕਰਨਾ ਹੀ ਕਰਨਾ, ਕਿਆ ਹਟਣਾ ਇਹਨਾਂ ਕਿਤੇ ਨੀ। ਹਰ ਜਗ੍ਹਾ ਤੇ ਇਹਨਾਂ ਨੇ ਆਪਣੇ ਆਪ ਨੂੰ ਪੋਲਿਸ਼ ਕਰਨਾ, ਤੇ ਬੀਜੇਪੀ ਵਰਗਾ ਹੋਰ ਕੋਈ ਨੀ ਆ ਬਸ। ਬਾਕੀ ਚਲੋ ਪ੍ਰਦਰਸ਼ਨ ਸ਼ਾਂਤਮਈ ਹੋਣ ਤੇ ਬਾਈ ਜੀ ਉੱਥੇ ਇਸ ਤਰ੍ਹਾਂ ਅੱਗਾਂ ਲਾਉਣੀਆਂ, ਤੁਸੀਂ ਵੇਖੋ ਕਿ ਸਟੇਟ ਪੱਧਰੀ ਐਜੀਟੇਸ਼ਨ ਹੈ ਸਾਰੀ ਬੰਗਾਲ ਚ, ਤੁਸੀਂ ਭੀੜ ਉੱਥੇ ਇਕੱਠੀ ਕੀਤੀ ਹੈ। ਤੰਗ ਉਹ ਸ਼ਹਿਰ ਹੈ, ਐਡਾ ਭੀੜ ਭੜੱਕੇ ਵਾਲਾ ਸ਼ਹਿਰ ਹੈ ਕਲਕੱਤਾ, ਤੇ ਉੱਥੇ ਫਿਰ ਤੁਸੀਂ ਸਾਰਾ ਜਿਹੜਾ ਤਾਮ ਝਾਮ ਇਕੱਠਾ ਕੀਤਾ, ਤੇ ਫਿਰ ਉੱਥੇ ਪੁਲਿਸ ਦੀਆਂ ਗੱਡੀਆਂ ਨੂੰ ਅੱਗੇ ਲਾਉਂਦੇ ਅੱਗਾਂ ਲਾਉਂਦੇ ਹੋ, ਕਾਨੂੰਨ ਹੱਥ ਚ ਲੈਂਦੇ ਹੋ। ਇਹ ਚਾਹੁੰਦੇ ਆ ਕਿ ਉੱਥੇ ਕਦੇ ਤੇ ਗੋਲੀ ਵੱਜ ਜਾਵੇ ਤੇ ਫਿਰ ਉਹ ਬੀਜੇਪੀ ਦਾ ਹੱਲਾ ਗੋਲਾ ਸ਼ੁਰੂ, ਡੰਡੇ ਖਾਣ ਵਾਲੇ ਕੰਮ ਆਪ ਕਰਦੇ ਆ। ਹਾਲਾਂਕਿ ਕਰਾਰੀ ਹਾਰ ਹੋਈ ਹੈ, ਸਮਝਣ ਨੂੰ ਫਿਰ ਤਿਆਰ ਨਹੀਂ। ਅੰਸਾਰੀ ਸਾਹਿਬ ਸਵਾਗਤ 24 ਨੰਬਰ। ਹਾਂਜੀ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਹਾਂਜੀ ਸਰ ਜੀ, ਮੈਂ ਗੱਲ ਇਹ ਕਰਨੀ ਚਾਹੁੰਦਾ ਸਰ, ਜਿਸ ਤਰ੍ਹਾਂ ਪੰਜਾਬ ਮੇਲਾ ਚਪਾਰ ਦਾ, ਸਰ ਮੇਲੇ ਦਾ ਹੋਰ ਥਾਵਾਂ ਤੇ ਵੀ ਲੱਗਦੇ ਪੰਜਾਬ ਦੇ ਵਿਚ ਬਹੁਤ ਮਰਸੋ ਪ੍ਰਸਿੱਧ ਨੇ। ਜਿਸ ਤਰ੍ਹਾਂ ਆਪਾਂ ਜਗਰਾਵਾਂ ਦੀ ਰੋਸੇ ਦੀ ਗੱਲ ਕਰੀਏ ਜਾਂ ਆਪਣੇ ਇੱਥੇ ਜਰਗ ਦਾ ਮੇਲਾ ਬਹੁਤ ਮਸ਼ਹੂਰ ਆ, ਪੰਜਾਬ ਦਾ ਤਾਂ ਤਕਰੀਬਨ ਬਾਹਰ ਵੀ ਮੰਨਿਆ ਜਾਂਦਾ। ਪਰ ਇੱਥੇ ਅਸੀਂ ਅੱਜ ਕੁਝ ਦੁਕਾਨਾਂ ਵਾਲਿਆਂ ਤੋਂ ਵੀ ਪਤਾ ਕਰਿਆ ਸਰ, ਇੱਥੇ ਬਹੁਤ ਹਨੇਰੇ ਕਰਦੀ ਪਈ ਆ, ਚੋਰ ਬਜ਼ਾਰੀ ਬਹੁਤ ਜ਼ਿਆਦੇ ਆ। ਹੁਣ ਇੱਕ ਦੋ ਬੈਂਚ ਹੁੰਦੇ ਨੇ ਜਿਹੜੇ ਸਰ, ਉਹ ਆਪਣੇ ਕਹਿੰਦਾ ਦੋ ਗਜ਼ ਦੇ ਵਿੱਚ ਹੀ ਹੁੰਦੇ ਆ, ਤਿੰਨ ਗਜ਼ ਚ ਉਹਨਾਂ ਨੂੰ 10,000 ਰੁਪਇਆ ਦੇਣਾ ਪੈਂਦਾ ਸਰ। ਕੋਈ 17 ਲੱਖ ਦਾ ਕਿਸੇ ਨੇ ਠੇਕਾ ਦਿੱਤਾ ਸਰ, ਇਹ ਉਹ ਰੋਡ ਲੋਕਾਂ ਨੇ ਠੇਕੇਦਾਰੀ ਸਪੈਸ਼ਲ ਕਰਕੇ ਮੰਦਰ ਵੱਲੋਂ ਦਿੱਤੀ ਗਈ ਆ, ਜਿਹੜੀ ਜੰਗਲਾਤ ਮਹਿਕਮੇ ਦੇ ਅੰਦਰ ਆਉਂਦੀ ਆ। ਇਹ ਹੁਣ ਦੀ ਸਰਕਾਰ ਦੇ ਨੀ, ਬਹੁਤ ਦੇਰ ਤੋਂ ਚੱਲਦਾ ਹੁੰਦਾ। ਅੱਜ ਬਿਜਲੀ ਦੀ ਜੇ ਗੱਲ ਕਰੀਏ ਸਰ, ਉੱਥੇ ਇੱਕ ਇੱਟ ਦੀ ਜਿਹੜੇ ਆਪਣੇ ਦੂਜੇ ਇਲੈਕਟ੍ਰੋਨਿਕ ਰੈਕਟੇ ਨੇ, ਉਹ ਚਾਰਜਿੰਗ ਸਿੱਧਾ ਡਾਇਰੈਕਟ ਲਾਇਆ ਹੋਇਆ, ਬਿਜਲੀ ਵਾਲੇ 150 ਰੁਪਿਆ ਲੈਂਦੇ ਨੇ, ਟ੍ਰਾਂਸਫਾਰਮ ਤੋਂ ਡਾਇਰੈਕਟ ਕਾਰਾਂ ਲਾ ਕੇ ਦਿੱਤੀਆਂ ਹੋਈਆਂ ਨੇ ਉਹਨਾਂ ਨੇ ਜੀ। ਦੇਖੋ ਹੁਣ ਜਿਹੜਾ ਮੇਲਾ ਸਰ, ਲਾਉਣ ਵਾਲਾ ਬੰਦਾ ਵਾ, ਉਹ ਬੰਦਿਆਂ ਨੇ ਉਹ ਜਗ੍ਹਾ ਲਈ ਹੈ ਜਿਹੜੀ ਇੱਕ ਨੂੰ 1,60,000 ਦਾ ਮਿਲਦਾ ਸੀਗਾ, 64 ਦਾ ਅੱਡਾ ਲਾਉਂਦੇ ਨੇ, ਉਹਨੇ ਇਕੱਲੀ 60,000 ਦੀ ਲਈ ਹੈ ਜਗ੍ਹਾ। ਉੱਥੇ 4 ਸਮੋਸੇ ਦਾ ਅੱਡਾ ਲਾਇਆ, ਲਕਸ਼ਮੀ ਚਾਰ ਭੰਡਾਰ ਸੀ ਉਹਨਾਂ ਕੋਲ, ਬਹੁਤ ਦੇਰ ਤੇ ਜਾਂਦੇ, ਅੰਧਗੜ੍ਹ ਦਾ ਬੰਦਾ ਵਾ, ਧਾਨਕ ਗਰੀਬ ਬੰਦਾ, ਉਹ ਰੇਹੜੀ ਵਗੈਰਾ ਲਾਉਂਦਾ, ਅੱਡਾ ਮੇਲਾ ਲਾਉਂਦਾ ਹੀ ਲਾਉਂਦਾ। ਇੱਥੇ ਮਸੂਰ ਦੀ ਗੱਲ ਕਰੀਏ, ਖਾਜਲਾ ਸਰ ਉਹਨੂੰ ਕਹਿੰਦੇ ਨੇ, ਪਾਥੀਆਂ ਉਹਨੂੰ ਮੈਦੇ ਦੀ ਪੂਰੀ ਤਰਤੇ ਚਾਣੀ ਦੇ ਵਿੱਚ ਬਾਅਦ ਦੇ ਵਿੱਚੋਂ ਕੱਢੀ ਜਾਂਦੀ ਆ। ਮਸੂਰ ਕੱਲੀ ਉਹੀ ਆ, ਉਹ ਯੂਪੀ ਦੇ ਤਿਆਰ, ਜ਼ਿਆਦਾਤਰ ਯੂਪੀ ਦੇ ਫੈਜ਼ਾਬਾਦ ਦੇ ਹੀ ਆ ਕੇ ਬਣਾਉਂਦੇ ਨੇ ਇਹ। ਹੁਣ ਅੱਡਿਆਂ ਦੀ ਜੇ ਗੱਲ ਕਰੀਏ ਸਰ, ਦੇਖੋ ਜੰਗਲਾਤ ਮਹਿਕਮੇ ਦਾ ਵੀ ਰਿਕਾਰਡ ਆ, ਉਹ ਨੰਬਰਾਂ ਦੀ ਜ਼ਮੀਨ ਆ, ਖੱਤਿਆਂ ਦੀ ਕਿਤੇ ਪਰਾਂ ਵਾ। ਇਹ ਮੇਲਾ ਇਹਨਾਂ ਲੋਕਾਂ ਨੇ ਖਰਾਬ ਕਰਾਇਆ, ਹੁਣ ਉਹ ਠੇਕਾ ਮੰਦਰ ਵਾਲੇ ਨੇ ਗਾਂ ਠੇਕੇਦਾਰ ਨੂੰ ਦਿੱਤਾ ਹੋਇਆ ਮੋਗੇ ਵਾਲੇ ਨੇ। ਇਹ ਕਿੰਨੇ ਦਿਨ ਚੱਲਦਾ ਮੇਲਾ? ਮੇਲਾ ਸਰ ਵੀਰਵਾਰ ਤੱਕ ਵੀ ਕਹਿੰਦੇ ਨੇ, ਜੇ ਸਰਕਾਰ ਨੇ ਪਰਮਿਸ਼ਨ ਦਿੱਤੀ, ਇੱਥੇ ਦੇ ਪੁਲਿਸ ਚੌਂਕੀ ਨੇ ਜੋ ਕਿ ਮੁੱਲਾਪੁਰ ਦੇ ਵਿੱਚ ਪੈਂਦੀ ਆ, ਇਹਨਾਂ ਦੇ ਅੰਦਰ ਹੀ ਅਥੋਰਟੀ ਆਉਂਦੀ ਆ, ਜੋ ਕਿ 5 ਦਿਨਾਂ ਦਾ ਹੁੰਦਾ, ਕਾਨਫਰੰਸ ਆ 3 ਦਿਨ ਹੁੰਦੀਆਂ ਨੇ, ਇਸ ਤੋਂ ਬਾਅਦ ਮੇਲਾ ਘਟਣ ਲੱਗ ਜਾਂਦਾ। ਕਿਉਂਕਿ ਹੁਣ ਕੋਈ ਏਡੀ ਵੱਡੀ ਦਾ ਗੱਲਬਾਤ ਇਤਕੀ ਸਰ ਰਹੀ ਨੀ, ਪੈਸੇ ਦੇ ਕਾਰਨ ਸਰ ਉਹ ਕਹਿੰਦੇ ਅਸੀਂ ਪਹਿਲਾਂ ਪੈਸੇ ਕਮਾ ਕੇ ਪਹਿਲਾਂ ਇਹਨਾਂ ਨੂੰ ਦੇਣੇ ਨੇ, ਫਿਰ ਅਸੀਂ ਆਪਦਾ ਬਣਾਵਾਂਗੇ। ਉਹ ਜਿਹੜਾ ਰਗੜੇ ਵਾਲਾ, ਜਿਹੜੇ ਬੰਦੇ ਟਿਕਟਾਂ ਦੁਬਈ ਸੌਦੀਆਂ ਰੁਪਈਆਂ ਦਿੰਦੇ ਨੇਗੇ, ਪੈਰੀ ਇੰਡੀਆ ਸੀ ਉਹਨਾਂ ਕੋਲੇ ਖੜੇ ਜੀ, ਮੈਂ ਤਾਂ ਨਹੀਂ ਲਾਉਣਾ, ਮੇਰਾ ਬ੍ਰਦਰ ਪੀਂਦਾ ਹੀ ਆ ਸੁੱਖਾ ਸਿੰਘ ਮੈਤਰੀ ਜੀ, ਸੁੱਖਾ ਹੀ ਦੇਣਗੇ ਟਿਕਟ ਤੋਂ ਹੀ, ਟਿਕਟ ਲਈ ਲੈਂਦੇ ਨੇ ਉਹ ਆ ਗਏ ਸਾਹਿਬ ਦੇ, ਉਹ ਹੁੰਦਾ ਪੈਸੇ ਢੰਡਿਆਈ ਠੰਡੀ ਆ, ਵਧੀਆ ਵਿਚਾਰੋ ਮਾਰ ਗਿਆ, ਕੋਈ ਸੌਂਪ ਵਗੈਰਾ ਜਾਂ ਕੁਛ ਪਾਇਆ ਹੁੰਦਾ। ਯਾਰ ਇਹ ਗੱਲ ਇਹ ਆ, ਦੇਖੋ ਹੁਣ ਤੁਸੀਂ ਸਰ ਜੀ, ਅਸੀਂ ਤੁਹਾਨੂੰ ਫੋਟੋ ਵੀ ਭੇਜਾਂਗੇ, ਉਹ ਤੋਂ ਕਿੰਨਾ ਲੋਡ ਪਾ ਕੇ ਟ੍ਰਾਂਸਫਾਰਮ ਤੇ ਦਿੱਤਾ ਹੋਇਆ, 3 ਮੀਟਰ ਥੱਲੇ ਲੱਗੇ ਨੇ ਉਹ ਮੰਦਰ ਦੇ ਨੇਗੇ, ਇੱਕ ਥਾਣਾ ਚੌਂਕੀ ਦਾ।
ਬਾਕੀ ਉਹ ਤੋਂ ਆਪਣੇ ਇਲੈਕਟ੍ਰੋਨਿਕ ਚਾਰਜ ਹੋ ਰਿਹਾ ਡੈਕਟਾ, ਬਾਕੀ ਸਾਰਿਆਂ ਨੂੰ 150 ਰੁਪਿਆ ਡੇਲੀ ਦਾ ਲੈ ਰਹੇ ਨੇ ਜੀ, ਇੱਕ ਟੈਂਟ ਵਾਲੇ ਤੋਂ। ਭਾਜਪਾ ਆਗੂ ਨੇ ਸਾਬਕਾ IAS ਅਧਿਕਾਰੀ ਨੇ ਜਗਮੋਹਨ ਸਿੰਘ ਰਾਜੂ, ਚੋਣ ਉਹਨਾਂ ਨੇ ਲੜੀ ਹੈ ਭਾਰਤੀ ਜਨਤਾ ਪਾਰਟੀ ਦੀ ਟਿਕਟ ਤੋਂ, ਅੰਮ੍ਰਿਤਸਰ ਦੇ ਵਿਚੋਂ ਹਾਰ ਗਏ ਨੇ, ਪਰ ਉਹਨਾਂ ਨੇ ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਦੇ ਖਿਲਾਫ SGPC ਨੂੰ ਲੈਟਰ ਲਿਖ ਮਾਰੀ ਆ। ਮਤਲਬ ਹਰ ਪਾਸਿਓਂ ਘੇਰਦੇ ਨੇ। ਰਾਜੂ ਹੋਰੀ IAS ਰਿਟਾਇਰ ਨੇ, ਪ੍ਰੀਮਚੋਰ ਰਿਟਾਇਰਮੈਂਟ ਲਈ ਆ, ਤੇ ਭਗਵੰਤ ਮਾਨ ਸਰਕਾਰ ਦੀ ਜਿਹੜੀ ਸ਼ਰਾਬ ਨੀਤੀ ਦੇ ਖਿਲਾਫ ਉਹਨਾਂ ਨੇ 2 ਦਿਨ ਦਾ ਵਰਤ ਰੱਖਣ ਦਾ ਵੀ ਐਲਾਨ ਕੀਤਾ। SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖੀ ਹੈ ਕਿ ਪੰਜਾਬ ਦੇ ਵਿਚ ਵੱਧ ਰਹੀ ਸ਼ਰਾਬ ਦੀ ਵਰਤੋਂ ਦੇ ਕਾਰਨ ਹੋ ਰਹੇ ਸਮਾਜਿਕ ਤੇ ਆਰਥਿਕ ਨੁਕਸਾਨ ਤੇ ਤੁਹਾਨੂੰ ਧਿਆਨ ਦੇਣਾ ਚਾਹੀਦਾ ਤੇ ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਦੇ ਖਿਲਾਫ ਅੱਗੇ ਮੋਰਚਾ ਖੋਲੋ। ਰਾਜੂ ਨੇ ਆਪਣੀ ਚਿੱਠੀ ਚ ਲਿਖਿਆ ਕਿ ਪੰਜਾਬ ਦੇ ਭਾਈਚਾਰੇ, ਸਿੱਖ ਭਾਈਚਾਰੇ ਚ ਲੋਕ ਸਭ ਤੋਂ ਵੱਧ ਸ਼ਰਾਬ ਦੀ ਵਰਤੋਂ ਕਰਦੇ ਨੇ। ਪੰਜਾਬ ਦੇ ਕਹਿੰਦੇ 30% ਸਿੱਖ ਬੱਚੇ ਸ਼ਰਾਬ ਪੀਂਦੇ ਨੇ, ਤੇ ਸ਼ਰਾਬ ਪੀਣ ਵਾਲੇ ਹਿੰਦੂਆਂ ਦੀ ਗਿਣਤੀ ਕਹਿੰਦੇ 25% ਹੈ। ਮੁਸਲਮਾਨ 6% ਨੇ ਜਿਹੜੇ ਸ਼ਰਾਬ ਦਾ ਇਸਤੇਮਾਲ ਕਰਦੇ ਨੇ। ਕਹਿੰਦੇ ਗੁਰੂਆਂ ਨੇ ਸਾਨੂੰ ਨਸ਼ੇ ਤੋਂ ਦੂਰ ਰਹਿਣ ਦਾ ਸੁਨੇਹਾ ਦਿੱਤਾ, ਪਰ ਇਸ ਦੇ ਬਾਵਜੂਦ ਪੰਜਾਬ ਦੇ ਵਿਚ ਹਰ ਬੰਦਾ 1 ਸਾਲ ਦੇ ਵਿਚ ਤਕਰੀਬਨ 8 ਲੀਟਰ ਸ਼ਰਾਬ ਪੀ ਜਾਂਦਾ, ਤੇ ਦੇਸ਼ ਭਰ ਦੇ ਵਿਚ ਕਹਿੰਦੇ ਅਸੀਂ ਸ਼ਰਾਬ ਪੀਣ ਦੇ ਮਾਮਲੇ ਚ 2 ਨੰਬਰ ਤੇ ਆ। ਸੋ ਪੰਜਾਬ ਦੇ ਨੌਜਵਾਨਾਂ ਚ ਕਹਿੰਦੇ ਸ਼ਰਾਬ ਪੀਣ ਦੀ ਲੱਤ ਵੱਧਦੀ ਜਾਂਦੀ ਹੈ। ਸੋ ਇਸ ਕਰਕੇ ਕਹਿੰਦੇ ਪੰਜਾਬ ਦੀ ਆਰਥਿਕਤਾ ਨੂੰ, ਜਵਾਨੀ ਨੂੰ ਬਚਾਉਣ ਦੇ ਵਾਸਤੇ ਨਾ ਕਹਿੰਦੇ SGPC ਨੂੰ ਚਾਹੀਦਾ ਕਿ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਨਾ ਜਿਹੜੀ SGPC, ਉਹ ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਦੇ ਖਿਲਾਫ਼ ਜਿਹੜਾ ਸੰਘਰਸ਼ ਵੱਢੇ। ਕਹਿੰਦੇ ਪੰਜਾਬ ਦੇ ਵਿਚ ਕਹਿੰਦੇ ਹੋਰ ਤੇ ਹੋਰ ਜਨਤਕ ਥਾਵਾਂ ਤੇ ਸ਼ਰਾਬ ਤੇ ਸਿਗਰਟ ਪੀਣ ਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ। ਤੇ ਰਾਜੂ ਜੀ ਨੇ ਧਾਰਮਿਕ ਮੁੱਦਾ ਚੱਕ ਲਿਆ, ਤੇ ਜਗਮੋਹਨ ਸਿੰਘ ਰਾਜੂ ਨੇ, ਤੇ ਹੁਣ ਧਾਰਮਿਕ ਮੁੱਦੇ ਤਾਂ ਹੋਰ ਬਹੁਤ ਨੇ। ਸ਼ਰਾਬ ਤਾਂ ਕਾਲੀ ਦੇਵੀ ਮੰਦਰ ਚ ਵੀ ਬੰਦ ਨਹੀਂ ਹੁੰਦੀ, ਹੈਨਾ, ਜਿਹੜੀ ਚੀਜ਼ ਪਰ ਪੀਣ ਵਾਲੀ ਚੀਜ਼ ਆ ਉਹ ਪੀਤੀ ਜਾਊਗੀ। ਖੈਰ ਭਾਜਪਾ ਬੜਾ ਘੇਰ ਰਹੀ ਹੈ ਹਰ ਮਾਮਲੇ ਚ ਆਮ ਆਦਮੀ ਪਾਰਟੀ ਨੂੰ। ਬਿਲਕੁਲ, ਆਪਣਾ ਸ਼ਰਮਾ ਸਾਹਿਬ ਸਵਾਗਤ ਹੈ ਤੁਹਾਡਾ, ਵੈਲਕਮ। ਤੁਹਾਡਾ ਵੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜਨਾਬ ਪਰਮਿੰਦਰ ਭਾਜੀ ਨੂੰ ਵੀ ਸਤਿ, ਕਿੱਦਾਂ ਹਾਲ ਚਾਲ ਆ? ਸਭ ਵਧੀਆ, ਸਭ ਵਧੀਆ, ਮੌਜਾਂ ਹੋ ਰਹੀਆਂ, ਮੌਜਾਂ ਤੁਹਾਡੀਆਂ ਹੋ ਰਹੀਆਂ। ਤੁਸੀਂ ਬੰਦਾ ਜਰਮਨ ਭਜਾ ਦਿੱਤਾ, ਉਹਨੂੰ ਕਹਿਣਾ ਜੀ ਇੱਥੇ ਰਹਿ ਭਰਾਵਾ, ਤੇਰੀ ਲੋੜ ਪੰਜਾਬ ਨੂੰ ਆ। ਨਹੀਂ, ਜਰਮਨ ਤੋਂ ਅੰਗਰੇਜ਼ਾਂ ਨੂੰ ਪੱਟ ਕੇ ਲਿਆਊਗਾ, ਪੈਸੇ ਪੂਸੇ ਬਣਾਉਣਗੇ, ਸੱਤਾਂ ਚੁੱਲਿਆਂ ਦੀ ਲੈ ਕੇ ਆਉਣਾ, ਆਪਣੀ ਘਰ ਵਾਲੀ ਨੂੰ ਘੁਮਾਉਣ ਲੈ ਕੇ ਗਿਆ, ਹੋਰ ਕੀ ਆ, ਖਰਚੇ ਸਰਕਾਰ ਦੇ ਤੇ ਡਰਾਮਾ ਕਰਦਾ। ਘੁੰਮੇ ਆਵੇ ਨੂੰ ਰਾਣੀ ਹੈ ਭਾਈ ਪੰਜਾਬ ਦੀ, ਭਾਬੋ ਰਾਣੀ ਜਿਉਂਦੀ ਵਸਦੀ ਰਹੇ। ਤੁਹਾਨੂੰ ਤਾਂ ਉਹਦੇ ਵਿਆਹ ਹੋਣ ਦਾ ਉਹਦੇ ਨਾਲ ਜਿਆਦਾ ਚਾਅ ਦਾ, ਤੁਹਾਨੂੰ ਸੀ ਜਿੱਦਣ ਦਾ ਵਿਆਹ ਹੋਇਆ। ਮੈਨੂੰ ਤਾਂ ਚਾਅ ਆਇਆ ਵੀ ਭਾਈ ਉਹਦੇ ਭੈੜੇ ਭੈੜੇ ਯਾਰ ਨਾ ਇਦੋਂ ਵੀ ਭੈੜੇ ਸੀਗੇ, ਤੇ ਡਾਕਟਰ ਗੁਰਪ੍ਰੀਤ ਕੌਰ ਨਾ ਸੰਭਾਲ ਕੇ ਰੱਖੂ। ਦੇਖੋ ਪਹਿਲਾਂ ਤਾਂ ਠੀਕ ਹੈ, ਪੈਚਅਪ ਹੋ ਜਾਂਦਾ, ਪਰ ਹੁਣ ਨਹੀਂ ਹੋ ਸਕਿਆ। ਅਫਸੋਸ ਤਾਂ ਮੈਨੂੰ ਹੈ ਵੀ ਚਲੋ ਉਸ ਬੀਬਾ ਨਾਲ ਵੀ ਧੱਕਾ ਹੋਇਆ, ਬੱਚਿਆਂ ਨਾਲ ਧੱਕਾ ਹੋਇਆ। ਮੈਂ ਤਾਂ ਕਹਿੰਦਾ ਵੀ ਘੱਟੋ ਘੱਟ ਪੰਜਾਬ ਦੇ ਲਈ ਮਾੜਾ ਜਿਹਾ ਸਮਾਂ ਰਹਿਜੂਗਾ ਮਾਨ ਸਾਹਿਬ ਕੋਲ, ਟਾਈਮ ਸਿਰ ਰੋਟੀ ਰੋਟੀ ਖਾ ਕੇ ਸੌਂ ਜਾ ਕਰ। ਮਹਾਰਾਜ ਸਮਾਂ ਤਾਂ ਹੋਊਗਾ ਜੇ ਉਹਦੇ ਹੱਥ ਬਸ ਕੁਛ ਹੋਊ, ਉਹਦੇ ਕੋਲ ਤਾਂ ਕਲਰਕੀ ਦੀ ਪਾਵਰ ਹੈ ਨੀ। ਉਹ ਚਲੋ ਘਰ ਵਾਲੀ ਕੋਲ ਹੋਵੇ, ਚੰਗੀ ਘਰ ਵਾਲੀ ਬੰਦੇ ਦਾ ਭਵਿੱਖ ਸਵਾਰ ਦਿੰਦੀ ਆ। ਮੈਂ ਦੋ ਗੱਲਾਂ ਕਰਨੀਆਂ ਸੀ ਟਵਾਣਾ ਜੀ, ਮੈਨੂੰ ਇੱਕ ਗੱਲ ਇਹ ਨੀ ਸਮਝ ਆਉਂਦੀ, ਇੱਕ ਸੁਰਿੰਦਰ ਭਾਜੀ ਨੂੰ ਦੋ ਗੱਲਾਂ ਪੁੱਛ ਕੇ ਦੱਸਿਓ। ਕੱਲ ਉਹ SGPC ਵਾਲੇ ਬੰਦੀ ਸਿੰਘਾਂ ਦੇ ਲਈ ਉੱਥੇ ਧਰਨਾ, ਉਹ ਸੰਗਲ ਸੁੰਗਲ ਜਿਹਾ ਪਾ ਕੇ ਫਿਰਦੇ ਸੀ ਅੰਮ੍ਰਿਤਸਰ ਚ ਖਰੇ, ਹਨਾ? ਆਹੋ, ਸੰਗਲ ਭਾਈ ਬੰਦੇ ਸੀ। ਮੇਰੀ ਇੱਕ ਗੱਲ ਸੁਰਿੰਦਰ ਭਾਈ ਨੂੰ ਪੁੱਛੇ, ਕਿਉਂਕਿ ਉਹ ਵਕੀਲ ਆ, ਜਿੰਨਾ ਕੁ ਮੈਨੂੰ ਪਤਾ ਕਿ ਫਸਟ ਆਫ ਆਲ ਤਾਂ ਤੁਹਾਨੂੰ ਕਾਨੂੰਨੀ ਤਰੀਕਾ ਤਾਂ ਇਹਨਾਂ ਨੇ ਉਦੋਂ ਦਾ ਅਪਣਾਇਆ ਹੀ ਨੀ ਕਿ ਬੰਦਿਆਂ ਨੂੰ ਜੇਲ ਚੋਂ ਬਾਹਰ ਕੱਢਣ ਲਈ ਜਿਹੜਾ ਕੋਰਟ ਚ ਕੇਸ ਲੜਨਾ ਆ, ਪੰਜਾਬ ਗੌਰਮੈਂਟ ਨੇ ਜਿਹੜੀ ਆਪਣੇ ਵੱਲੋਂ ਕੈਬਨਿਟ ਨੇ ਮਨਜ਼ੂਰੀ ਦੇਣੀ ਆ ਕਿ ਇਹ ਸਾਡੇ ਬੰਦਿਆਂ ਦੀ ਸਜ਼ਾ ਪੂਰੀ ਹੋ ਗਈ ਆ, ਵੀ ਪੰਜਾਬ ਦੀ ਗੌਰਮੈਂਟ ਜਿਹੜੀ ਸਟੇਟ ਗੌਰਮੈਂਟ ਉਹ ਕਹਿ ਰਹੀ ਕਿ ਸਾਡੇ ਬੰਦੇ ਛੱਡੋ, ਉਹ ਕੰਮ ਤਾਂ ਹੋਣ ਹੀ ਨੀ ਡਿਆ। ਧਰਨੇ ਲਾਈ ਜਾਂਦੇ ਆ ਵੋਟਾਂ ਵਿਚ, ਜਦੋਂ ਸੰਗਰੂਰ ਉੱਥੇ ਸੰਗਰੂਰ ਦੀਆਂ ਚੋਣਾਂ ਸੀ ਉੱਥੇ ਵੀ ਇਹੀ ਸ਼ੋਸ਼ਾ ਛੱਡਿਆ ਸੀ ਬੰਦੀ ਸਿੰਘਾਂ ਦਾ, ਮਤਲਬ ਲੋਕਾਂ ਨੂੰ ਦਿਖਾਉਣ ਨੂੰ ਕਿ ਅਸੀਂ ਸਿੰਘਾਂ ਦੀ, ਬੰਦੀ ਸਿੰਘਾਂ ਦੀ ਲੜਾਈ ਲੜ ਰਹੇ ਆ, ਤੇ ਜਿਹੜਾ ਸਹੀ ਤਰੀਕਾ ਆ ਉਹਦੇ ਵਿਚ ਪੈਰ ਨੀ ਧਰ ਰਹੇ, ਉਤੋਂ ਉਤੋਂ ਹਵਾ ਹਵਾਈ ਚੱਲੀ ਜਾਂਦਾ ਕੰਮ।
क्योंकि जेड़ा तमिलनाडु दा राहुल राजीव गांधी दा ओह मारने वाला बंदा छड्या आ ओह तमिलनाडु दी गवर्नमेंट ने छड़ाया बंदा स्टेट गवर्नमेंट लैके गई ओनू छड़ा के बंदे नू ते स्टेट गवर्नमेंट जे पंजाब दी कहूगी ताइयों छुट्टूगी सुखबीर बादल को तां सीट भी है नी एमएलए दी श्रोमणी कमेटी का जथेदार पहली कह चुका भी इन्हों की तो हम कोई सुनता ही नहीं अपनी हाजरी लवाल चलो अगली गल ओ जर्मन गया देखो कहिंदा मैं पता नहीं केड़ी कंपनी इंडिया च ले आनी आ ओनू पुछे कोई मातड़ साथी नू भी तू यार कही है ना सारिया कंपनिया के प्लांट तो पहले ही है इंडिया च ऑलरेडी हरेक कंपनी का अमरीका दी भी सारिया कंपनिया इंडिया च है जिथे ओना नू लोड़ आ जिथे ओना दा सौदा बिकदा अगले उथे पहले ही बैठे आ ठीक नी अज तां ओना ने आना नी दूजी गल हालात तुहाडे सूबे दे इन्ने माड़े आ तुहाडे उथे आना कहने आ तू ए पंजाब दी गल करदा कंपनियां दा इंडिया आउण नू नी राजी आरबीआई दा खजाना ही खाली आ कल नू कंपनी डुब गई कंपनी दी सिक्योरिटी कहने भरनी आ उथे बिलकुल 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 वोडाफोन आले भाजी गए बेचारे का इथे कोई चलन भज्जे हार्ले आले भज्जे फोर्ड आले भज्जे बड़िया कंपनियां भज्जिया उथो एक थोड़ी गए आ सारा तो पैसा कड्डी जांदे मोदी होनी खजाने चो क्योंकि जेडी कंपनी इड्डी वड्डी इंडिया विच आउंदी आ कल रब ना करे उन्नी की होवे जेडी गवर्नमेंट आ फैडरल गवर्नमेंट आ ओह कितने कितने कुछ तो सिक्योरिटी दिंदी आ कंपनी नू वी तू साडे देश बिजनेस कर लगा यार जे कल तेनू घाटा पै गया असी तेरी मदद करांगे मदद छिकू करनी जद सरकार तो पैसा ही है नी बीजेपी जगमोहन सिंह राजू आई एस भाजपा अम्मा सर कहते मैं दो दिन वर्त शुरू कर लेना पंजाब च कहते ना शराब कहते बहुत पींदे पंजाबी इधरों नहंग सिंह ने फतेहगढ़ साहब एक होर बंदे का कतल कर दिता गुरुद्वारा फतेहगढ़ साहब के नेड़े भीख मंगदे एक भिखारी जिदा नाम लंबू दिल्ली सीगा अक्सर उत्थे भीख मंगदा सी उहदा एक नहंग नाल तकरार होया जिस दौरान यह फतेहगढ़ साहब के गुरुघर के नेड़े ए लंबू दिल्ली नां दा बंदा जो गुरुद्वारा साहब के नेड़े अक्सर भीख मंगदा रहिंदा सी उस नूं नगदीप सिंह उर्फ दीपू वासी पिंड बाजपुर जिला उधम सिंह नगर उत्तराखंड का रहने वाला यह नहंग उसने किरच मार दिती ते फरार हो गया हालांकि दसिया जांदा कि नहंग दा ते इस भिखारी दा मामूली गल नूं लैके विवाद होया ते तकरार इन्नी वध गई कि इस नहंग दीप सिंह दीपू बाजपुरीए ने उस भिखारी नूं किरचा मार मार के मौके ते ही मौत दे घाट उतार दिता फरार हो गया अठ घंटे बाद पुलिस ने इस नूं लभ लिया अदालत विच पेश करके दो दिन पुलिस रिमांड दिता पेशेंस ना दी ते चीज ही कोई नहीं की हो ही जांदा सिस्टम नूं जी सुरेंद्र जगमोहन राजू नू चाहिदा पहला ना अहमदाबाद जावे ओथे जाके ना सीएम दे हाउस दे बाहर धरने ते बैठ के कवे भी जेड़ी ड्रग्स तिहाड़ी स्टेट तो जा रही है ओदा पंजाब नू बहुत वड्डा नुकसान हो रहा है बंद कर पहला ओथे मरण वर्त ते बैठे जिद्दन ड्रग्स बंद होगी ओदन दूसरी बार फिर चल जावे भोपाल ते भोपाल जाके मरण वर्त ते बैठ जावे कवे भी जेड़ी शिवराज चौहान नू कवे भी जेड़े पिस्टल इथों जा रहे हैं पंजाब दा बहुत वड्डे लेवल ते जना जवानी दा नुकसान कर रहे हैं जवानी पुठे बने नू जा रही है ते ए सारा को बंद करो ते तीसरा जदो ए दो चीजा बंद हो जान ते फिर जाके नरेंद्र मोदी दे घर दे बाहर बैठ जावे प्राइम मिनिस्टर हाउस दे बाहर उत्थे भी मरण वर्त ते बैठ जावे उहनू कवे सारा भारत जेड़ा ना ओह ड्रग्स फ्री कर दे जे नहीं करेगा तो मैं नहीं जानता दूसरी गल खास कर मैं पंजाब तो आया तो मैनू तो पंजाब जेड़ा ओ सारे का सारा ड्राई चाहिदा ते सानू नहीं पता ना मैं उते भूकी चलन देनी ना फीम चलन देनी ना मैं टोडे चलन देने ते ना उते नशे वाली गोलियां चलन देनिया ते ना ड्रग्स चलन देनी ना किसी का इंजेक्शन लगन देना ना लाउन देना जिहड़ी बीबी मकबूलपुरा ए राजू दा मकबूलपुरा ही एरिया ना जिथो बीबी ओ नशे वाली फड़ी गई है जीवनजोत कौर दे खिलाफ ही लड़िया सी ए राजू ओ ड्रग है ओ सारी उथो ही आउंदी है ओ नहीं दसी इन्हां नूं ठीक है शराब है प्रवानित नशा हुण गुजरात च किन्ने बंदे आ 70 बंदे मर गए गुजरात च ड्राई कीता कहिंदा ड्राई स्टेट लानो आ हरियाणा ने कीता सी यार पीण वाली चीज है नहीं हटदे लोकी इवन धर्म विशेष च प्रवानित है की श्री काली देवी मंदिर च शराब बंद कर लोगे तुसी
यार जिन्हें पीनी है पीनी है, नहीं पीनी ना पीवे। सो जेडे धर्म च तां माफ करना राजू जी कहना तो नहीं चाहिए, धर्म दे विच तां डाई लाने भी मना आ, ते तुसी दाड़ी नूं भी डाई लाई है, असीं तां लाउने आ, असीं तां धर्म कट्टड़ नहीं है। हुण जे सिख धर्म च दारू बैन है, जिन्हें पीनी है यार उन्हें पीनी ही पीनी है। हिंदुआं च आ, बाकी आ जिहड़े सिखां च भी कई लोग पींदे ने। आ हुण महाराज रणजीत सिंह राज की गल करदे हो, उहनूं भी तां बाबा फूला सिंह ने कहा सी ਕਿਉਂਕਿ ਉਹ ਕਾਲਾ ਕਰਦਾ ਬੱਗੇ ਨੂੰ, ਜੇ ਬੱਗਾ ਕਾਲਾ ਕਰਨਾ ਸੀ ਰਾਜ ਭਾਗ ਤੇ ਕੋਈ ਮਰਨਾ ਸੀ। ਉਹ ਜਿਹੜੀ ਕੱਲ ਫਲਾਉਂਦੇ ਹੋ ਰਾਜੂ ਜੀ, ਤੁਸੀਂ ਪਰਸਨਲ ਗੱਲ ਆ, ਭਾਵੇਂ ਘੱਟੋ ਘੱਟ ਉਹ ਕੱਲ ਫਲਾਉਣਾ, ਫਿਰ ਦਾੜੀ ਤੁੰਨੀ ਤੇ ਮੁੰਨੀ ਬਰਾਬਰ ਹੈ। ਸੋ ਗੱਲ ਇਹ ਨਾ ਕਿ ਡਰਾਮਾ ਇੱਦਾਂ ਦਾ ਚੱਕਣਾ, ਸਟੇਟ ਨੂੰ ਰੈਵਨਿਊ ਆਉਂਦਾ। ਮੈਂ ਦਾਅਵੇ ਨਾਲ ਕਹਿਣਾ ਕਿ ਇੱਥੇ ਜਿੱਦਾਂ ਮਰਜ਼ੀ ਹਿਟਲਰ ਦਾ ਰਾਜ ਲਾ ਦਿਓ, ਜਿਹਨੇ ਦਾਰੂ ਪੀਣੀ ਉਹਨੇ ਪੀਣੀ ਪੀਣੀ ਹੈ। ਤੁਸੀਂ ਰੋਕਣ ਵਾਲੇ ਜਿਹੜੇ ਹੋਰ ਨਸ਼ੇ ਨੇ ਜਿਹੜੇ ਪ੍ਰਵਾਨਿਤ ਨਹੀਂ ਗੌਰਮੈਂਟਾਂ ਤੋਂ, ਉਹ ਬੈਨ ਕਰ ਲਓ, ਉਹ ਤਾਂ ਕਰਨਾ ਕੁਛ ਨਹੀਂ। ਮੁਕੱਦਰ ਜੀ ਸਵਾਗਤ ਹੈ, ਵੈਲਕਮ। ਪਰਾਲੀ ਦੀ ਕਹਿੰਦੇ ਵੀ ਹੁਣ ਫੇਰ ਲਾਰੇ ਲਾਈ ਜਾਂਦੇ ਨੇ ਵੀ ਤੁਹਾਨੂੰ ਪੈਸੇ ਦਿਆਂਗੇ, ਪਰਾਲੀ ਨਾ ਸਾੜੋ। ਆਪਾਂ ਸਵੇਰੇ ਵੀ ਟਵਾਲਾ ਜੀ ਡਬਲ ਸਟੈਂਡਰਡ ਦੀ ਗੱਲ ਕਰੀ ਸੀ ਵੀ ਹੁਣ ਇਹ ਤਾਂ ਉਹੀ ਗੱਲ ਹੈ, ਮੂੰਗੀ ਤੇ ਮਾਨ ਸਾਹਿਬ ਦੀ ਰੇਡੀਓ ਹੈਗੀ ਹੈ ਨਾ ਜੀ, ਬਿਲਕੁਲ ਵੀ ਅਸੀਂ ਦਾਣਾ ਦਾਣਾ ਚੱਕਾਂਗੇ। ਦਾਲ ਕਹਿੰਦੇ ਸੀ, ਮੂੰਗੀ ਵੀ ਨੀ ਸੀ ਕਹਿੰਦੇ ਹੈਗੇ ਉਦੋਂ ਤੇ। ਹਾਂਜੀ, ਤੇ ਉਹ ਤੁਸੀਂ ਦੇਖੋ ਜੀ, ਖਹਿਰਾ ਸਾਹਿਬ ਨੇ ਸਵਾਲ ਪੁੱਛਿਆ ਵਿਧਾਨ ਸਭਾ ਚ, ਅਮਨ ਅਰੋੜਾ ਉੱਥੇ ਮੁੱਕਰ ਗਿਆ ਜੀ ਵਿਧਾਨ ਸਭਾ ਚ, ਕਹਿੰਦਾ ਅਸੀਂ ਤਾਂ ਕਿਹਾ ਹੀ ਨੀ ਹੈਗਾ ਜੀ। ਜਿਹੜਾ ਹੁਣ ਮਾਨਸਾ ਦਾ ਵਿਧਾਇਕ, ਸਵੇਰੇ ਵੀ ਆਪਾਂ ਗੱਲ ਕਰੀ ਸੀ ਵੀ ਉਹ ਹਰ ਇੱਕ ਮੀਟਿੰਗ ਸਰਕਾਰੀ ਅਟੈਂਡ ਕਰ ਰਿਹਾ ਜੀ, ਫੰਕਸ਼ਨ ਅਟੈਂਡ ਕਰ ਰਿਹਾ ਜੀ ਮਾਨਸਾ, ਉੱਥੇ ਵੀ ਕਹਿੰਦੇ ਸੀ ਵੀ ਮੇਰੇ ਕੋਲ ਵੀਡੀਓ ਆ, ਸਾਡੇ ਕੋਲ ਪ੍ਰੂਫ ਹੈ। ਤੁਸੀਂ ਟਵਾਣਾ ਜੀ, ਮੈਂ ਜਿਹੜੀ ਹਾਲਾਤ ਨੇ ਨਾ ਜੀ ਸਟੇਟ ਦੇ, ਬਾਈ ਜੀ ਕਹਿੰਦੇ ਸੀ ਕਹਿੰਦੇ 20% ਐਕਸਪੋਜ਼ ਹੋ ਗਏ, ਮੇਰੇ ਹਿਸਾਬ ਨਾਲ ਭਾਜੀ 20% ਰਹਿ ਗਏ ਜੀ ਐਕਸਪੋਜ਼ ਹੋਣ ਵਾਲੇ, ਜੇ ਆਪਾਂ ਸਹੀ ਹਿਸਾਬ ਨਾਲ ਸੋਚੀਏ ਤਾਂ। ਤੁਸੀਂ ਟਵਾਣਾ ਜੀ, ਮੈਂ ਨਾ ਪਤਾ ਕੀ ਉਹੀ ਗੱਲ ਫਿਰ ਉੱਥੇ ਆ ਜਾਂਦੀ ਹੈ ਵੀ ਜਿਹੜੇ ਮਸਲੇ ਨੇ ਸਿੱਧੂ ਨੇ ਚੱਕੇ ਸੀ ਨਾ ਜੀ ਟਵਾਣਾ ਜੀ, ਮੈਨੂੰ ਨੀ ਪਤਾ ਵੀ ਉਹ ਜੇ ਸੱਤਾ ਚ ਆਉਂਦਾ ਜਾਂ ਉਹਦੇ ਹੱਥ ਡੋਰ ਹੁੰਦੀ ਵੀ ਉਹ ਕਰਦਾ ਜਾਂ ਨਹੀਂ ਕਰਦਾ, ਪਰ ਜਿੰਨੀ ਪ੍ਰੋੜਤਾ ਨਾਲ ਉਹ ਮੁੱਦੇ ਚੱਕ ਰਿਹਾ ਸੀ ਜਿਹੜੀ ਆ ਵੀ ਇਹ ਆਪਾਂ ਵੀ ਜੇ ਮੰਨ ਲਓ ਠੇਕੇਦਾਰ ਸਰਕਾਰੀ ਸਿਸਟਮ ਦੇ ਪਿੱਛੇ ਖੜਾ ਵੀ ਜਿੰਨਾ ਚਿਰ ਸਰਕਾਰੀ ਨਹੀਂ ਹੁੰਦਾ ਕੋਈ ਵੀ ਸ਼ਰਾਬ ਪੁਲਿਸ ਜਾਂ ਰੇਤੇ ਵਾਲੀ ਜਾਂ ਹੋਰ ਜਿੰਨੇ ਵੀ ਮੁੱਦੇ ਨੇ। ਉਹ ਜਿਹੜਾ ਸੁਮਿਤ ਮੁੰਡਾ ਸੀ ਉਹਦੇ ਨਾਲ ਸਿੱਧੂ ਦੇ, ਉਹਨੇ ਇਮਾਨਦਾਰੀ ਨਾਲ ਇਹ ਗੱਲ ਸਿੱਧੂ ਨੇ ਕਹੀ ਸੀ ਵੀ 60% ਤੋਂ ਵੱਧ ਜਿਹੜਾ ਇਹ ਪੰਜਾਬ ਮੋਡਲ ਦੇ ਵਿੱਚ ਅਸੀਂ ਕੰਮ ਕੀਤਾ ਵੀ ਉਹਦਾ ਕੀਤਾ ਹੋਇਆ ਜੀ, ਉਹ ਪੰਜਾਬ ਆਪਣਾ ਬਾਹਰੋਂ ਪੜਿਆ ਖੈਰ ਵਧੀਆ ਤਰੀਕੇ ਨਾਲ, ਤੇ ਉਹਨੇ ਮੰਨ ਲਓ ਭਾਰਤ ਸਰਕਾਰ ਵਾਸਤੇ ਪਾਣੀ ਦੀਆਂ ਪਾਲਿਸੀਆਂ ਜਾਂ ਪੰਜਾਬ ਵਾਸਤੇ ਵੀ ਬਣਾਈਆਂ ਹੋਈਆਂ ਨੇ ਜੀ ਉਹਨੇ ਮੁੰਡੇ ਨੇ। ਜਿਹੜਾ ਉਹ ਤੁਹਾਡਾ ਜੀ ਜਿਹੜਾ ਉਹਦੇ ਵਿੱਚ ਕੰਮ ਸੀ, ਜੇ ਹੁਣ ਇਹ ਮੰਨ ਲਓ ਅੱਜ ਤੱਕ ਇਹਨਾਂ ਤੋਂ 6 ਮਹੀਨੇ ਦੀ ਸ਼ਰਾਬ ਦੇ ਰੇਟ ਨੀ ਫਿਕਸ ਹੋਏ ਜੀ, ਜੇ ਉਹਨਾਂ ਦਾ ਮੰਨ ਲਓ ਨਹੀਂ ਜਾਣਾ ਇਹ ਤੇਲੰਗਾਨਾ ਜਾਂ ਹੋਰ ਉੱਥੇ ਵਿਜਿਟ ਕਰ ਲੈਣ, ਜਦੋਂ ਉਹ ਕਹਿੰਦਾ ਸੀ ਵੀ ਇੱਥੇ 1 ਕਰੋੜ ਕਮਾਉਂਦੇ ਨੇ 1000 ਕਰੋੜਾਂ ਦੇ ਹਿਸਾਬ ਨਾਲ 30-35 ਹਜ਼ਾਰ ਕਰੋੜ, ਤੇ ਇਹ ਕਿਉਂ ਨੀ ਕਰ ਸਕਦੇ ਜੀ ਉਹਦੇ ਤੇ। ਮੁੱਦਾ ਤਾਂ ਟਵਾਣਾ ਜੀ ਇੱਕ ਵੀ ਨੀ ਹੈਗਾ, ਮਾਨ ਸਾਹਿਬ ਮੈਂ ਪਹਿਲਾਂ ਵੀ ਕਹਿੰਦਾ ਜੀ ਪੈਸੇ ਪੱਖੋਂ ਇਮਾਨਦਾਰ ਹੋ ਸਕਦੇ ਨੇ ਵੀ ਨਹੀਂ ਲੈਂਦੇ ਹੋਣੇ, ਪਰ ਤੁਸੀਂ ਦੇਖੋ ਜੀ ਟਵਾਣਾ ਜੀ ਕ੍ਰੈਡੀਬਿਲਟੀ ਵੀ ਤਾਂ ਕੋਈ ਹੁੰਦੀ ਹੈ, ਹੈਡ ਆਫ ਸਟੇਟ ਨੇ ਇਸ ਟਾਈਮ, ਪਰ ਜਿਹੜੀ ਗੱਲ ਉਹ ਕਹਿੰਦੇ ਨੇ ਉਹਦੇ ਤੇ ਉਹਨਾਂ ਦਾ ਖਰੇ ਉਤਰਨ ਦਾ ਹੱਕ ਬਣਦਾ ਕਿ ਨਹੀਂ ਬਣਦਾ, ਤੁਸੀਂ ਮੈਨੂੰ ਇੱਕ ਵੀ ਦੱਸੋ ਵੀ ਜਿਹੜੀ ਗੱਲ ਉਹਨਾਂ ਨੇ ਕਹੀ ਉਹ ਕਿਸੇ ਤੇ ਵੀ ਖਰੇ ਉਤਰੇ ਹੋਣ ਜੀ, ਤੇ ਹੱਲ ਪੰਜਾਬ ਦਾ ਕਿੱਥੋਂ ਹੋਣਾ ਟਵਾਣਾ ਜੀ? ਇਸ ਦਾ ਉਹੀ ਗੱਲ ਦਿਨੋਂ ਦਿਨ ਬੇੜਾ ਗਰਕਣਾ ਜੀ, ਤੇ ਮੈਂ ਉਹੀ ਗੱਲ ਵੀ 20% ਰਹਿ ਗਏ ਜੀ ਐਕਸਪੋਜ਼ ਹੋਣ ਵਾਲੇ ਮੇਰੇ ਹਿਸਾਬ ਨਾਲ, ਤਾਂ ਬਾਕੀ ਤੁਸੀਂ ਦੱਸ ਦਿਓ ਜੀ ਕਿੰਨੇ ਪਰਸੈਂਟ ਰਹਿ ਗਏ ਜੀ। ਧੰਨਵਾਦ, ਬਿਲਕੁਲ ਬਿਲਕੁਲ ਬਿਲਕੁਲ, ਥੈਂਕ ਯੂ। ਸੋ ਹੁਣ ਰੌਲਾ ਤਾਂ ਪਾਉਂਦੇ ਨੇ ਅਖੇ, ਸਾਡੇ ਵਿੱਤ ਮੰਤਰੀ ਕਹਿੰਦਾ ਸਾਡੇ ਕੋਲ ਆਡੀਓ ਨੇ, ਅਸੀਂ ਕਹਿੰਦਾ ਇਹਨਾਂ ਤੇ ਕੇਸ ਕਰਾਂਗੇ। ਇਸ ਸਬੰਧੀ ਕਹਿੰਦਾ ਪੱਤਰਕਾਰ ਹਰਪਾਲ ਸਿੰਘ ਚੀਮਾ ਨੇ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਭਾਰਤੀ ਜਨਤਾ ਪਾਰਟੀ ਦੇ ਕੁਝ ਲੋਕਾਂ ਨੇ ਪਿਛਲੇ ਹਫ਼ਤੇ ਸਾਡੇ ਵਿਧਾਇਕਾਂ ਨਾਲ ਸੰਪਰਕ ਕੀਤਾ, ਕਹਿੰਦੇ ਵਿਧਾਇਕਾਂ ਨੂੰ ਵਾਰ ਵਾਰ ਭਾਜਪਾ ਦੇ ਕਿਸੇ ਬੜੇ ਬਾਬੂ ਜੀ ਨਾਲ ਗੱਲ ਕਰਨ ਦੀ ਗੱਲ ਕਹੀ ਜਾ ਰਹੀ ਹੈ। 4-5 ਆਡੀਓ ਰਿਕਾਰਡਿੰਗ ਵੀ ਕਹਿੰਦੇ ਸਾਡੇ ਕੋਲ ਨੇ, ਸੋ ਅਸੀਂ ਕਹਿੰਦੇ ਤੁਹਾਡੇ ਬਾਬੂ ਜੀ ਨਾਲ ਗੱਲ ਕਰਾਵਾਂਗੇ, ਤੁਹਾਡੇ ਨਾਲ ਲੈਣ ਦੇਣ ਕਰਾਂਗੇ, ਈਡੀ ਦੀ ਚੇਤਾਵਨੀ ਵੀ ਦਿੱਤੀ। ਪਰ ਹੁਣ ਸੁਰਿੰਦਰ ਬਾਈ ਜੀ, ਜੇ ਇਹਨਾਂ ਨੂੰ ਪੁੱਛਿਆ ਜਾਵੇ, ਅੱਜ ਭਾਜਪਾ ਦੇ 4 MC ਜਲੰਧਰ ਦੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਗਏ ਨੇ, ਸ਼ਵੇਤਾ ਧੀਰ ਹੈ, ਉਹਦੀ ਪਤਨੀ ਹੈ, ਵਿੰਟੂ ਹੈ, ਹੋਰ ਨੇ, ਇਸ ਸਬੰਧੀ ਇੰਦਰਵੀਰ ਸਿੰਘ ਨਿੱਜਰ ਨੇ, ਡਾਕਟਰ ਨਿੱਜਰ ਨੇ ਸਾਰਿਆਂ ਨੂੰ ਸ਼ਾਮਲ ਕਰਾਇਆ, ਸ਼ੀਤਲ ਅੰਗਰਾਲ, ਰਮਨ ਅਰੋੜਾ ਜਾਂ ਸਾਰੇ ਲੋਕ ਉੱਥੇ ਬੈਠੇ ਨੇ, ਸੋਢੀ ਸਾਹਿਬ ਬੈਠੇ ਨੇ ਸਾਬਕਾ ਅਧਿਕਾਰੀ। ਇਸ ਸਬੰਧੀ ਇਹਨਾਂ ਨੇ ਵੀ ਤੇ 4 MC ਬੀਜੇਪੀ ਦੇ ਪੱਟੇ ਨੇ, ਹੁਣ ਇਹਨਾਂ ਨੂੰ ਪੁੱਛਿਆ ਜਾਵੇ ਤੁਸੀਂ ਇਹਨਾਂ ਬੀਜੇਪੀ ਦੇ MCA ਨੂੰ ਅੱਗੇ ਟਿਕਟ ਦਾ ਵਾਅਦਾ ਕੀਤਾ ਜਾਂ ਇਹਨਾਂ ਨੂੰ ਦਬਕਾ ਮਾਰਿਆ ਕਿ ਤੇਰੇ ਖਿਲਾਫ਼ ਇਨਕੁਆਇਰੀ ਖੋਲਾਂਗੇ। ਸੋ ਇਹ ਪੋਲੀਟਿਕਸ ਦੇ ਵਿੱਚ ਇਹ ਚੀਜ਼ਾਂ ਤੇ ਚੱਲਦੀਆਂ ਨੇ। ਖੈਰ,
ਨਿਹੰਗ ਸਿੰਘ ਤੇ ਆਪਾਂ ਜ਼ਿਕਰ ਕਰਾਂਗੇ ਜਿਨ੍ਹਾਂ ਨੇ ਇੱਕ ਲੰਬੂ ਦਿੱਲੀ ਨਾਂ ਦਾ ਭਿਖਾਰੀ ਮਾਰ ਦਿੱਤਾ ਕਰਚਾ ਮਾਰ ਕੇ। ਦੀਪ ਸਿੰਘ ਬਾਜਪਰ ਉੱਤਰਾਖੰਡ ਦਾ ਨਿਹੰਗ ਸੀ। ਇਹ ਵੀ ਬਾਈ ਜੀ ਨਿੱਤ ਦੀਆਂ ਘਟਨਾਵਾਂ ਹੋ ਗਈਆਂ। ਇਹਦੇ ਨਾਲ ਵੀ ਉਹ ਜਿਹੜਾ ਗੁਰੂ ਦਾ ਬਖਸ਼ਿਆ ਬਾਣਾ ਕਿਤੇ ਨਾ ਕਿਤੇ ਉਸਤੇ ਸਵਾਲ ਖੜੇ ਕਰਦੇ ਨੇ। ਜੇ ਕੋਈ ਭੀਖ ਮੰਗਦਾ ਕੋਈ ਕਰਦਾ, ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਉਹਦਾ ਕਤਲ ਕਰਦੇ ਹੋ। ਮੰਦ ਭਾਗ ਹੈ। ਸਾਨੂੰ ਸਪੋਰਟ ਕੀਤਾ ਗੋਲਡਨ ਕੇ ਐਕਸਪ੍ਰੈਸ LLC ਪੈਨਸਲਵੇਨੀਆ ਵਾਲਿਆਂ ਨੇ। ਇਹਨਾਂ ਨੂੰ ਓਨਰ ਪੇਟਰਨ ਦੀ ਜ਼ਰੂਰਤ ਹੈ। ਇਹਨਾਂ ਕੋਲ ਰੀਫਰ ਦੇ ਲੋਡ ਤੁਹਾਨੂੰ ਮਿਲਣਗੇ ਲਰੀਡੋ ਟੈਕਸਸ ਤੋਂ, ਜੌਨਸਨ ਪੈਨਸਲਵੇਨੀਆ, ਲਰੀਡੋ ਟੈਕਸਸ ਤੋਂ ਲਵੀਨੀਆ ਮਿਸ਼ੀਗਨ ਦੇ ਲੋਡ ਨੇ, ਤੇ ਸ਼ਿਪਰ ਟੂ ਸ਼ਿਪਰ ਟਰਾਂਸਫਰ ਲੋਡ ਨੇ। ਤੇ ਇਸ ਦੌਰਾਨ ਪ੍ਰਗਟ ਸਿੰਘ ਬੈਦਵਾਨ MD ਨੇ, ਉਨ੍ਹਾਂ ਨਾਲ ਸੰਪਰਕ ਕਰੋ। ਉਨ੍ਹਾਂ ਦਾ ਨੰਬਰ ਹੈ 484-320-6600, 484-320-6700, ਸੈੱਲ ਫੋਨ ਹੈ 302-563-0080, ਤੇ ਈਮੇਲ ਹੈ goldenkeyaccess@goldenkeyaccess.com, ਤੇ ਈਮੇਲ ਹੈ goldenkeyaccess@gmail.com। ਤੇ 33-54 ਡਿਗਰੀ ਰੀਫਰ ਦਾ ਤਾਪਮਾਨ ਹੁੰਦਾ, ਫਰੋਜ਼ਨ ਲੋਡ ਬਹੁਤ ਘਟਣੇ, ਤੁਹਾਡੇ ਡੀਜ਼ਲ ਦੀ ਖਪਤ ਘਟਦੀ ਹੈ, ਤੁਹਾਨੂੰ ਰੀਫਰ ਲੈਣ ਚ ਵੀ ਮਦਦ ਕਰਦੇ ਨੇ, 10% ਕੰਪਨੀ ਕਮਿਸ਼ਨ ਚਾਰਜ ਕਰਦੀ ਆ। ਲਰੀਡੋ ਟੈਕਸਸ ਤੋਂ ਜੌਨਸਟਨ ਪੈਨਸਲਵੇਨੀਆ ਤੇ ਲਰੀਡੋ ਟੈਕਸਸ ਤੋਂ ਲਵੀਨੀਆ ਮਿਸ਼ੀਗਨ ਦੇ ਲੋਡ ਨੇ। ਵਾਪਸੀ ਤੇ ਵੀ ਤੁਹਾਨੂੰ ਲੋਡ ਮਿਲ ਸਕਦਾ, ਉਹ ਕਈ ਵਾਰੀ ਕਨਫਰਮ ਨਹੀਂ ਹੁੰਦੇ, ਬ੍ਰੋਕਰ ਦੇ ਲੋਡ ਨੇ ਉਹ। ਇਸੇ ਪ੍ਰਵਾਸ ਚ ਉਹਨੇ ਡਾਕਟਰ ਜਸਪ੍ਰੀਤ ਸਿੰਘ ਮਾਵੀ ਡੈਲਸ ਟੈਕਸਸ ਦੇ ਵਿਚ ਕਈ ਸਾਲਾਂ ਤੋਂ ਰੀਅਲ ਸਟੇਟ ਕਰਦੇ ਨੇ। ਇੱਥੋਂ ਦੇ ਕੰਫਰਟੇਬਲ ਜ਼ੋਨ ਦੇ ਵਿਚ ਤੁਹਾਨੂੰ 3-5 ਲੱਖ ਡਾਲਰ ਦਾ ਵਧੀਆ ਘਰ ਦਵਾ ਦੇਣਗੇ, ਲੋਨ ਕਰਵਾ ਦੇਣਗੇ। ਇੱਥੇ ਹੋਰ ਬਹੁਤ ਸਾਰੇ ਸਕੂਲ, ਕਾਲਜ, ਯੂਨੀਵਰਸਿਟੀ ਨੇ, ਤੁਹਾਡੇ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਵਧੀਆ ਰਿਹਾਇਸ਼ ਸਾਬਤ ਹੋ ਸਕਦੀ ਹੈ। ਜਿਹੜੇ ਵੀਰ ਕ੍ਰੋਸ ਕੰਟਰੀ ਟਰੈਕਿੰਗ ਜਾਂ ਹੋਰ ਬਿਜ਼ਨਸ ਦੇ ਵਿਚ ਨੇ, ਉਨ੍ਹਾਂ ਦੇ ਲਈ ਇਲਾਕੇ ਦੇ ਵਿਚ ਬਿਜ਼ਨਸ ਜਿਹੜਾ ਇਨਵੈਸਟਮੈਂਟ ਕਰਨਾ ਲਾਹੇਵੰਦ ਹੋ ਸਕਦਾ। ਸੋ ਕਿਸੇ ਵੀ ਰੈਜੀਡੈਂਸ਼ੀਅਲ ਜਾਂ ਕਮਰਸ਼ੀਅਲ ਪ੍ਰਾਪਰਟੀ ਖਰੀਦਣ ਵੇਚਣ ਦੇ ਵਾਸਤੇ ਸੰਪਰਕ ਕਰੋ ਡਾਕਟਰ ਜਸਪ੍ਰੀਤ ਸਿੰਘ ਮਾਵੀ ਦੇ ਨੰਬਰ 972-363-3000, 972-363-3700 ਸੈੱਲ ਫੋਨ ਹੈ। ਸੁਰਿੰਦਰ ਜੀ, ਇਹ ਜਿਹੜਾ ਸਿਲਸਿਲਾ ਦੌਰੇ ਸਿਆਸਤ ਦਾ ਚੱਲੀ ਜਾ ਰਿਹਾ, ਆਮ ਆਦਮੀ ਪਾਰਟੀ ਦਾ ਜੋੜ ਤੋੜ, ਰਾਜੂ ਜੀ ਕਹਿੰਦੇ ਦਾਰੂ ਬੰਦ ਕਰੋ, ਤੇ ਉਧਰ ਬੰਦੀ ਸਿੰਘਾਂ ਦਾ ਰੌਲਾ, ਤੇ ਕਾਂਗਰਸ ਦੇ ਵਿਚ ਪਿੱਟ ਸਿਆਪਾ, ਤੇ ਉਧਰ ਕਾਂਗਰਸ ਪਾਰਟੀ ਦਾ ਵੀ ਜਿਹੜਾ ਚੱਲ ਰਿਹਾ ਭਾਰਤ ਜੋੜੋ, ਉਹ ਵੀ ਕਾਫੀ ਚਰਚਾ ਚ ਹੈ। ਤੇ ਇੱਕ ਸਵਾਲ ਲੈ ਲਈ ਗੁਰਨੇਕ ਖਹਿਰਾ, ਕਹਿੰਦੇ ਜੀ ਅੱਜ ਇੱਕ ਬੱਚਾ ਮਾਂ ਬਾਪ ਨਾਲ ਗਵਾਚ ਗਿਆ ਜਾਂ ਵਿਛੜ ਗਿਆ, ਜਿਨ੍ਹਾਂ ਦਾ ਬੱਚਾ ਉਹ ਛਪਾਰ ਚੌਂਕੀ ਜਾ ਕੇ ਲੈ ਲੈਣ, ਤੇ ਇਸ ਤਰ੍ਹਾਂ ਮੇਲੇ ਚ ਬੱਚੇ ਵੀ ਗਵਾਚ ਰਹੇ ਨੇ। ਦਲਜੀਤ ਜੀ ਕਹਿੰਦੇ ਬਹੁਤ ਵਧੀਆ ਰੇਡੀਓ, ਸੋਚਿਆ ਖਰਿਆਂ ਤੇ ਖਾਲਸ ਖਬਰਾਂ ਲਈ ਤੱਥਾਂ ਤੇ ਸਬੂਤ ਆਧਾਰਿਤ ਮੁੱਦਿਆਂ ਤੇ ਵਿਸ਼ਲੇਸ਼ਣ ਹੁੰਦਾ। ਥੈਂਕ ਯੂ ਦਲਜੀਤ ਜੀ, ਤੁਸੀਂ ਪਹਿਲੀ ਵਾਰ ਤੋਂ ਆਏ ਹੋ। ਗੁਰਨੇਕ ਖਹਿਰਾ ਨਿਊਜ਼ੀਲੈਂਡ ਤੋਂ, ਥੈਂਕ ਯੂ ਜੀ। ਜੌਨ ਡੀਅਰ ਕਹਿੰਦੇ ਕੋਹਿਨੂਰ ਹੀਰਾ ਪੰਜਾਬ ਦਾ ਸੀ, ਨਾ ਕਿਸੇ ਹੋਰ ਦਾ। ਜੌਨ ਡੀਅਰ ਵੀਰ, ਗੱਲ ਤਾਂ ਤੁਹਾਡੀ ਠੀਕ ਹੈ, ਪਰ ਗੱਲ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਤਾਂ ਨਾਦਰ ਸ਼ਾਹ ਤੋਂ ਜਾਂ ਉਹਨਾਂ ਤੋਂ ਜੁੱਤੀ ਦੇ ਜ਼ੋਰ ਨਾਲ ਖੋਇਆ ਸੀ। ਜਿਹਦੀ ਜੁੱਤੀ ਹੈ ਉਸੇ ਦਾ ਵੀਰ ਹੀਰਾ ਪੱਗ 'ਚ ਵੀ ਲਗਾਇਆ ਹੋਇਆ ਸੀਗਾ, ਤੇ ਇਸ ਦੌਰਾਨ ਉਹਨਾਂ ਨੇ ਡੋਨੇਟ ਕੀਤਾ ਸੀ, ਇਹ ਵੀ ਚਰਚਾਵਾਂ ਨੇ। ਸੋ ਗੱਲ ਇਹ ਹੈ ਨਾ, ਜੇ ਪੰਜਾਬ ਦਾ ਹੋਇਆ, ਪੰਜਾਬ ਦੇ ਵਿੱਚ ਵੀ ਇੱਥੇ ਕਿਹੜਾ ਰਹਿਣ ਦੀ ਉਮੀਦ ਹੈ। ਇੱਥੇ ਦਰਬਾਰ ਸਾਹਿਬ ਦੀਆਂ ਕਈਆਂ ਤਸਲੇ, ਇਹ ਵੀ ਬੜਾ ਕੁਛ ਚੋਰੀ ਹੋ ਗਿਆ ਹੈ ਨਾ, ਤੇ ਦਰਬਾਰ ਸਾਹਿਬ ਦੇ ਵਿੱਚ ਜਿਹੜਾ ਰੈਫਰੈਂਸ ਲਾਇਬ੍ਰੇਰੀ ਦਾ ਖਜ਼ਾਨਾ ਸੀ, ਉਹ ਵੀ ਕਿਹੜਾ ਅਸੀਂ ਸੰਭਾਲ ਸਕੇ ਹਾਂ, ਉਹ ਭਾਵੇਂ ਕਿਸੇ ਸਸਤੇ ਦੀ ਭੇਟ ਚੜਿਆ। ਤੇ ਸੁਰਿੰਦਰ ਜੀ ਦਿਓ ਫਿਰ ਕੀ ਅਪਡੇਟ ਹੈ। ਰਾਜੂ ਸਾਹਿਬ ਹੋਰੀ ਕਹਿੰਦੇ ਸ਼ਰਾਬ ਬੰਦ ਕਰੋ, ਤੇ ਸ਼ਰਾਬੀ ਕਹਿੰਦੇ ਮਿਲਾਵਟ ਬੰਦ ਕਰੋ, ਤੇ ਕੀ ਕਹਿੰਦੀ ਹੈ ਫਿਰ ਪੰਜਾਬ ਦੀ ਸਿਆਸਤ ਜੀ? ਸਭ ਤੋਂ ਪਹਿਲਾਂ ਨਿਹੰਗਾਂ ਨੂੰ ਲਵਾਂਗੇ। ਨਿਹੰਗਾਂ ਨੂੰ ਟ੍ਰੇਨ ਤੇ ਬੱਸ ਤੇ ਹਵਾਈ ਜਹਾਜ਼ ਤੇ ਸਫ਼ਰ ਫ੍ਰੀ ਆ, ਇਹ ਉਹਨਾਂ ਦਾ ਸੰਵਿਧਾਨਕ ਹੱਕ ਆ। ਦੂਜੀ ਗੱਲ, ਨਿਹੰਗ ਸਿੰਘ ਜਿੱਥੇ ਵੀ ਦੇਖਣਗੇ, ਜਿਹਨੂੰ ਵੀ ਚਾਹੁੰਗੇ, ਜਿਹਦਾ ਮਰਜ਼ੀ ਕਤਲ ਕਰ ਦੇਣ, ਉਹਨਾਂ ਨੂੰ ਕਤਲ ਮਾਫ ਆ। ਅਗਲੀ ਗੱਲ, ਨਿਹੰਗ ਸਿੰਘਾਂ ਦਾ ਖੁਦ ਦਾ ਖਾਣਾ ਦਾਣਾ ਤੇ ਉਹਨਾਂ ਦਾ ਖਾਣਾ ਦਾਣਾ, ਇਹ ਸਾਰਾ ਕੁਝ ਫ੍ਰੀ ਆ, ਜਿੱਥੋਂ ਮਰਜ਼ੀ ਲੈ ਸਕਦੇ, ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਹੋ ਸਕਦੀ, ਕਿਉਂਕਿ ਉਹਨਾਂ ਦਾ ਸੰਵਿਧਾਨਕ ਹੱਕ ਆ, ਕਿਉਂਕਿ ਉਹ 96 ਕਰੋੜੀ ਨੇ। ਇਸ ਕਰਕੇ ਜਿਹਦਾ ਮਰਜ਼ੀ ਕਤਲ ਕਰਨ, ਜੋ ਕੁਝ ਮਰਜ਼ੀ ਕਰਨ, ਉਹਨਾਂ ਨੂੰ ਮਾਫ ਆ, ਕਿਉਂਕਿ ਉਹਨਾਂ ਤੇ ਕਾਨੂੰਨ ਕੋਈ ਲਾਗੂ ਨਹੀਂ ਹੁੰਦਾ। ਕਿਉਂਕਿ ਜਿਸ ਬੰਦੇ ਲਈ ਸਪੈਸ਼ਲ ਕਾਨੂੰਨ ਬਣਿਆ ਹੋਵੇ ਨਾ, ਇੱਕ ਮੋਟੇ ਜਿਹੇ ਅੱਖਰਾਂ ਚ ਲਿਖ ਦਿੱਤਾ ਜਾਵੇ ਕਿ ਇਸ ਵਿਅਕਤੀ ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ, ਤੇ ਫਿਰ ਉਹਨੂੰ ਰੋਕਿਆ ਨਹੀਂ ਨਾ ਜਾ ਸਕਦਾ। ਵੈਸੇ ਮਨ ਭੱਗ ਗਿਆ, ਦੇਖੋ ਚਲੋ ਨਹੀਂ ਹੁੰਦਾ, ਕੁੱਟਮਾਰ ਤੱਕ ਗੱਲ ਠੀਕ ਹੈ ਤਾਂ ਉਹ ਵੀ ਮਨ ਭੱਗ ਗਿਆ, ਪਰ ਮਤਲਬ ਰੋਜ਼ ਇੱਦਾਂ ਦੇ ਕਤਲ ਅਗਰ ਹੁੰਦੇ ਨੇ, ਕਾਰਨ ਕੁਛ ਵੀ ਹੋਵੇ, ਹੁਣ ਕਈ ਜਸਟੀਫਾਈ ਕਰੀ ਜਾਣਗੇ,
ਹੁਣ ਉਹ ਭੀਖ ਮੰਗਦਾ ਤਕਰਾਰ ਪਤਾ ਨੀ ਕਿਹੜੀ ਗੱਲ ਤੋਂ ਹੋਇਆ ਪਰ ਗੱਲ ਇਹ ਹੈ ਨਾ ਕਿ ਕੁਛ ਲੋਕ ਪਤਾ ਨੀ ਕਿਹੜੀ ਫਰਸਟ੍ਰੇਸ਼ਨ ਚ ਨੇ ਉਹ ਕਹਿਣਗੇ ਜੀ ਨਿਹੰਗ ਸਿੰਘਾਂ ਨੇ ਜੋ ਕਰਤਾ ਸਹੀ ਹੈ ਯਾਰ ਜਿਹੜਾ ਤੁਹਾਡਾ ਬਾਣਾ ਇਹਦੀ ਕਿੰਨੀ ਸ਼ੱਕ ਨੂੰ ਸ਼ੌਕ ਸੀ ਇੱਕ ਪਾਸੇ ਤੁਸੀਂ ਵੇਖੋ ਕਿ ਮੈਕਲਰ ਨੇ ਪੋਸਟ ਬਣਾਈ ਸੀ ਜਿਹੜਾ ਪੋਸਟਰ ਬਣਾਇਆ ਸੀ ਕਿ ਨਿਹੰਗ ਸਿੰਘ ਅਨੰਦਪੁਰ ਸਾਹਿਬ ਇਲਾਕੇ ਦੇ ਵਿੱਚ ਸੜਕ ਠੀਕ ਕਰਨ ਲੱਗਿਆ ਹੋਇਆ ਉਹ ਜਿਹੜਾ ਸੇਵਾ ਦਾ ਕੰਸੈਪਟ ਹੈ ਉਹ ਤੇ ਹੈ ਹੀ ਕੋਈ ਨੀ ਜੇ ਗਾਵਾਂ ਸਾਂਭਦੇ ਹੋ ਬਹੁਤ ਅੱਛੀ ਗੱਲ ਹੈ ਪਰ ਗਾਵਾਂ ਤੁਹਾਡੀਆਂ ਨੇ ਨਾ ਉਹਦਾ ਦਿਖਾਵਾ ਨਾ ਹੋਵੇ ਉੱਥੇ ਗਊਸ਼ਾਲਾ ਬਣਾਓ ਕੇਡਰ ਉੱਥੇ ਆਲੇ ਦੁਆਲੇ ਕੰਡਿਆਲੀ ਤਾਰ ਲਾ ਦਿਓ ਬੈਰੀਕੇਡ ਲਾ ਦਿਓ ਉੱਥੇ ਰੱਖੋ ਉਹ ਚੀਜ਼ ਠੀਕ ਹੈ ਜਾਂ ਜਿਹੜੀ ਖੁੱਲੀ ਬੀਆਬਾਨ ਜਗ੍ਹਾ ਜਦੋਂ ਫਸਲਾਂ ਕੱਟੀਆਂ ਹੁੰਦੀਆਂ ਉੱਥੇ ਗਊਆਂ ਲੈ ਕੇ ਜਾਓ ਲੋਕ ਐਪਰੀਸ਼ੀਏਟ ਕਰਨਗੇ ਪਰ ਫਸਲਾਂ ਉਜਾੜਦੇ ਹੋ ਕਦੇ ਕਿਸੇ ਨਾਲ ਲੜਾਈ ਕਦੇ ਕਿਸੇ ਨਾਲ ਲੜਾਈ ਇਹ ਸੋਹਣਾ ਨਹੀਂ ਲੱਗਦਾ ਉੱਥੇ ਤੁਹਾਡੀ ਕੀਤੀ ਕਿਰਾਏ ਤੇ ਵੀ ਸਵਾਲ ਠੀਕ ਹੈ ਮੀਡੀਆ ਡਾਂਗਾਂ ਤੋਂ ਡਰਦਾ ਨਹੀਂ ਬੋਲਦਾ ਪਰ ਬੋਲਣ ਵਾਲੇ ਤਾਂ ਅਸੀਂ ਤਾਂ ਕਹਾਂਗੇ ਗਲਤ ਨੂੰ ਗਲਤ ਸਹੀ ਨੂੰ ਸਹੀ ਸੋ ਇਸ ਕਰਕੇ ਸੋਚਣਾ ਚਾਹੀਦਾ ਕਿ ਇਹ ਚੀਜ਼ਾਂ ਸੋਹਣੀਆਂ ਨਹੀਂ ਕਿਉਂਕਿ ਇਹ ਬਾਣਾ ਲਸਾਨੀ ਕੁਰਬਾਨੀਆਂ ਤੋਂ ਬਾਅਦ ਮਿਲਿਆ ਸਾਹਿਬਜ਼ਾਦਾ ਸਾਹਿਬ ਨਾਲ ਇਹ ਸਬੰਧਤ ਹੈ ਬਾਬਾ ਫਤਿਹ ਸਿੰਘ ਨਾਲ ਇਹ ਸਬੰਧਤ ਹੈ ਬਾਣਾ ਸੋ ਇਸ ਕਰਕੇ ਇਹਦੀ ਲਾਜ ਰੱਖਣੀ ਚਾਹੀਦੀ ਹੈ ਇਸ ਤਰ੍ਹਾਂ ਇਹ ਕੁਛ ਹੁੰਦਾ ਹੋ ਗਿਆ ਤੇ ਉਹ ਇਮੇਜ਼ ਬਹੁਤ ਦਿਖਦੀ ਹੈ ਲੋਕ ਕਹਿਣ ਭਾਵੇਂ ਨਾ ਕਹਿਣ ਪਰ ਇਮੇਜ਼ ਬਹੁਤ ਦਿਖਦੀ ਹੈ ਪਰ ਤੁਹਾਨੂੰ ਉਂਗਲ ਲਾਉਣ ਵਾਲਿਆਂ ਨੇ ਐਂਟੀ ਸਿੱਖ ਲੋਬੀ ਨੇ ਤੁਹਾਨੂੰ ਸਿਰ ਚੜਾਉਣਾ ਹੈ ਜੀ ਸੁਰਿੰਦਰ ਨਹੀਂ ਉਹ ਉਦੋਂ ਅਸੀਂ ਕਹਿ ਦਾਂਗੇ ਅਨਪੜ ਹੁੰਦੇ ਹਾਂ ਸਾਨੂੰ ਬਹੁਤਾ ਨਹੀਂ ਪਤਾ ਉਦੋਂ ਅਸੀਂ ਛੁੱਟ ਜਾਂਗੇ ਨਾ ਅਨਪੜ ਕਹਿ ਕੇ ਸਾਡੇ ਕੋਲ ਸਭ ਤੋਂ ਸੌਖਾ ਇੱਕ ਰਸਤਾ ਜਦੋਂ ਗੱਲ ਪੈ ਗਿਆ ਸਾਰਾ ਕੁਛ ਉਦੋਂ ਕਹਿ ਦਾਂਗੇ ਕਿ ਦੇਖੋ ਜੀ ਨਿਹੰਗ ਸਿੰਘ ਬਹੁਤੇ ਪੜ੍ਹੇ ਲਿਖੇ ਨਹੀਂ ਹੁੰਦੇ ਇਸ ਕਰਕੇ ਉਹਨਾਂ ਨੂੰ ਬਹੁਤੀ ਸਮਝ ਨਹੀਂ ਸੀ ਮਾੜਾ ਨਹੀਂ ਹੋਣਾ ਚਾਹੀਦਾ ਘੱਟੋ ਘੱਟ ਇਹ ਜਿਹੜੀਆਂ ਜਥੇਬੰਦੀਆਂ ਨੇ ਨਾ ਕਿਉਂਕਿ ਜਥੇਬੰਦੀਆਂ ਨੂੰ ਕੇਡਰ ਇੱਦਾਂ ਦਾ ਚਾਹੀਦਾ ਕਿਉਂਕਿ ਖਬਰਾਂ ਕੋਈ ਲਾਉਣ ਨੂੰ ਤਿਆਰ ਨਹੀਂ ਦਿੱਲੀ ਜਾ ਕੇ ਬਹਿ ਜਾਓ ਕਿਤੇ ਬਹਿ ਜਾਓ ਕੋਈ ਪੁੱਛਣ ਵਾਲਾ ਥੋੜੀ ਹੈ ਹੁਣ ਉਹ ਜਿਹੜਾ ਲਦੋਲਨ ਕਰੀ ਜਾਂਦਾ ਸੀ ਨਿਹੰਗ ਸਿੰਘ ਮੈਨੂੰ ਯਾਦ ਨਹੀਂ ਉਹਦਾ ਤੇ ਉਹ ਤੁਸੀਂ ਵੇਖੋ ਕਿ ਜਾ ਕੇ ਨਰਿੰਦਰ ਸਿੰਘ ਤੋਮਰ ਨਾਲ ਕਿਵੇਂ ਮੁਲਾਕਾਤ ਕਰਦਾ ਤੇ ਉਹਨੂੰ ਸਨਮਾਨਿਤ ਕਰ ਰਹੇ ਤੇ ਉਹਦੀ ਮੁਲਾਕਾਤ ਕਰਾ ਰਿਹਾ ਪਿੰਕੀ ਕੈਟ ਫਿਰ ਕੋਈ ਕਸਰ ਹੈ ਸੋ ਗੱਲ ਇਹ ਹੈ ਨਾ ਕਿ ਉਹ ਜਿਹੜਾ ਬਾਹਰ ਬੈਠਾ ਕੁਛ ਲਾਣਾ ਹੈ ਉਹ ਆਪਣੀ ਕਿੜਾਂ ਦੇ ਵਾਸਤੇ ਇੱਦਾਂ ਦੇ ਲੋਕਾਂ ਨੂੰ ਉਹ ਕਰੀ ਜਾਂਦਾ ਏਦਾਂ ਹੀ ਕਈ ਸਾਧ ਭੂਤਰੇ ਹੋਏ ਨੇ ਆਰਐਸਐਸ ਬੀਜੇਪੀ ਵਾਲੇ ਉਹ ਵੀ ਕਹਿੰਦੇ ਨੇ ਸਾਡਾ ਹੀ ਸਿੱਕਾ ਚੱਲੂ ਏਦਾਂ ਹੀ ਕਈ ਇਸਲਾਮ ਚ ਸਿਰ ਫਿਰੇ ਲੋਕ ਨੇ ਉਹ ਵੀ ਇਹੀ ਕੁਛ ਕਰਦੇ ਨੇ ਪਰ ਇਹ ਇੱਕ ਸੰਵਿਧਾਨਕ ਸਿਸਟਮ ਦੇ ਵਿੱਚ ਇੱਕ ਸੱਭਿਅਕ ਸਮਾਜ ਦੇ ਵਿੱਚ ਇਹ ਚੀਜ਼ਾਂ ਸੋਹਣੀਆਂ ਨਹੀਂ ਹੈ ਕੋਈ ਭੀਖ ਮੰਗਦਾ ਭੀਖ ਮੰਗ ਕੇ ਗੁਜ਼ਾਰਾ ਕਰਦਾ ਕੁਛ ਕਰਦਾ ਉਹ ਪਰ ਉਹ ਜਾਨ ਲੈਣ ਦਾ ਅਧਿਕਾਰ ਨਹੀਂ ਹੈ ਪਰ ਇਹਦੇ ਚ ਠੀਕ ਹੈ ਤੁਹਾਨੂੰ ਬਣਦੀ ਸਜ਼ਾ ਹੋਵੇ ਨਾ ਹੋਵੇ ਉਹ ਬਾਅਦ ਦੀ ਗੱਲ ਹੈ ਪਰ ਇੱਥੇ ਕਿਤੇ ਨਾ ਕਿਤੇ ਉਸ ਸ਼ਾਨਾ ਮਤੇ ਰੁਤਬੇ ਨੂੰ ਨਾ ਠੇਸ ਲੱਗਦੀ ਹੈ ਜਿਹਦਾ ਕਿਸੇ ਨੂੰ ਇਲਮ ਨਹੀਂ ਦੁੱਖ ਹੁੰਦਾ ਰੀਅਲੀ ਮੈਨੂੰ ਤਾਂ ਬਹੁਤ ਦੁੱਖ ਹੁੰਦਾ ਜਦੋਂ ਕਿਸੇ ਉਸ ਗੁਰੂ ਦੀ ਬਖਸ਼ਿਸ਼ ਦੇ ਫਲਸਫੇ ਤੇ ਇਸ ਤਰ੍ਹਾਂ ਦਾ ਚਿੱਕੜ ਚੰਦ ਲੋਕ ਡੇਗਦੇ ਨੇ ਜੀ ਸੁਰਿੰਦਰ ਕਰੋ ਵੀਰ ਹੋਰ ਕੋਈ ਅਪਡੇਟ ਹੈ ਤੇ ਕੰਪਲੀਟ ਕਰੋ ਫਿਰ ਲਈਏ ਆ ਗਿਆ ਜਲਦੀ ਬਸ ਬਾਕੀ ਸਵੇਰੇ ਚਲੋ ਥੈਂਕ ਯੂ ਸੁਰਿੰਦਰ ਵੀਰ ਸਤਿ ਸ੍ਰੀ ਅਕਾਲ ਮਿਲਦੇ ਹਾਂ ਸਵੇਰੇ ਸਤਿ ਸ੍ਰੀ ਅਕਾਲ ਮਿਹਰਬਾਨੀ ਸੋ ਦੋਸਤੋ ਸਨ ਐਡਵੋਕੇਟ ਸੁਰਿੰਦਰ ਸਿੰਘ ਬੜੀ ਬੇਵਾਕੀ ਨਾਲ ਗੱਲ ਕਰਦੇ ਹਾਂ ਹਰ ਮਸਲੇ ਤੇ ਕੁਦਰਤੀ ਇਤਫਾਕ ਬਣ ਗਿਆ ਸਾਡਾ ਸੋ ਇਸ ਕਰਕੇ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਇਹਨਾਂ ਜਥੇਬੰਦੀਆਂ ਨੂੰ ਜਿਹੜਾ ਇਹ ਮੈਸੇਜ ਜਿਹੜਾ ਫੈਲਾਉਣਾ ਚਾਹੀਦਾ ਤੇ ਇਹਨਾਂ ਲੋਕਾਂ ਨੂੰ ਸਮਝਾਉਣਾ ਚਾਹੀਦਾ ਯੂਟਿਊਬ ਤੇ ਬਾਈ ਜੀ ਦਾਨਾ ਸਿੰਘ ਜੁੜੇ ਨੇ ਬਰਾਜ ਸਿੰਘ ਸੰਧੂ ਅੰਕਲ ਜੁੜੇ ਨੇ ਭੈਣ ਰਾਣੀ ਪਰਵਿੰਦਰ ਕੌਰ ਦਲਵੀਰ ਸਿੰਘ ਰੰਧਾਵਾ ਗੋਬਿੰਦਗੜੀ ਭਾਨ ਸਿੰਘ ਗਰੇਵਾਲ ਸਬਸਕ੍ਰਾਈਬਰ ਨੇ ਬਾਈ ਜੀ ਆਪਣੇ ਹਰਮਨਦੀਪ ਸਿੰਘ ਸੱਤਾ ਬਰਿਆਰ ਬਲਦੇਵ ਬਰਾੜ ਲਾਡੀ ਸਿੰਘ ਸੁੱਚਾ ਸਿੰਘ ਸਵੀਡਨ ਤੋਂ ਬੈਦਵਾਨ ਸਾਹਿਬ ਰਵਿੰਦਰਜੀਤ ਸਿੰਘ ਸੰਧੂ ਸਾਹਿਬ ਤੇ ਸੁਖਜਿੰਦਰ ਸਿੰਘ ਥੈਂਕ ਯੂ ਪ੍ਰੋਫੈਸਰ ਜਸਵੰਤ ਸਿੰਘ ਸਬਸਕ੍ਰਾਈਬਰ ਨੇ ਦਲਵੀਰ ਸਿੰਘ ਰੰਧਾਵਾ ਗੋਬਿੰਦਗੜੀ ਰਣਵੀਰ ਸਿੰਘ ਨਹਾਸ ਫਰਾਂਸ ਤੋਂ ਸਬਸਕ੍ਰਾਈਬਰ ਨੇ ਬਾਈ ਜੀ ਆਪਣੇ ਤੇ ਧੀਰਾ ਕਾਲਕ ਸਰਬਰਾੜ ਹੈਪੀ ਵਿਆਹ ਦਰਵਿੰਦਰ ਜੋਸ਼ਨ ਜੀ ਸੱਗੀ ਨਿਰਮਲ ਸਿੰਘ ਰਾਮਾਵਾ ਸਿੱਧੂ ਸਾਹਿਬ ਤੇ ਬਾਜਵਾ ਜੀ ਦੇ ਕਹੀ ਗੱਲ ਸਹੀ ਸਾਬਤ ਹੋ ਰਹੀ ਹੈ ਕਿ ਵਿਧਾਨ ਸਭਾ ਚ ਉਹਨੇ ਕਿਹਾ ਸੀ ਆਹ ਜਿਹੜੇ ਪਿੱਛੇ ਬੈਠੇ ਨੇ ਇਹਨਾਂ ਨੂੰ ਸਾਂਭਣਾ ਬਲਦੇਵ ਸਿੰਘ ਥੈਂਕ ਯੂ ਰਸ਼ਪਾਲ ਸਿੰਘ ਥੈਂਕ ਯੂ ਫੇਸਬੁੱਕ ਦੀ ਸਵਿੱਚ ਬੰਦ ਕਰ ਦਿੱਤੀ ਔਜਲਾ ਸਾਹਿਬ ਨਹੀਂ ਫੇਸਬੁੱਕ ਆਨ ਹੈ ਵੀਰਿਆ ਅੱਜ ਉਹ ਆਨ ਕਰਨੀ ਭੁੱਲ ਗਏ ਸੀਗੇ ਤੇ ਗਿਆਨ ਸਿੰਘ ਥੈਂਕ ਯੂ ਰਾਮ ਬਾਬਾ ਸਿੱਧੂ ਸਾਹਿਬ ਕਹਿੰਦੇ ਅਸਮਾਨ ਵਿੱਚ ਇੱਕ ਲਾਈਨ ਵਾਰ ਕੋਈ ਚੀਜ਼ ਜਾ ਰਹੀ ਹੈ ਜਿਵੇਂ ਕੂੰਜਾਂ ਦੀ ਡਾਰ ਹੋਵੇ ਤਾਰਿਆਂ ਦੀ ਲਾਈਨ 'ਚ ਕੂੰਜਾਂ ਕੱਤਕ 'ਚ ਆਉਂਦੀਆਂ ਨੇ ਅਜੇ ਤਾਂ ਕੂੰਜਾਂ ਨਹੀਂ ਹੈ ਯਾਰ
ਅਸੂ ਹੋਣਾ, ਫਿਰ ਕੱਤਕ ਕੁੰਜਾਂ ਆਉਣੀਆਂ ਨੇ, ਕੋਈ ਹੋਰ ਪੰਛੀ ਹੋ ਸਕਦਾ। ਤੇ ਉਮੈਦਪੁਰੀ ਬਲਵਿੰਦਰ ਸਿੰਘ ਤੇ ਮੁਕੱਦਰ ਸਿੰਘ, ਤੇ ਹੁਣ ਰਾਮਵੀਰ ਕਿਸੇ ਨੂੰ ਸਮਾਨ ਵੇਖਣ ਦਾ ਸਮਾਂ ਨਹੀਂ ਹੈ, ਲੋਕੀ ਸਮਾਨ ਹੀ ਵੇਖਦੇ ਆ, ਅਸਮਾਨ ਨਹੀਂ ਵੇਖਦੇ। ਭੈਣ ਹਰਵਿੰਦਰ ਜੋਹਲ ਅੱਜ ਯੂਟਿਊਬ ਤੇ ਜੁੜੇ ਨੇ, ਫੇਸਬੁੱਕ ਦੀ ਦਿੱਕਤ ਲੱਗਦੀ ਹੈ ਮੇਰਾ ਖਿਆਲ ਕੋਈ। ਹਰਜੀਤ ਸਿੰਘ ਸਰਾਂ ਕੇਵਲ ਬਹਿਰੀਨ ਤੋਂ, ਹਰਵਿੰਦਰ ਜੋਹਲ ਐਪ ਵੀ ਚੈੱਕ ਕਰਿਓ, ਲੋਕੀ ਬੈਠੇ ਦੇਖਦੇ ਆ ਭੈਣ। ਚਲੋ ਹੁਣ ਤਾਂ ਸਮਾਪਤੀ ਹੈ। ਤੇ ਹਰਵਿੰਦਰ ਸਿੰਘ ਥੈਂਕ ਯੂ, ਮਨਦੀਪ ਸਿੰਘ, ਜੱਸੀ ਜੀ, ਅਮਰਦੀਪ ਸਿੰਘ, ਰਾਮ ਜੀ, ਅਸੀਂ ਵੀ ਉਹ ਲਾਈਨ ਵੇਖੀ ਸੀ, ਕੀ ਸੀ ਦੇਖੋ ਕੀ ਹੋ ਗਿਆ ਬਾਹਰ ਅਸਮਾਨ ਚ ਵੀ ਅੱਜ, ਕਹਿੰਦੇ ਕੋਈ ਲਾਈਨ ਉੱਡਦੀ ਜਾਂਦੀ ਸੀ। ਤੇ ਮਨਦੀਪ ਸਿੰਘ, ਜੱਸੀ ਕਹਿੰਦੇ ਚੋਣਾਂ ਤੋਂ ਬਾਅਦ ਖਹਿਰਾ ਸਾਹਿਬ ਨੂੰ ਮੈਂ ਵੀ ਕਾਲ ਨਹੀਂ ਕੀਤੀ, ਪਹਿਲਾਂ ਬੜੀ ਵਾਰ ਕੀਤੀ ਸੀ। ਲੀਡਰਾਂ ਨੂੰ ਵਹਿਮ ਹੋ ਜਾਂਦਾ ਕਿ ਕੰਮ ਹੋਣਾ ਤਾਂ ਹੀ ਚਾਪਲੂਸੀ ਕਰਦਾ। ਚਿੱਪ ਕੱਢ ਸੱਜਣ, ਆਓ ਜੀ, ਅੱਜ ਦੀ ਹਾਜ਼ਰੀ ਲੈ ਲਓ, ਤਨਖਾਹ ਵੀ ਲੈਣੀ ਆ, ਕਾਹ ਲੈ ਲਿਓ, ਕੋਈ ਨਹੀਂ, ਸਾਡੇ ਵਾਲੀ ਚੋਂ ਹੀ ਲੈ ਲਿਓ ਤੁਸੀਂ ਵੀ। ਹਰਜਸ ਮਾਲਾ ਜੀ ਥੈਂਕ ਯੂ, ਗੁਰਮੀਤ ਸਿੰਘ ਥੈਂਕ ਯੂ, ਤੇ ਰਾਮ ਬਾਬਾ ਜੀ ਕਹਿੰਦੇ ਕੁਝ ਪਤਾ ਨਹੀਂ ਲੱਗਿਆ ਕਾਹਦੀ ਲਾਈਨ ਉੱਡੀ ਜਾਂਦੀ ਹੈ, ਚਲੋ ਫੋਨ ਕਰਕੇ ਦੱਸਿਓ ਸਵੇਰੇ। ਤੇ ਗਿਆਨ ਸਿੰਘ, ਨਿਰਮਲ ਸਿੰਘ, ਜਿਮੀ ਕਾਰਟਰ, ਸ਼ੁਭ ਰਾਤਰੀ, 70ਵਾਂ ਲਾਈਕ ਯਾਰਾਂ ਦਾ, ਥੈਂਕ ਯੂ। ਹਾਂ ਲਾਈਕ ਕਰਦੇ ਆ ਕਰੋ ਵੀਰ, 126 ਲਾਈਕ ਆਏ ਨੇ, ਥੈਂਕ ਯੂ। ਯਾਦਵਿੰਦਰ ਸਿੰਘ, ਮੁਕੱਦਰ, 94ਵਾਂ ਲਾਈਕ, ਤੇ ਜਗਤਾਰ ਸਿੰਘ ਥੈਂਕ ਯੂ, ਹਰਜਸ ਬਾਲਾ, ਨਿਰਮਲ ਸਿੰਘ ਪੰਗੂ ਸਿੱਧੂ, ਸੋਰੀ ਨਿਰਮਲਜੀਤ, ਭੁਪਿੰਦਰ ਸਿੱਧੂ, ਸ਼ੈਲੀ ਜੀ ਥੈਂਕ ਯੂ, ਜਗਦੇਵ ਸਿੰਘ ਸਿੱਧੂ ਸਬਸਕ੍ਰਾਈਬਰ ਨੇ ਆਪਣੇ, ਜੌਂਡੀਆ ਜੀ ਥੈਂਕ ਯੂ, ਪ੍ਰੋਫੈਸਰ ਜਗਦੀਪ ਸਿੰਘ ਸੈਣੀ ਥੈਂਕ ਯੂ, ਲਾਲੀ ਬਾਜਵਾ ਸਪੇਨ ਤੋਂ, ਮਨਦੀਪ ਸਿੰਘ ਸਰਬਰਾੜ ਮੁਕਤਸਰ ਤੋਂ। ਤੇ ਹੁਣ ਤਾਂ ਮੁੱਦ ਤਾਂ ਹੋ ਗਈਆਂ ਕੂੰਜਾਂ ਵੇਖਿਆ ਨੂੰ, ਨਹੀਂ ਆਉਂਦੀਆਂ ਬਾਈ ਜੀ ਰਾਤ ਨੂੰ, ਮੈਂ ਤਾਂ ਕਈ ਵਾਰੀ ਵੇਖਿਆ ਕੱਤਕ ਚ ਦਿਖਾਉਂਦੇ ਤੁਹਾਨੂੰ, ਕੂੰਜ ਕਰਲਾਉਂਦੀ ਹੁੰਦੀ ਹੈ। ਸੁਖਜਿੰਦਰ ਸਿੰਘ ਥੈਂਕ ਯੂ, ਉਦੇਪਾਲ ਸਿੰਘ, ਨਿਹੰਗ ਅਮਨ ਸਿੰਘ, ਅੱਛਾ ਉਹ ਅਮਨ ਸਿੰਘ ਸੀ ਉਹਦਾ ਨਾਮ ਮੁੰਡੇ ਦਾ, ਥੈਂਕ ਯੂ। ਨਿਰਮਲ ਸਿੰਘ ਭੁੱਲਰ ਥੈਂਕ ਯੂ, ਤੇ ਸੁਖਜਿੰਦਰ ਜੀ ਤੇ ਮਨਦੀਪ ਜੀ ਥੈਂਕ ਯੂ, ਮਿਹਰਬਾਨੀ। ਫੇਸਬੁੱਕ ਤੇ ਕੀ ਦਿੱਕਤ ਹੋ ਗਈ ਹੈ, ਸਾਨੂੰ ਸਪੋਰਟ ਕੀਤਾ ਹੈ ਬਲਵੀਰ ਸਿੰਘ ਸਮਾਨਪੁਰ ਪਰਿਵਾਰ ਨੇ, ਅਮਰੀਕਾ ਚ ਇਨ੍ਹਾਂ ਦੇ ਕਈ ਸਾਰੇ ਕਾਰੋਬਾਰ ਨੇ, ਵਾਸ਼ਿੰਗਟਨ ਦੇ ਵਿਚ ਹੈ ਆਰਲਿੰਗਟਨ ਫਿਊਲ ਸਟਾਪ, 1801 ਪਾਇਨਰ ਈਸਟ ਹਾਈਵੇ, ਐਗਜ਼ਿਟ 208 ਤੇ, ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈ ਮੇਲ ਫੈਕਸ ਕਰਨ ਦੀ ਸੁਵਿਧਾ, ਤੇ ਟੱਕ ਪਾਰਕਿੰਗ ਫ੍ਰੀ ਹੈ, ਚਲਦੀ ਹੈ ਜੀ ਫੇਸਬੁੱਕ ਤੇ। ਬਲਵੀਰ ਸਿੰਘ ਸਮਾਨਪੁਰ ਹੋੜਾਂ ਦਾ ਧੰਨਵਾਦ, ਤੇ ਅਮਰੀਕਾ ਚ ਇਨ੍ਹਾਂ ਦੇ ਕਈ ਸਾਰੇ ਕਾਰੋਬਾਰ ਹੈ, ਅਰਲਿੰਗਟਨ ਦੇ ਵਿਚ, ਵਾਸ਼ਿੰਗਟਨ ਦੇ ਵਿਚ ਹੈ ਇਨ੍ਹਾਂ ਦਾ ਅਰਲਿੰਗਟਨ ਫਿਊਲ ਸਟਾਪ, 1801 ਪਾਇਨਰ ਈਸਟ ਹਾਈਵੇ, ਐਗਜ਼ਿਟ 208 ਤੇ, ਇਸ ਲੋਕੇਸ਼ਨ ਤੇ ਫ੍ਰੀ ਕਾਫੀ, ਈ ਮੇਲ ਫੈਕਸ ਕਰਨ ਦੀ ਸੁਵਿਧਾ, ਤੇ ਟੱਕ ਪਾਰਕਿੰਗ ਫ੍ਰੀ ਹੈ, ਨਾਲ ਟੱਕਾਂ ਦਾ ਸਮਾਨ ਸਮਰੀ ਖਰੀਦ ਸਕਦੇ ਹੋ। ਦੂਜੀ ਲੋਕੇਸ਼ਨ ਕੈਲੀਫੋਰਨੀਆ ਚ ਲੋਸਟੇਲ ਟਰੈਵਲ ਸੈਂਟਰ, 1414 ਅਲੋਮਾ ਸਟਰੀਟ, ਲੋਸਟੇਲ, ਐਗਜ਼ਿਟ 278 ਤੇ, ਇਸ ਲੋਕੇਸ਼ਨ ਤੇ ਚਾਹ ਸ਼ਾਵਰ ਲਾਂਡੀ ਤੇ ਓਵਰਨਾਈਟ ਟਰੱਕ ਪਾਰਕਿੰਗ ਫ੍ਰੀ ਹੈ, ਨਾਲ ਲਿਕੁਅਰ ਸ਼ਾਪ ਹੈ, ਫ੍ਰੀ ਨਹੀਂ ਹੈ, ਸਦ ਉਪਯੋਗ ਕਰੋ। ਬਲਵੀਰ ਸਿੰਘ ਸਮਾਨਪੁਰ ਹੋੜਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ, ਇਨ੍ਹਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਤੋਂ, ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼, ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਤਾਂ ਬਲਵੀਰ ਸਿੰਘ ਸਮਾਨਪੁਰ ਹੋਰਾਂ ਦਾ ਫਿਊਲ ਕੰਪਨੀਆਂ ਦਾ ਕਾਰੋਬਾਰ ਹੈ, ਇਨ੍ਹਾਂ ਦੀਆਂ ਡੈਲਟਾ ਫਿਊਲ ਕੰਪਨੀ ਤੇ ਮੋਬਲ ਐਕਸ਼ਨ ਮੈਰਾਥਨ ਫਿਊਲ ਕੰਪਨੀਆਂ ਨੇ, ਜਿਨ੍ਹਾਂ ਤੋਂ ਗੈਸ ਸਟੇਸ਼ਨਾਂ ਵਾਲੇ ਸੱਜਣ ਫਿਊਲ ਫਰੈਂਚਾਈਜ਼, ਬ੍ਰਾਂਡਡ ਤੇ ਅਨਬ੍ਰਾਂਡਡ ਡੀਜ਼ਲ ਖਰੀਦ ਸਕਦੇ ਨੇ। ਕੋਈ ਡੀਲ ਬਣਾਉਣੀ ਹੈ ਬਲਵੀਰ ਸਿੰਘ ਸਮਾਨਪੁਰ ਹੋਣ ਦੇ ਭਰਾ ਸਾਹ ਹਰਜਾਪ ਸਿੰਘ ਦਾ ਨੰਬਰ ਨੋਟ ਕਰ ਲਓ, 425-232-8413, 4252-232-8413 ਨੰਬਰ ਹਰਜਾਪ ਸਿੰਘ ਹੋਣਾ ਦਾ। ਇਸੇ ਤਰ੍ਹਾਂ ਫੇਸਬੁੱਕ ਤੇ 25 ਕਰੋੜ ਚ ਸੇਲ ਲੱਗ ਗਈ, ਸੇਲ 2.5 ਹਜ਼ਾਰ ਸੇਲ, ਕਰਮਵੀਰ ਗਿੱਲ ਥੈਂਕ ਯੂ, ਦਲਵੀਰ ਸਿੰਘ ਰੰਧਾਵਾ, ਹਾਂ ਕਹਿੰਦੇ ਤਾਂ ਨੇ ਕੋਈ ਆਡੀਓ ਆਈ ਹੈ, ਕਹਿੰਦੇ ਬਾਊ ਜੀ ਨਾਲ ਗੱਲ ਕਰਾਉਣਾ, ਬਾਊ ਕਿਹੜਾ ਪਤਾ ਨਹੀਂ ਜਿਹੜਾ MLA ਨੂੰ ਖਰੀਦਾਂ। ਦਲਵੀਰ ਸਿੰਘ ਰੰਧਾਵਾ, ਮੈਨੂੰ ਸਿਕੰਦਰ ਦੀ ਗੱਲ ਚੇਤੇ ਆਉਂਦੀ ਹੈ, ਕਹਿੰਦਾ ਪਿਛਲੀ ਸਰਕਾਰ ਵੇਲੇ ਨਾ ਸੁਖਬੀਰ ਕੋਲ MLA ਘੱਟ ਸੀ, ਜੇ ਥੋੜੇ ਜਿਹੇ MLA ਦੀ ਲੋੜ ਹੁੰਦੀ ਨਾ ਕਿੱਲੋਆਂ ਦੇ ਭਾਅ ਖਰੀਦ ਲੈਣੇ ਸੀ ਅਗਲੇ ਨੇ। ਭੈਣ ਹਰਵਿੰਦਰ ਜੋਹਲ, ਰਘਵੀਰ ਸਿੰਘ ਸੰਧੂ ਸਾਹਿਬ ਸਬਸਕ੍ਰਾਈਬਰ ਨੇ ਆਪਣੇ, ਮਲੂਕ ਸਿੰਘ ਲਾਹੌਰੀਆ, ਲਾਲੀ ਟੋੜਾ ਜੀ, ਗੋਲਡੀ ਜਸਵੀਰ ਬਟਾਰੀ ਤੋਂ, SPO ਜਗਦੀਸ਼ ਭਾਜੀ ਤੇ ਮਨਜੀਤ ਸਿੰਘ ਕਹਿੰਦੇ ਤੁਸੀਂ ਤਾਂ ਦੁੱਧ ਦੀ ਰਾਖੀ ਬਿੱਲਾ ਪਠਾਉਣ ਵਾਲੀ ਗੱਲ ਕਰਦੇ ਹੋ। ਤੇ ਲਖਵਿੰਦਰ ਸਿੰਘ, ਇਹ ਕਣਕ ਦੀ ਵੰਡ ਨੰਬਰਦਾਰਾਂ ਨੂੰ ਦੇ ਦੇਣ, ਲਖਵਿੰਦਰ ਸਿੰਘ ਨੰਬਰਦਾਰ ਮਹਿਮੂ ਆਣਾ, ਤੇ ਸਾਡਾ ਫਰੀਦਕੋਟ ਵੱਲ ਪਾ ਗਿਆ ਕਹਿੰਦੇ ਆ ਜੀ, ਤੇ ਲਿਖਿਆ ਮੈਂ ਪੜ੍ਹ ਨਹੀਂ ਸਕਿਆ ਲਖਵਿੰਦਰ ਵੀਰ ਕੀ ਲਿਖਿਆ ਪੂਰੀ ਤਰ੍ਹਾਂ। ਜਗਸੀਰ ਸੰਧੂ, ਘੁਣਤਰੀ ਸਾਹਿਬ, ਸੰਧੂ ਸਾਹਿਬ ਕਹਿੰਦੇ ਹੁਣ ਮਾਨ ਸਾਹਿਬ ਦਾ ਦੋਤਾ ਗੋਬਿੰਦ ਸਿੰਘ ਸੰਧੂ ਵੀ ਦਾਅਵੇਦਾਰ ਹੈ। ਅੱਛਾ,
संधु है मुंडा भाणजा इन्हों का क्या बात है गोबिंद सिंह संधु भी दावेदार मान साहब का दोता अच्छा वह दूसरे मान साहब का वड्डियां का सिमरजीत मान होर भगवंत मान का भाणजा तो छोटी उम्र का गोबिंद सिंह संधु भी दावेदार है अच्छा ते इसे दौरान अपना हरदेव सिंह बराड़ जुड़े ने कहते मान साहब का रवैया डिक्टेटर तो घट नहीं बरगाड़ी मोर्चे ते भी एक स्टेज से बैठे गोडे मारे से आहो ओनू मारे से रोड़ी नू मेरा ख्याल सिकंदर वीर स्वागत है सत श्रीकाल दूर करता एप अपनी ठीक हो जानी अज भलक कदे भी पर लाइव ते जे तुसी पेज लाइक कर लो मेरे ख्याल डायरेक्ट पहला लाली होरां ने भी लाइक नहीं सी कीता ओ रेडियो तो नहीं सी जांदा लाइक उन्हां नू टेक्निकल कई चीजा पता नहीं लगता पर तप्पड़ स्कूल हो जाती है फिर समस्या आउंदी है जी वो मैं ताही तुहानू लिखिया सीगा वी चलो वी कई दुबारा तो हो गए शेयर हो गए जी ठीक है जी टोना साहब थैंक यू ते की आ रहे ने प्रोजेक्ट जी जर्मन तो वो तो हुण भगवंत मान दी प्रेस कॉन्फ्रेंस दसो भी की जर्मन तो लाउंदे के आउंदे आ मैनू तो लगती है जर्मन दे नाल नाल जापान ना जाए हुण मैनू सदीक दा गाना आ जांदा चेते मेरा जेठ जापानो आया नी कि नर्द मार के लिया रंग दी लाल कोड़े ओदा रता वसा ना खांदा नी कहिंदा ज्यों डोरी नाल परांदा रखदा नाल कोड़े बहुत सोहना गाना लिखिया बहुत मान साहब दा बहुत एक मान साहब दा जिहड़ा अगे आपां छोटे छोटे जी जदों टेलीविजन आए सीगे ना मान साहब कई गल्लां गीत सारी कहने भी जो मैं बहना हूं सत जी आले दुआले मकाना मकूना च जाना कि बहना उत्थे उत्थे गल्लां पिक करदे सी ना बिलकुल जेड़ा बंदा लोकां दे विच रहिंदा ओ बहुत कुछ सिखदा जिनूं संगत कह लिए लोकां च विचरना ते ओ गुड़दा बहुत आ बंदा सो कन्न रस जरूर मानना चाहिए सिकंदर वीर मानना चाहिए बहुत गल्ला निकल दिया नी जिदे पिछो जेडे पुराने बुजुर्ग दिया गल्ला जिहड़ी ओह छोटी जी गल जी किड्डी वड्डी गल हुंदी सी जी उहनां दा बिलकुल जी आपां ओही ओही कहावतां बणियां ने जी है ना ਤੇ ਹੁਣ ਮੈਂ ਜਿਹੜੀ ਤੁਹਾਨੂੰ ਉਸ ਦਿਨ ਗੱਲ ਦੱਸੀ ਵੀ ਦੇਖੋ ਅੱਜ ਤੋਂ 10 ਸਾਲ ਨੂੰ 15 ਸਾਲ ਨੂੰ ਆਪਣਾ ਸੁਪਨਾ ਰੇਡੂਆ ਅਸੀਂ ਚੱਲਦਾ ਰਹੇ ਤੇ ਆਪਾਂ ਮਿਲਦੇ ਰਹੀਏ ਕਹਾਣੀਆਂ ਦੇ ਗੀਤ ਨਹੀਂ ਮੈਂ ਕਿਹਾ ਪ੍ਰਦੇਸ਼ਾਂ ਦੀਆਂ ਕਹਾਣੀਆਂ ਦੇ ਗੀਤ ਵੀ ਬਦਲ ਜਾਣੇ ਨੇ ਟਵਾਣਾ ਸਾਹਿਬ ਯਾਦ ਰੱਖਿਓ ਕਿਸੇ ਨੇ ਨੀ ਲਿਖਣਾ ਵੀ ਚਵਾਰਾ ਪੌੜਾਂ ਤੇ ਬਾਪੂ ਕਿੱਥੇ ਆ ਇੱਥੇ ਗੀਤ ਹੋਰ ਚੱਲ ਪੈਣੇ ਨੇ ਇਹ ਵੀ ਮੇਰੀ ਗੱਲ ਜਾਵਾ ਜੇ ਨੋਟ ਕਰ ਰਿਹਾ ਇੱਕ ਤਾਂ ਆ ਗਿਆ ਆਲਰੇਡੀ ਇੱਕ ਆ ਗਿਆ ਆਲਰੇਡੀ ਕਿਉਂ ਦਰੇਮਾ ਨੀ ਰਹਿਣਾ ਕਿਸੇ ਨੂੰ ਪੰਜਾਬ ਦਾ ਦਰੇਵਾ ਉਹਨਾਂ ਨੂੰ ਰਿਹਾ ਜਿਹੜੇ ਪੰਜਾਬ ਦੀਆਂ ਗਲੀਆਂ ਚ ਭੱਜੇ ਨੇ ਜੀ ਹੁਣ ਭੱਜਣ ਵਾਲੇ ਜਵਾਕ ਰਹੇ ਹੀ ਨੀ ਜੀ ਗਲੀਆਂ ਚ ਦੜੰਗੇ ਹੁਣ ਤਾਂ ਐਲ ਕੇ ਜੀ ਕੇ ਜੀ ਸਿੱਧਾ ਚਾੜ ਦਿੰਦੇ ਨੇ ਖੰਨੇ ਨੂੰ ਵਿਚਾਰੇ ਨੂੰ ਪਿੰਡ ਦਾ ਪਤਾ ਨੀ ਲੱਗਦਾ ਐਲ ਕੇ ਜੀ ਤੋਂ ਬਾਅਦ ਕਿੱਥੇ ਆ ਅੱਧਾ ਸੁੱਤਾ ਪਿਆ ਹੁੰਦਾ ਮੈਂ ਇੰਨੇ ਨੇ ਕਿ ਜਵਾਕ ਪੜ੍ਹਨ ਲਾਏ ਹੋਏ ਜਵਾਨ ਸਾਹਿਬ ਮੈਂ ਗੁਰਦੁਆਰਾ ਸਾਹਿਬ ਜਾ ਰਿਹਾ ਸੀ ਇੱਕ ਵਾਰੀ ਉਹ ਆਪਣੇ ਘਰਾਂ ਜੀ ਲਾਦਾ ਗੋਦੀ ਚੱਕੀ ਖੜਾ ਮੈਂ ਖੜ ਗਿਆ ਉਹਦੇ ਕੋਲ ਸੁੱਤਾ ਪਿਆ ਜਾਂ ਉਹਨੂੰ ਬਾਕਸਾ ਕੋਈ ਚਾੜਤਾ ਮੈਂ ਕਿਹਾ ਜੱਗੇ ਯਾਰ ਇਹ ਬੇਚਾਰਾ ਸਕੂਲ ਜਾਣ ਵਾਲਾ ਟਾਈਮ ਇਹਦਾ ਤਾਂ 2.5 ਸਾਲ ਦਾ 3 ਦਾ ਹੈਗਾ ਕਹਿੰਦਾ ਬਸ ਲੱਗ ਜੂ ਆਈ ਮੈਂ ਕਿਹਾ ਯਾਰ ਇਹਦਾ ਤਾਂ ਵਧੂ ਫੁੱਲੂ ਕਿੱਥੋਂ ਟਾਰਚਰ ਇੱਥੇ 6 ਸਾਲ ਤੋਂ ਪਹਿਲਾਂ ਬੱਚਾ ਨੀ ਲੱਗਦਾ ਜੀ ਦੇਖ ਲੋ ਤੇ 6 ਸਾਲ ਉਹੀ ਤਰੀਕ ਹੈ ਅਜੇ ਤੱਕ ਵੀ 1 ਜਨਵਰੀ ਤੋਂ ਬਾਅਦ ਜਿਹੜਾ ਜੰਮਿਆ ਉਹ 6 ਸਾਲ ਦਾ ਹੋ ਗਿਆ ਅਮਰੀਕਾ ਚ ਉਹ ਸਕੂਲ ਲੱਗੂਗਾ ਜੀ ਬਿਲਕੁਲ ਤੇ ਹੁਣ ਦੇਖੋ 2.5 ਸਾਲ ਵਾਲੇ ਨੇ ਕੀ ਗਰੋਹ ਹੋਣਾ ਉਹਦਾ ਗਿੱਡਣ ਤਾਂ ਉਹਦੇ ਖੇਲਣ ਵਾਲੇ ਨੇ ਰੋਣ ਵਾਲੇ ਨੇ ਸਵੇਰੇ ਉੱਠ ਕੇ ਮੰਜੇ ਤੇ ਜਿਵੇਂ ਆਪਾਂ ਬਾਟੀ ਚਾਹ ਦੀ ਰੋਂਦੇ ਹੁੰਦੇ ਸੀ ਗਾਲਾਂ ਵੀ ਪੈਂਦੀਆਂ ਸੀ ਜਵਾਕਾਂ ਦੇ ਹਾਂ ਉਹ ਦਵਾਈਆਂ ਦੀ ਉਮਰ ਹੀ ਗਈ ਆਈ ਗਈ ਹਾਂਜੀ
ਫਿਰ ਉਹ ਐਲਕੇਜੀ ਤੋਂ ਬਾਅਦ ਨਿਕਲ ਗਿਆ, ਫਿਰ ਉਹਨਾਂ ਨੇ ਗੀਤ ਤਾਂ ਫਿਰ ਇੱਥੇ ਆ ਕੇ ਬਦਲੇ ਦੇ ਰਹੇ ਨੇ, ਕਹਾਣੀਆਂ ਬਦਲ ਜਾਣੀਆਂ ਕਮਾਂਡਾ ਸਾਹਿਬ ਦੇਖਿਓ ਤੁਸੀਂ ਬਹੁਤ ਕੁਝ ਬਿਲਕੁਲ 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 ਹੁਣ ਨੀ ਕਿਸੇ ਨੇ ਲਿਖਿਆ ਵੀ ਚਿੱਠੀ ਨੀ ਚਿੱਠੀ ਹੰਝੂ ਨਾ ਲਿਖੀਏ ਦੂਰ ਰਹਿੰਦਾ, ਹੁਣ ਤਾਂ ਪਤਾ ਨੀ ਕਿਹਾ ਮਾਂ ਆਇਆ ਪੁੱਤ ਬੈਠਾ ਤੇਰਾ ਤੈਨੂੰ ਡੀਕਦਾ ਆਇਆ, ਹੁਣ ਤਾਂ ਪਾਈ ਜਾਂਦੇ ਨੇ ਜੀ ਆ ਏਅਰਪੋਰਟ ਤੇ ਫੁੱਲ ਲੈ ਕੇ ਖੜ ਜਾਂਦੇ ਨੇ, ਮੈਂ ਤਾਂ ਕਈ ਕਈ ਆ ਟਿਕਟਾਂ ਉਹਨੇ ਕਿੰਨੀ ਦੁਨੀਆਂ ਖਰਾਬ ਕਰਤੀ ਏਅਰਪੋਰਟ ਤੇ ਫੁੱਲ ਲੈ ਕੇ ਆਏ, ਮਤਲਬ ਸ਼ਰਮ ਲਾਤੀ ਟਵਾੜਾ ਸਾਹਿਬ ਬੈਠਾ ਇੰਨਾ ਕੁਛ ਬਦਲ ਰਿਹਾ। ਚਲੋ ਠੀਕ ਹੈ, ਥੈਂਕ ਯੂ, ਥੈਂਕ ਯੂ ਅਲਾ ਸਾਹਿਬ, ਥੈਂਕ ਯੂ। ਬੜਾ ਕੁਛ ਬਦਲ ਰਿਹਾ। ਇੱਕ ਹੋਰ ਵਿਵਾਦ ਹੈ, ਖਾਲਿਸਤਾਨ ਨਾਲ ਜੁੜੇ ਹੋਏ ਇੱਕ ਪ੍ਰਮੋਟਰ ਨੇ ਸ਼ੋਅ ਲਿਆ ਸੀ, ਉਸ ਨੂੰ ਲੈ ਕੇ ਰੌਲਾ ਪਿਆ। ਇਹ ਉੱਤਰਾਖੰਡ ਨਾਲ ਸੰਬੰਧਿਤ ਸਿੰਗਰ ਹੈ ਜੁਬਨ ਨੌਟਿਆਲ। ਅਮਰੀਕਾ ਦੇ ਵਿਚ ਇਕ ਸ਼ੋਅ ਹੋਣਾ ਸੀ, ਕੰਸਰਟ ਸੀ, ਉਹ ਵਿਵਾਦਾਂ ਚ ਘਿਰ ਗਿਆ। ਦੋਸ਼ ਹੈ ਕਿ ਇਸ ਸ਼ੋਅ ਦਾ ਆਰਗੇਨਾਈਜ਼ਰ ਭਾਰਤ ਦਾ ਮੋਸਟ ਵਾਂਟਡ ਕ੍ਰਿਮੀਨਲ ਜੈ ਸਿੰਘ ਹੈ, ਉਹ ਖਾਲਿਸਤਾਨ ਦਾ ਸਪੋਰਟਰ ਹੈ। ਇਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਜਿਹੜਾ ਉੱਤਰਾਖੰਡ ਨਾਲ ਸੰਬੰਧਿਤ ਇਸ ਗਾਇਕ ਜੁਬਨ ਨੌਟਿਆਲ, ਜਿਹਦਾ ਪਰਿਵਾਰਕ ਮੈਂਬਰ ਬੀਜੇਪੀ ਦੀ ਚੋਣ ਵੀ ਲੜ ਚੁੱਕਾ, ਉਹ ਟਾਰਗੇਟ ਤੇ ਆ ਗਿਆ। ਇਸ ਸਬੰਧੀ ਜਿਹੜਾ ਅਰੈਸਟ ਜੁਬਨ ਨੌਟਿਆਲ ਟ੍ਰੈਂਡਿੰਗ ਹੋਣ ਲੱਗਾ ਟਵਿੱਟਰ ਹੈਸ਼ਟੈਗ ਤੇ, ਤੇ ਜੁਬਨ ਨੇ ਆਪਣੇ ਟਵਿੱਟਰ ਹੈਂਡਲ ਤੇ 23 ਜੁਲਾਈ ਦੇ ਉਸ ਪ੍ਰੋਗਰਾਮ ਦਾ ਜ਼ਿਕਰ ਕੀਤਾ ਸੀਗਾ ਜਿਹਦਾ ਇਹਦਾ ਸ਼ੋਅ ਹੋਣਾ ਸੀਗਾ, ਤੇ ਉਸ ਵਿਅਕਤੀ ਦਾ ਨਾਂ ਤੇ ਮੋਬਾਈਲ ਨੰਬਰ ਟਵੀਟ ਕੀਤਾ ਸੀ। ਬਾਅਦ ਵਿਚ ਲੋਕ ਜੁਬਨ ਦਾ ਨਾਰਾਜ਼ ਹੋ ਗਏ ਕਿ ਜਿਹੜਾ ਬੰਦਾ ਤੁਹਾਡਾ ਸ਼ੋਅ ਅੱਗੇ ਆਰਗੇਨਾਈਜ਼ ਕਰ ਰਿਹਾ ਉਹ ਤੇ ਖਾਲਿਸਤਾਨ ਨਾਲ ਜੁੜਿਆ। ਹਾਲਾਂਕਿ ਇਹ ਜਿਹੜਾ US ਕੈਨੇਡਾ ਦਾ ਟੂਰ ਸੀਗਾ ਇਹਦੇ ਬਾਰੇ ਇਹ ਵਿਵਾਦ ਹੋਇਆ। ਸੋ ਸਿੰਗਰ ਦਾ ਜਿਹੜਾ ਪਿਤਾ ਹੈ ਜੁਬਨ ਨੌਟਿਆਲ ਦਾ ਪਿਤਾ ਰਾਮ ਸ਼ਰਨ ਨੌਟਿਆਲ, ਉਸਨੇ ਹਾਲੀਆ ਚੋਣ ਵੀ ਲੜੀ ਹੈ, ਬੀਜੇਪੀ ਦਾ MLA ਦੀ ਚੋਣ ਉਸਨੇ ਲੜੀ ਹੈ, ਬੀਜੇਪੀ ਦਾ ਉਹ ਆਗੂ ਹੈ। ਸੋ ਉਸ ਸਬੰਧੀ ਉਸਨੇ ਸਪਸ਼ਟ ਕੀਤਾ ਕਿ ਜੁਬਨ ਨੌਟਿਆਲ ਨੇ ਕਿਸੇ ਆਰਗੇਨਾਈਜ਼ਰ ਦੇ ਨਾਲ ਕੰਟਰੈਕਟ ਸਾਈਨ ਕੀਤਾ ਸੀ ਜਿਸਨੇ ਜੈ ਸਿੰਘ ਜਾਂ ਰਿਹਾਨ ਸਦੀਕੀ ਨੂੰ ਲੈ ਕੇ ਬਵਾਲ ਮਚਾ ਦਿੱਤਾ। ਜੁਬਨ ਨੌਟਿਆਲ ਉਹਦਾ ਮੁੰਡਾ ਕਹਿੰਦਾ ਉਹਨਾਂ ਨੂੰ ਜਾਣਦਾ ਵੀ ਨਹੀਂ ਕਿ ਉਹ ਪ੍ਰਮੋਟਰ ਕੌਣ ਨੇ। ਇਸ ਸਬੰਧੀ ਕਹਿੰਦੇ ਸਾਡੀ ਕੰਪਨੀ ਦਾ ਇੱਕ ਐਕਸਕਲੂਸਿਵ ਕੰਟਰੈਕਟ ਹੋਇਆ ਸੀ ਤੇ ਕੰਪਨੀ ਨੇ ਉਹ ਸ਼ੋਅ ਕਿਸੇ ਨੂੰ ਵੇਚ ਦਿੱਤਾ, ਜਿਹਨੂੰ ਵੇਚਿਆ ਉਹ ਕੋਈ ਜੈ ਸਿੰਘ ਹੈ, ਉਹ ਪਤਾ ਨਹੀਂ ਕੌਣ ਹੈ, ਉਹਦਾ ਸਬੰਧ ਕਿਤੇ ਨਾ ਕਿਤੇ ਖਾਲਿਸਤਾਨ ਮੂਵਮੈਂਟ ਨਾਲ ਹੈ। ਸੋ ਵਿਧਾਨ ਸਭਾ ਦੀਆਂ ਚੋਣਾਂ ਲੜਿਆ ਇਸ ਸਿੰਗਰ ਜੁਬਨ ਨੌਟਿਆਲ ਦਾ ਪਿਤਾ, ਭਾਜਪਾ ਦੇ ਵਿਧਾਨ ਸਭਾ ਦੀ ਚਕਰਾਤਾ ਸੀਟ ਹੈ ਜਿੱਥੋਂ ਉਹ ਕਾਂਗਰਸ ਦੇ ਨੇਤਾ ਪ੍ਰੀਤਮ ਸਿੰਘ ਦੇ ਖਿਲਾਫ਼ ਚੋਣ ਲੜਿਆ ਸੀ। ਸੋ ਇਹ ਜਿਹੜਾ ਸੈਲੀਬ੍ਰਿਟੀ ਹੈ ਉਸਦਾ ਮੁੰਡਾ ਜੁਬਨ ਨੌਟਿਆਲ ਸਿੰਗਰ ਹੈ, ਤੇ ਉਸ ਦੇ ਨੂੰ ਉਮੀਦ ਸੀ ਕਿ ਸ਼ਾਇਦ ਉਸਦੀ ਪਬਲਿਸਿਟੀ ਦੇ ਨਾਲ ਉਹਨਾਂ ਦੀ ਇਹ ਸੀਟ ਜਿਹੜੀ ਚਕਰਾਤਾ ਸੀਟ ਹੈ ਉੱਤਰਾਖੰਡ ਦੀ ਕਾਫ਼ੀ ਪੰਜਾਬੀ ਵਸੋਂ ਉਸ ਇਲਾਕੇ ਚ ਉਹ ਜਿੱਤ ਜਾਏਗਾ। ਲੇਕਿਨ ਬੀਜੇਪੀ ਦਾ ਇਹ ਕੈਂਡੀਡੇਟ ਜਿਹੜਾ ਸੀਗਾ ਚਕਰਾਤਾ ਸੀਟ ਤੋਂ ਹਾਰ ਗਿਆ, ਇਸ ਗਾਇਕ ਜੁਬਨ ਨੌਟਿਆਲ ਦਾ ਪਿਤਾ। ਹਾਲਾਂਕਿ ਬੀਜੇਪੀ ਦੇ ਨਾਲ ਇਹਦਾ ਬੜਾ ਡੂੰਘਾ ਕਨੈਕਸ਼ਨ ਹੈ ਕਿਉਂਕਿ ਇਸ ਇਲਾਕੇ ਦੇ ਵਿੱਚ, ਕਿਉਂਕਿ ਉੱਤਰਾਖੰਡ ਦੇ ਵਿੱਚ ਜਿਹੜੇ ਨੇ ਅਜੀਤ ਡੋਵਾਲ ਦਾ ਬੇਟਾ ਇੱਕ ਵੱਡੀ ਪੋਲੀਟੀਕਲ ਹਸਤੀ ਹੈ ਬੀਜੇਪੀ ਦੇ ਵਿੱਚ, ਤੇ ਉਹ ਵੀ ਅਜੇ ਸਿਆਸਤ ਦੇ ਵਿੱਚ ਸਿੱਧਾ ਸਰਗਰਮ ਹੈ, ਵੈਸੇ ਪਰਦੇ ਦੇ ਪਿੱਛੇ ਰਹਿੰਦਾ ਜ਼ਿਆਦਾਤਰ ਇਹਦਾ ਬੇਟਾ ਅਜੀਤ ਡੋਵਾਲ ਜਿਹੜੇ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਨੇ। ਤੇ ਉਸ ਦੌਰਾਨ ਫਿਰ ਇਹ ਜਿਹੜਾ ਜੁਬਨ ਨੌਟਿਆਲ ਦਾ ਪਿਤਾ ਸੀ ਜਿਹੜਾ ਚਕਰਾਤਾ ਸੀਟ ਤੋਂ ਲੜਿਆ ਸੀ, ਉਹ ਭਾਵੇਂ ਸੀਟ ਹਾਰ ਗਿਆ ਪਰ ਵਿਰੋਧੀ ਕਾਂਗਰਸ ਦਾ ਪ੍ਰੀਤਮ ਸਿੰਘ ਪੰਜਾਬੀ ਸੀਗਾ। ਸੋ ਉੱਤਰਾਖੰਡ ਭਾਜਪਾ ਦੇ ਬੁਲਾਰੇ ਸ਼ੁਭੇਸ਼ ਉਨਿਆਲ ਦਾ ਕਹਿਣਾ ਕਿ ਇਸ ਬਾਰੇ ਉਹ ਕੁਝ ਨਹੀਂ ਜਾਣਦੇ, ਕਿਉਂਕਿ ਇਹਦਾ ਜੁਬਨ ਨੌਟਿਆਲ ਦਾ ਪਿਤਾ ਰਾਮ ਸ਼ਰਨ ਨੌਟਿਆਲ ਚਕਰਾਤਾ ਤੋਂ ਬੀਜੇਪੀ ਦੀ ਟਿਕਟ ਤੇ ਲੜਿਆ ਸੀ, ਪਰ ਇਹਦੇ ਚ ਕਹਿੰਦਾ ਉਹਦੇ ਬੇਟੇ ਦਾ ਕੀ ਕਸੂਰ ਹੋ ਸਕਦਾ। ਤੇ ਸਿੰਗਰ ਜੁਬਨ ਨੌਟਿਆਲ ਦੇ ਅਸਿਸਟੈਂਟ ਨੇ ਆਖਿਆ ਕਿ ਜੁਬਨ ਨੇ ਹਰਿੰਦਰ ਗਿੱਲ ਨਾਂ ਦੇ ਇੱਕ ਵਿਅਕਤੀ ਨਾਲ ਕੰਟਰੈਕਟ ਕੀਤਾ ਸੀ। ਹਰਿੰਦਰ ਸਿੰਘ ਗਿੱਲ ਦੀ ਕੰਪਨੀ ਬੇਹੱਦ ਚਰਚਿਤ ਹੈ, ਅਰਿਜੀਤ ਸਿੰਘ, ਸੋਨੂ ਨਿਗਮ ਜਿਹੜੇ ਬਾਲੀਵੁੱਡ ਸਟਾਰ ਨੇ ਉਨ੍ਹਾਂ ਦੇ ਸ਼ੋਅ ਹਰਜਿੰਦਰ ਗਿੱਲ ਕਰਾਉਂਦਾ ਤੇ ਉਹਨਾਂ ਦੇ ਨਾਲ ਉਹ ਕੰਮ ਕਰ ਚੁੱਕੇ ਨੇ। ਪਰ ਕਹਿੰਦਾ ਸੋਨੂ ਨਿਗਮ, ਅਰਿਜੀਤ ਸਿੰਘ ਜਿਹੜੇ ਇਹਦੇ ਨਾਲ ਕੰਮ ਕਰ ਚੁੱਕੇ ਨੇ ਹਰਿੰਦਰ ਗਿੱਲ ਦੇ ਨਾਲ, ਉਨ੍ਹਾਂ ਤੇ ਕੋਈ ਸਵਾਲ ਨਹੀਂ ਖੜਾ ਕਰਦਾ। ਜੇ ਮੈਂ ਸ਼ੋਅ ਇਨ੍ਹਾਂ ਨਾਲ ਲੈ ਲਿਆ ਜਾਂ ਜੈ ਸਿੰਘ ਕੌਣ ਅੱਗੇ ਮੈਨੂੰ ਨਹੀਂ ਪਤਾ, ਕਿਉਂਕਿ ਹਰਜਿੰਦਰ ਸਿੰਘ ਦੇ ਨਾਲ ਜੁਬਨ ਦਾ ਕੰਟਰੈਕਟ ਸੀਗਾ। ਹਰਜਿੰਦਰ ਗਿੱਲ ਨੇ ਫਿਰ ਇਹੀ ਕੰਟਰੈਕਟ ਹੈ ਜਿਹੜਾ ਅੱਗੇ ਜੈ ਸਿੰਘ ਨੂੰ ਵੇਚ ਦਿੱਤਾ, ਤੇ ਜਿਨ੍ਹਾਂ ਦੀਆਂ ਤਾਰਾਂ ਖਾਲਿਸਤਾਨ ਨਾਲ ਜੁੜੀਆਂ ਨੇ, ਖਾਲਿਸਤਾਨ ਮੂਵਮੈਂਟ ਨਾਲ ਉਹ ਵਾਸਤਾ ਨੇ। ਤੇ ਉਹ ਕਹਿੰਦੇ ਮੈਨੂੰ ਕਿਉਂ ਟਾਰਗੇਟ ਕਰ ਰਹੇ ਹੋ। ਇਸ ਮੁਤਾਬਕ ਜਿਹੜਾ ਇਹ ਵਿਵਾਦ ਕਾਫੀ ਮਗਿਆ ਹੋਇਆ, ਕਿਉਂਕਿ ਇਹਦੇ ਚ ਬੀਜੇਪੀ ਵਾਲੇ ਜਾਂ ਕਾਂਗਰਸ ਵਾਲੇ ਇਹਨੂੰ ਟਾਰਗੇਟ ਕਰ ਰਹੇ ਨੇ ਕਿ ਦੇਖੋ ਬੀਜੇਪੀ ਦੇ ਨੇਤਾ ਦਾ ਮੁੰਡਾ ਤੇ ਸ਼ੋਅ ਕਰ ਰਿਹਾ ਖਾਲਿਸਤਾਨੀਆਂ ਦੇ ਨਾਲ ਰਲ ਕੇ। ਤੇ ਸਾਨੂੰ ਸਪੋਰਟ ਕੀਤਾ ਵਾਸ਼ਿੰਗਟਨ ਫੀਲਡ ਸਰਵਿਸ ਨੇ, 60 ਇਲਾਕੇ ਦੇ ਲੋਕਾਂ ਲੋਡ ਚਾਹੁੰਦੇ ਲੰਮੇ ਰੂਟਾਂ ਤੋਂ ਉਕਤਾਏ ਹੋ, ਦਿਨੇ ਦਿਨੇ ਟਰੱਕ ਚਲਾਓ, ਸ਼ਾਮਾਂ ਨੂੰ ਘਰ ਆਓ ਤੇ ਸਾਂਝ ਬਣਾਓ ਵਾਸ਼ਿੰਗਟਨ ਫੀਲਡ ਸਰਵਿਸ ਵਾਲੇ ਨਾਲ, ਜੋ ਤੁਹਾਡੀ ਸਹੂਲਤ ਵਾਸਤੇ ਡਿਸਪੈਚ ਪੰਜਾਬੀ ਅੰਗਰੇਜ਼ੀ ਚ ਦਿੰਦੇ ਨੇ। ਡਰਾਈਵਿੰਗ ਦੀ ਜੋਬ ਚਾਹੀਦੀ ਹੈ
ਤਾਂ ਤੁਸੀਂ ਸੰਪਰਕ ਕਰੋ ਜਗਦੀਪ ਸਿੰਘ ਸੰਧੂ ਹੋਰਾਂ ਨੂੰ, ਇੰਨੇ ਦਿਨ ਇੰਡੀਆ ਨੇ, ਉਸ ਹਿਸਾਬ ਨਾਲ ਗੱਲ ਕੀਤੀ ਜਾ ਸਕਦੀ ਹੈ। ਤੇ ਨੰਬਰ ਹੈ ਜਗਦੀਪ ਸਿੰਘ ਸੰਧੂ ਹੋਰਾਂ ਦਾ 253-266-6969-24 253-266-6924 ਤੇ ਗੈਰੀ ਧਾਲੀਵਾਲ ਦਾ ਨੰਬਰ ਹੈ 206-354-4060 2063544060 ਨੰਬਰ ਹੈ ਗੈਰੀ ਧਾਲੀਵਾਲ ਦਾ। ਇਸੇ ਦੌਰਾਨ ਸਾਨੂੰ ਸਪੋਰਟ ਕੀਤਾ ਹੈ ਬਾਈ ਸੁਖੀ ਘੁੰਮਣ ਹੋਰਾਂ ਨੇ, ਬੇਕਰਸ ਫੀਲਡ ਇਲਾਕੇ ਚ ਵਿਚ ਰਹੇ ਤੇ ਮਾਰੋ ਟਰੱਕ ਟਰਾਲਿਆਂ ਨੂੰ ਬ੍ਰੇਕ, ਯੂਨੀਅਨ ਲੇਸ ਟਰੱਕ ਸ਼ਾਪ ਤੇ ਨਾਲ ਇੰਡੀਅਨ ਰੈਸਟੋਰੈਂਟ ਹੈ ਜਿੱਥੇ ਦੇਸੀ ਘਿਓ ਦੇ ਪਰੌਂਠੇ ਛਕੋ ਛਕਾਓ, ਟਰੱਕ ਤੋਂ ਆਓ ਡੀਜ਼ਲ ਪਾਓ, ਜਿੱਥੇ ਟਰੱਕ ਯੂਨੀਅਨ ਸਕੂਲ ਹੁੰਦਾ ਸੀ ਉਸੇ ਜਗ੍ਹਾ ਤੇ ਹੈ ਯੂਨੀਅਨ ਲੇਸ ਟਰੱਕ ਸ਼ਾਪ ਤੇ ਇੰਡੀਅਨ ਰੈਸਟੋਰੈਂਟ। ਅਡਰੈਸ 2201 ਸਾਊਥ ਯੂਨੀਅਨ ਐਵਨਿਊ, ਬੇਕਰਸ ਫੀਲਡ, ਕੈਲੀਫੋਰਨੀਆ, ਜਿਪ ਕੋਡ 93307। ਰੋਡਵੇਜ ਟਰਾਂਸਪੋਰਟ ਵਾਲੇ ਸੁਖੀ ਘੁੰਮਣ ਹੋਰਾਂ ਦਾ ਕਾਰੋਬਾਰ ਹੈ, ਜਿਨ੍ਹਾਂ ਦਾ ਨੰਬਰ 6061-3600 ਤੇ ਜੈਕ ਮਨਹੋਰਾ ਦਾ ਨੰਬਰ 6061-885-8852। ਤੇ ਧੰਨਵਾਦ ਸਭ ਸੱਜਣਾਂ ਦਾ। ਹਰਦੇਵ ਸਿੰਘ ਮਾਨ ਕਹਿੰਦੇ ਮਾਨ ਸਾਹਿਬ ਦਾ ਰਵੱਈਆ ਡਿਕਟੇਟਰਸ਼ਿਪ ਵਾਲਾ। ਅਵਤਾਰ ਸਿੰਘ ਸੰਘਾ ਜੁੜੇ ਨੇ ਫੇਸਬੁੱਕ ਤੇ, ਲਵਪ੍ਰੀਤ ਸਿੰਘ ਧੂਰ, ਬਲਾਜ ਸਿੰਘ ਸੰਧੂ ਅੰਕਲ, ਜਗਸੀਰ ਸਿੰਘ ਸੰਧੂ ਕੁੰਟਰੀ ਕਹਿੰਦੇ ਆਮ ਆਦਮੀ ਪਾਰਟੀ ਵਾਲੇ ਵੋਟਾਂ ਵੇਲੇ ਤਾਂ ਵੋਟਰਾਂ ਨੂੰ ਕਹਿੰਦੇ ਸੀ ਜੋ ਪੈਸਾ ਦਿੰਦਾ ਲੈ ਲਵੋ, ਵੋਟਾਂ ਝਾੜੂ ਨੂੰ ਦੇ ਦਿਓ। ਹੁਣ ਕਹਿੰਦੇ ਆਪ ਦੇ MLA ਵੀ ਪੈਸੇ ਲੈਣ ਲੱਗ ਪਏ ਨੇ, ਕਹਿੰਦੇ ਪਰ ਰਹਿਣ ਕੇਜਰੀਵਾਲ ਦੇ ਨਾਲ ਹੀ। ਜਗਦੀਪ ਸਿੰਘ ਸਿੱਧੂ ਥੈਂਕ ਯੂ। ਧਰਮਵੀਰ ਸਿੰਘ ਕਹਿੰਦੇ ਜੁਰਾਜ ਸਿੰਘ ਗਿੱਲ, ਪਵਨਦੀਪ ਸਿੰਘ ਬਰਾੜ, ਮਨੀ ਦੁਸਾਂਜ, ਥੈਂਕ ਯੂ ਆਪ ਸਭ ਸੱਜਣਾਂ ਦਾ ਧੰਨਵਾਦ। ਲਓ ਦੋਸਤੋ, ਸਵੇਰੇ ਫਿਰ ਹੁੰਦੀ ਹੈ ਮੁਲਾਕਾਤ ਤੇ ਨਿਰਮਲ ਸਿੰਘ ਭੁੱਲਰ ਪੱਠੇਵੱਡ ਜੱਟ ਕਹਿੰਦੇ ਉਹ ਗਾਣਾ ਸੁਣਿਆ ਜੀ ਜਿਹਦੇ ਤੇ ਬਣਾ ਸੀ ਹਨੀਮੂਨ। ਨਹੀਂ ਮੈਂ ਨਹੀਂ ਸੁਣਿਆ ਭਰਾਵਾ ਉਹ ਗਾਣਾ। ਮੋਦੀ ਨੇ ਕੋਹਿਨੂਰ ਦਾ ਨਾਮ ਬਦਲ ਕੇ ਮੋਦੀ ਨੂਰ ਕਰ ਦੇਣਾ, ਕਹਿੰਦੇ ਮੋਦੀ ਚੂਰ ਹੀਰਾ ਕਰ ਦੇਣਾ। ਹਾਂ ਸਹੀ ਗੱਲ ਹੈ, ਮੋਦੀ ਨੂਰ, ਕੋਹਿਨੂਰ ਦੀ ਜਗ੍ਹਾ ਮੋਦੀ ਨੂਰ ਹੀਰਾ ਕਰ ਦੇਣਾ। ਸਹੀ ਗੱਲ ਹੈ ਦਲਜੀਤ ਜੀ, ਮਿਹਰਬਾਨੀ, ਧੰਨਵਾਦ। ਲਓ ਦੋਸਤੋ, ਹੁਣ ਦਿਓ ਫਿਰ ਆ ਗਿਆ ਸਵੇਰੇ 6 ਵਜੇ ਸਾਜਰੇ ਸਾਜਰੇ ਹੁੰਦੀ ਹੈ ਤੁਹਾਡੇ ਨਾਲ ਮੁਲਾਕਾਤ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ। ਪ੍ਰੋਗਰਾਮ ਨੂੰ ਅੱਗੇ ਸ਼ੇਅਰ ਕਰਦਿਆ ਕਰੋ, ਲਾਈਕ ਕਰਦਿਆ ਕਰੋ। ਆਪਣੀ ਵੈਬਸਾਈਟ ਹੈ tawanaradio.com, ਉੱਥੇ ਆਈਫੋਨ ਤੇ ਐਂਡਰਾਇਡ ਐਪਸ ਮਿਲਣਗੀਆਂ, ਇੰਸਟਾਲ ਕਰੋ। ਐਪ ਆਪਣੀ ਅੱਜ ਭਲਕ ਚ ਵੀ ਦਰੁਸਤ ਹੋ ਜਾਣੀ ਹੈ, ਮਾਫ਼ੀ ਚਾਹੁੰਦੇ ਹਾਂ। ਸਿਸਟਮ ਓਕੇ ਹੋ ਗਿਆ, ਬਸ ਔਨ ਹੀ ਕਰਨੀ ਹੈ ਤੇ ਉਹ ਹੋ ਸਕਦੀ ਅੱਜ ਭਲਕ ਚ, ਉਹਦੇ ਬਾਰੇ ਅਪਡੇਟ ਦੇ ਦਿਆਂ ਕਰਾਂਗੇ। ਇਸ ਦੇ ਨਾਲ ਹੀ ਦਿਓ ਆ ਗਿਆ ਸ਼ਬਾ ਖੈਰ, ਸਤਿ ਸ਼੍ਰੀ ਅਕਾਲ, ਜੁੜੇ ਰਹੋ ਟਿਵਾਣਾ ਰੇਡੀਓ ਦੇ ਨਾਲ।